ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:13 ਹੋਏ ਨੇ ਅਤੇ 18 July ਦਾ ਦਿਨ ਵਰਾ 2023 ਦਾ ਮੰਗਲਵਾਰ ਹੈ। 3 ਸੌਣ ਨਾਨਕ ਸ਼ਹਿ ਸੰਮਤ 555 ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ 'ਚ ਸਰਾ ਨਵਕਿਰਨ ਸਿੰਘ ਪੱਤੀ ਨਾਲ ਗੱਲਬਾਤ ਕਰਾਂਗੇ 11 to 12 ਤੱਕ। ਛੋਟੀਆਂ ਛੋਟੀਆਂ ਕਈ ਖਬਰਾਂ ਨੇ ਜਿਸ 'ਤੇ ਗੱਲਬਾਤ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ। ਤੁਸੀਂ ਸ਼ਾਮਿਲ ਹੋਇਓ 604-204-0600 'ਤੇ। 12:10 'ਤੇ ਸਰਾ ਹਰਿੰਦਰ ਸਿੰਘ ਟੈਕਸਸ, ਜਿਨ੍ਹਾਂ ਨੂੰ ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਟਿਊਟ ਵਾਲੇ ਵੀ ਕਹਿੰਦੇ ਆ, ਉਹ ਸ਼ਾਮਿਲ ਹੋਣਗੇ। ਸੇਵਾ ਦਾ ਕੋਨਸੈਪਟ ਕੀ ਹੈ ਸਿੱਖੀ ਦੇ ਵਿੱਚ, ਸੇਵਾ ਜਿਹੜੀ ਹੈ ਉਹ ਕਿਵੇਂ ਉੱਤਮ ਹੈ, ਇਹਦੀ ਗੱਲ ਸਰਦਾਰ ਹਰਿੰਦਰ ਸਿੰਘ ਵੀਕੈਂਡ 'ਤੇ ਫਰਾਈਡੇ ਨੂੰ ਇੱਕ ਸੈਮੀਨਾਰ ਅਟੈਂਡ ਕਰਨ ਆ ਰਹੇ ਨੇ ਐਬਸਫੋਰਡ ਦੇ ਵਿੱਚ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਮਾਡਰਨਿਜ਼ਮ 'ਤੇ ਗੱਲ ਉਸ ਦੇ ਵਿੱਚ ਹੋਣੀ ਹੈ। ਗੁਰਮਤ ਅਤੇ ਅੱਜ ਦਾ ਜਿਹੜਾ ਅਜੋਕਾ ਸੰਸਾਰ ਹੈ ਇਹਦੇ ਵਿੱਚ ਧਰਮ ਦਾ ਕਿੰਨਾ ਪ੍ਰਭਾਵ ਹੈ, ਜਵਾਕਾਂ ਨੂੰ ਸੁਣਾਉਣ ਵਾਲੀ ਉਹ ਗੱਲ ਹੈ, ਖਿਆਲ ਰੱਖਿਓ। ਸਮਾਂ ਤੁਹਾਨੂੰ ਮੈਂ ਦੱਸਾਂਗਾ, ਸ਼ੁੱਕਰਵਾਰ ਦਾ ਮੈਨੂੰ ਦੱਸਿਆ ਹੁਣ ਤੱਕ ਤਾਂ ਜਸਕਰਨ ਸਿੰਘ ਹੋਣਾ ਨੇ, ਅਤੇ ਲਿਖ ਕੇ ਭੇਜਣਗੇ ਤੁਹਾਨੂੰ ਦੱਸਾਂਗਾ। ਅਤੇ ਗੁਰਦੁਆਰਾ ਸਾਹਿਬ ਜਾ ਕੇ ਜ਼ਰੂਰ ਹਰਿੰਦਰ ਸਿੰਘ ਟੈਕਸਸ ਉਹਨਾਂ ਦੀਆਂ ਗੱਲਾਂ ਬਾਤਾਂ ਜ਼ਰੂਰ ਸੁਣਨ ਵਾਲੀਆਂ ਨੇ, ਬੜੀ ਪਕੜ ਹੈ ਉਹਨਾਂ ਦੇ, ਵਿਦਵਾਨ ਨੇ। ਅਤੇ ਜਵਾਕਾਂ ਨੂੰ ਨਾਲ ਜ਼ਰੂਰ ਲੈ ਕੇ ਜਾਇਓ। 604-204-0600 ਵਿਸ਼ਾ ਜਿਹੜਾ 11 to 12 ਤੱਕ ਵੱਡਾ ਇਹ ਹੈ ਵੀ ਜਿੱਥੇ ਵੀ ਤੁਸੀਂ ਬਹਿੰਦੇ ਹੋ ਕੋਈ ਜਗ੍ਹਾ ਇਹੋ ਜਿਹੀ ਨਹੀਂ, ਵਿਆਹਾਂ ਸ਼ਾਦੀਆਂ 'ਚ, ਟੂਰਨਾਮੈਂਟਾਂ ਦੇ ਵਿੱਚ, ਕਿਸੇ ਜਿੰਮ ਦੇ ਵਿੱਚ ਅਰਾਜਕਤਾ ਗੱਲ, ਪੱਟੇ ਜਾਵਾਂਗੇ। ਹੋ ਕੀ ਗਿਆ, ਐਡਾ ਫਰਕ ਕਿੰਨਾ, $65,000-66,000 ਬਣਾਉਣ ਵਾਲੇ ਜਿਹੜਾ ਪਰਿਵਾਰ ਆ, ਹਾਊਸ ਹੋਲਡ, ਉਹ ਹਰ ਮਹੀਨੇ ਕਿੰਨਾ ਮਾਈਨਸ ਹੋ ਰਿਹਾ, ਕੁਛ ਅੰਕੜੇ ਵੀ ਤੁਹਾਡੇ ਪੇਸ਼ ਕਰਾਂਗਾ। ਕੱਲ੍ਹ ਨੂੰ ਸੂਬੇ ਦੇ ਸੋਲੀਸਿਟਰ ਜਨਰਲ ਨੇ ਸਰੀ ਦੀ ਪੁਲਿਸ ਦਾ ਭਵਿੱਖ ਦੱਸਣਾ, ਪਰ ਇੱਕ ਟਵੀਟ ਜਿਹੜੀ ਉਹ ਘੁੰਮ ਰਹੀ ਹੈ ਕਿ ਸਰੀ ਦੇ ਵਿੱਚ RCMP ਵੱਲ ਆਉਣ ਲਈ ਸਰੀ ਪੁਲਿਸ ਸਰਵਿਸ ਦੇ ਜਵਾਨਾਂ ਨੂੰ ਸ਼ਹਿਰ 10,000 ਤੱਕ ਬੋਨਸ ਦੇ ਰਿਹਾ। ਇਹ ਇੱਕ ਟਵੀਟ ਹੈ, ਅਤੇ ਕੁਛ ਨਾਲ ਉਹਨੇ ਸਿਟੀ ਆਫ ਸਰੀ ਦੀਆਂ ਗੱਲ ਆਪਣੇ ਸਕਰੀਨਸ਼ੋਟ ਵੀ ਭੇਜੇ ਨੇ। ਇਹ ਜਿਹੜੀ ਖਿੱਚਤਾਣ ਹੈ ਕਿੱਧਰ ਨੂੰ ਜਾਏਗੀ, ਅੱਧੇ ਹੱਕ 'ਚ ਨੇ, ਅੱਧੇ ਅਗੇਂਸਟ ਨੇ, ਅੱਧੇ ਇੱਕ ਪੁਲਿਸ ਦੇ ਹੱਕ 'ਚ ਨੇ, ਇੱਕ ਅੱਧੇ ਪੁਲਿਸ ਦੇ ਹੱਕ 'ਚ ਨੇ। ਇਹ ਮੈਨੂੰ ਲੱਗਦਾ ਇਹ ਪੰਗਾ ਸ਼ੁਰੂ ਹੋਣਾ, ਸਰਕਾਰ ਨੇ ਜਿਹੜੀ ਵੀ ਕੱਲ੍ਹ ਨੂੰ ਐਲਾਨ ਕੀਤਾ ਉਹਦੇ ਬਾਅਦ ਦੂਜੀ ਧਿਰ ਹੈ ਜਿਹੜੀ ਅਦਾਲਤ ਵੱਲ ਨੂੰ ਤੁਰੂਗੀ। ਇਹ ਜਿਹੜਾ ਪੰਗਾ ਜਿਹੜਾ ਸਰੀ ਦੇ ਲੋਕਾਂ ਦੇ ਗਲ ਪੈ ਗਿਆ, ਇਹ ਨਹੀਂ ਲੱਗਦਾ ਛੇਤੀ ਨਿਬੜੂਗਾ। ਮੈਂ ਅੱਜ ਇਹ ਦੱਸਦਾ, ਕੱਲ੍ਹ ਨੂੰ ਕੀ ਹੋ ਸਕਦਾ, ਕੁਛ ਨਹੀਂ। ਜੇ ਮੰਨ ਲਓ ਕੱਲ੍ਹ ਨੂੰ ਸੋਲੀਸਿਟਰ ਜਨਰਲ ਨੇ ਸਰੀ ਪੁਲਿਸ ਸਰਵਿਸ ਦੇ ਹੱਕ ਦੇ ਵਿੱਚ ਵੀ ਗੱਲ ਕੀਤੀ, ਮੇਅਰ ਬ੍ਰਿੰਡਾ ਲੌਕ ਨੇ ਉਹ ਗੱਲ ਮੰਨਣੀ ਨਹੀਂ, ਬਈ ਅਦਾਲਤੀ ਪ੍ਰਕਿਰਿਆ ਸ਼ੁਰੂ ਹੋ ਜੂ, ਇਹੋ ਜਿਹਾ ਕੁਛ ਹੋਊ। ਜੇ RCMP ਦੇ ਹੱਕ 'ਚ ਆਉਂਦੀ ਹੈ ਤਾਂ ਸਰੀ ਪੁਲਿਸ ਸਰਵਿਸ ਵਾਲੇ ਔਖੇ ਹੋਣਗੇ, ਅਗਲੇ ਸਾਲ ਇਲੈਕਸ਼ਨ ਆ, ਉਸ ਦਾ ਇਫੈਕਟ ਪਵੇਗਾ। ਸਰਕਾਰ ਵੀ ਫਸੀ ਹੋਈ ਹੈ, ਸਰੀ ਦੇ ਲੋਕ ਵੀ ਫਸੇ ਹੋਏ ਨੇ। ਲੋਕਲ ਸਰਕਾਰ ਦੇ ਵਿੱਚ ਜਦ ਵੀ ਬਹਿੰਦੇ ਨੇ ਲੋਕ, ਕਹਿੰਦੇ 1,000 ਵੋਟਾਂ 'ਤੇ ਮੇਅਰ ਡਗ ਮੁਕੱਲਮ ਹਾਰ ਗਿਆ, ਉਹਦੇ ਕਰਕੇ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ। ਨਹੀਂ, ਸਾਰਾ ਕੁਛ ਸੂਤ ਸੀ, ਕਿਉਂਕਿ ਕੋਈ ਚੀਜ਼ਾਂ ਉਹਨੇ ਸ਼ੁਰੂ ਕੀਤੀਆਂ ਹੋਈਆਂ ਸੀ ਅਤੇ ਉਹ ਪੂਰੀਆਂ ਹੋ ਜਾਣੀਆਂ ਸੀ। ਪਰ ਸਰੀ ਪੁਲਿਸ ਦੇ ਹੱਕ ਦੀਆਂ ਗੱਲਾਂ ਜਿਹੜੀਆਂ ਪਹਿਲਾਂ ਜਾਂ ਵਕਤ ਤੋਂ ਪਹਿਲਾਂ ਚੱਲਣ ਲੱਗੀਆਂ, ਚੌਧਰੀਆਂ ਨੇ ਪੁਲਿਸ ਦੇ ਚੀਫ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ, ਪੰਗਾ ਵੀ ਉੱਥੋਂ ਪਿਆ। ਜਿਹੜੇ ਆ ਕੇ ਨਾ ਦੂਜੇ ਸ਼ਹਿਰਾਂ 'ਚੋਂ ਆ ਕੇ ਸਰਦਾਰੀਆਂ ਸਰੀ 'ਚ ਕਰਦੇ ਸੀ, ਪੰਗਾ ਉੱਥੋਂ ਪਿਆ। ਸਰੀ ਪੁਲਿਸ ਦੇ ਹੱਕ ਵਾਲਿਆਂ ਨੂੰ ਇਹ ਵੀ ਸੋਚਣਾ ਚਾਹੀਦਾ। ਕਾਜੀ ਜੇ ਹਰਾਮ ਹੋ ਜੇ, ਬਹੂ ਘਰੋਂ ਲਾਮ ਹੋ ਜੇ, ਪੰਚ ਬਦਨਾਮ ਹੋ ਜੇ ਉਹਨੂੰ ਪਿੰਡ ਮੰਨੇ ਨਾ। ਕਾਜੀ ਤੋਂ ਹਰਾਮ ਹੋ ਜੇ, ਬਹੂ ਘਰੋਂ ਲਾਮ ਹੋ ਜੇ, ਪੰਚ ਬਦਨਾਮ ਹੋ ਜੇ ਉਹਨੂੰ ਪਿੰਡ ਮੰਨੇ ਨਾ। ਫੱਟ ਵਿੱਚ ਰਾਧ ਹੋ ਜੇ, ਘਰ ਬਰਬਾਦ ਹੋ ਜੇ, ਖੁਸ਼ਕ ਕਮਾਦ ਹੋ ਜੇ ਉਹਦੇ ਸਵਾਦ ਗੰਨੇ ਨਾ। ਮੱਲੜਾ ਆਸ਼ ਹੋ ਜੇ, ਜੇ ਗਰਮ ਛਾਸ਼ ਹੋ ਜੇ, ਬੰਦਾ ਬਦਮਾਸ਼ ਹੋ ਜਾਵੇ ਉਹ ਤੋਂ ਭਲੀ ਬੰਨੇ ਨਾ। ਬਿਨਾਂ ਨੰਬਰ ਨੋਟ ਅਹਿਲਕਾਰ ਅਤੇ ਰਿਪੋਰਟ 'ਤੇ ਬਣਾਈ ਵਿੱਚ ਟੋਟ ਹਰ ਇੱਕ ਬਾਬੂ ਬੰਨੇ ਨਾ।
ਸੋਗ ਵਿੱਚ ਹਾਸਾ ਮਾੜਾ, ਸਵਾਲੀ ਗਿਆ ਨਰਾਸਾ ਮਾੜਾ, ਕੂੜ ਦਾ ਦਲਾਸਾ ਤੇ ਗੰਡਾਸਾ ਮਾੜਾ, ਜੰਡੀ ਨੂੰ ਹਾਕਮਾਂ ਨੂੰ ਬੋਬਾ ਮਾੜਾ, ਗਊ ਵਿਚਾਲੇ ਟੋਭਾ ਮਾੜਾ, ਸਿਆਣੇ ਕਹਿੰਦੇ ਖੋਭਾ ਮਾੜਾ, ਹਰ ਨਹੀਂ ਤੜਨਦੀ ਤਰੰਡੀ ਨੂੰ, ਅੜੀਦਾਰ ਘੋੜਾ ਮਾੜਾ, ਯਾਰ ਦਾ ਵਿਛੋੜਾ ਮਾੜਾ ਮਾੜਾ, ਕਾਲਜੇ ਤੇ ਫੋੜਾ ਤੇ ਝੰਝੋੜਾ, ਬੀਣੀ ਗੰਢੀ ਨੂੰ, ਹਲਕੇ ਨੂੰ ਆਬ, ਹਲਕੇ ਨੂੰ ਆਬ ਪਾਣੀ ਹਲਕੇ ਹੋਏ ਨੂੰ, ਬਾਬੂ ਸਾਉਣ 'ਚ ਜਲਾਬ ਮਾੜਾ, ਕਾਜੀ ਨੂੰ ਸ਼ਰਾਬ ਤੇ ਬਰਸਾਤ ਮਾੜੀ, ਮੰਡੀ ਨੂੰ ਲਾਗੀ ਨੂੰ ਮੜਕ ਮਾੜੀ, ਜੁੱਤੀ ਨੂੰ ਸੜਕ ਮਾੜੀ, ਅੱਖ ਨੂੰ ਰੜਕ ਤੇ ਬੜਕ ਮਾੜੀ, ਬੈਰਾਂ ਨੂੰ ਖੰਘ ਮਾੜੀ, ਤਾਪ ਨੂੰ ਲਗਾਉਣਾ ਹੱਥ ਸਾਂਪ ਨੂੰ, ਕੁੱਟਣ ਮਾੜਾ ਬਾਪ ਨੂੰ, ਟੁੱਟਣ ਮਾੜਾ ਨਹਿਰਾਂ ਨੂੰ, ਚੱਲੀ ਮਾੜੀ ਦੱਖਣ, ਸੰਖੀਆ ਝੱਖਣ ਮਾੜਾ, ਵਹਿਲੀ ਘਰੇ ਰੱਖਣ, ਨਭਾਉਣਾ ਘਰੇ ਗੈਰਾਂ ਨੂੰ, ਨਾਰ ਬਿਵਚਾਰ ਬਾਬੂ, ਪਾਂਧੇ ਦਾ ਉਧਾਰ ਮਾੜਾ, ਪਾਂਧੇ ਨੂੰ ਸ਼ਿਕਾਰ ਮਾੜਾ ਤੇ ਅਚਾਰ ਮਾੜਾ ਸ਼ਹਿਰਾਂ ਨੂੰ, ਸਿਆਣਿਆਂ ਦੀ ਮੱਤ ਕੰਮ ਆਮ ਦੀ ਉਮਰ, ਸਾਰੇ ਹਾਕਮਾਂ ਦੇ ਕੋਲੇ ਜਾਂ ਸੁਣਾਈਏ ਗੱਲ ਕੱਬੀ ਨਾ, ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਜ਼ੋਰ ਹੋਵੇ, ਐਵੇਂ ਵਿੱਚ ਪਿੰਡ ਦੇ ਸਦਾਈਏ ਖਾਨ ਖੱਬੀ ਨਾ, ਆਪ ਦੀ ਜਨਾਨੀ ਪਾਸ ਹੱਸੀਏ ਨਾ ਹੋਰ ਨਾਲ, ਖਿਲਣੇ ਕੋ ਬਾਲ ਕੋ ਫੜਾਈਏ ਫੀਮੀ ਡੱਬੀ ਨਾ, ਜਾਣਾ ਪਰਦੇਸ ਦਮ ਦੂਣੇ ਲੈ ਜ਼ਰੂਰਤਾਂ ਤੋਂ, ਹਲ ਬਹੁੰਦੇ ਬਾਬੂ ਜੀ ਹੰਢਾਈਏ ਪੱਗ ਛੱਬੀ ਨਾ। ਬਾਬੂ ਰਜ਼ਬ ਅਲੀ ਜੀ, ਲਓ ਜੀ ਚੱਲੀਏ ਫਿਰ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਮੇਰੇ ਨਾਲ ਨੇ। ਸਰ ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਆਂਦੇ 23-24 ਨੇ ਰਲ ਕੇ ਨੌ ਇੰਡੀਆ ਰੱਖ ਲਿਆ ਭਾਜਪਾ ਵਿਰੋਧੀ ਧਿਰ, ਪਰ ਸਾਲ ਹਲੇ ਤੱਕ ਰਹਿੰਦਾ ਜਦ ਤੱਕ ਖੰਡਿਆ ਨਾ ਦੇਣ ਇਹਨਾਂ ਨੂੰ। ਜੀ ਗਿੱਲ ਸਾਹਿਬ, ਅੱਜ ਭਾਰਤ ਦੀਆਂ 26 ਵਿਰੋਧੀ ਪਾਰਟੀਆਂ ਨੇ ਇੱਕ ਨਵਾਂ ਗੱਠਜੋੜ ਬੰਗਲੁਰੂ ਦੇ ਵਿੱਚ ਐਲਾਨ ਦਿੱਤਾ। ਵੱਡੀ ਗੱਲ ਆ, ਉਹਦੇ ਚ ਨਿਤਿਸ਼ ਕੁਮਾਰ ਵੀ ਹੈ, ਉਹਦੇ ਚ ਗਾਂਧੀ ਪਰਿਵਾਰ ਵੀ ਹੈ, ਕਾਂਗਰਸ ਦਾ ਮਲਕ ਰਾਜਨ ਖੜਗੇ ਵੀ ਹੈ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੀ ਨੇ, ਉਹਦੇ ਚ ਮਮਤਾ ਬੈਨਰਜੀ ਜੀ ਵੀ ਹੈ, ਉਹ ਚ ਸਾਰੇ ਖੱਬੇ ਪੱਖੀ ਨੇ, ਉਹਦੇ ਵਿੱਚ ਖੇਤਰੀ ਪਾਰਟੀਆਂ ਨੇ। ਔਰ ਗਿੱਲ ਸਾਹਿਬ, ਜੇ ਦੇਖਣਾ ਹੋਵੇ 11 ਸੂਬਿਆਂ ਦੀਆਂ ਸਰਕਾਰਾਂ ਇਕੱਠੀਆਂ ਹੋ ਗਈਆਂ ਭਾਰਤ ਦੀਆਂ, ਕਿਉਂਕਿ ਜਿਹੜੀਆਂ ਅੱਜ 26 ਪਾਰਟੀਆਂ ਇਕੱਠੀਆਂ ਹੋਈਆਂ ਉਹਨਾਂ ਦੀ 11 ਸੂਬਿਆਂ ਚ ਸਰਕਾਰ ਹੈ। ਈਵਨ ਜੇ ਇਦੂ ਵੀ ਗਾਹਾਂ ਲੈਬੋਰੇਟ ਕਰਕੇ ਮੈਂ ਦੱਸਾਂ ਤਾਂ ਕਈ ਸੂਬਿਆਂ ਦੇ ਵਿੱਚ ਭਾਜਪਾ ਨੇ ਸਰਕਾਰਾਂ ਸਿੜਤੀਆਂ ਨੇ, ਉਹਨਾਂ ਦੀਆਂ ਅੱਧਿਓਂ ਵੱਧ ਸੂਬਿਆਂ ਚ ਸਰਕਾਰਾਂ ਹੁੰਦੀਆਂ, ਐਜ ਲਾਈਕ ਮਹਾਰਾਸ਼ਟਰ ਦੇ ਵਿੱਚ ਸਰਕਾਰ ਸਿੱਟੀ ਨਹੀਂ ਇਹਨਾਂ ਦੀ ਸਰਕਾਰ ਹੁੰਦੀ ਆ ਜਿਹੜੇ 26 ਇਕੱਠੇ ਬੈਠੇ ਆ। ਕਰਨਾਟਕਾ ਦੇ ਵਿੱਚ ਸਿੱਟੀ ਪਿੱਛੇ ਨਹੀਂ, ਉੱਥੇ ਵੀ ਇਹਨਾਂ ਦੀ ਜਿਹੜੀ ਆ ਉਹ ਸੱਤਾ ਉਵੇਂ ਰੂਪ ਹੁੰਦੀ, ਅੱਜ ਵੀ ਖੈਰ ਹੈਗੀ ਆ। ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਨੇ ਜਿਨ੍ਹਾਂ ਨੂੰ ਖੰਡਾਉਣ ਦੇ ਲਈ ਭਾਜਪਾ ਨੇ ਜ਼ੋਰ ਲਾਇਆ ਪਿਛਲੇ ਸਮੇਂ 'ਚ, ਅੱਕੇ ਹੋਏ ਇਕੱਠੇ ਹੋਏ ਨੇ, ਕਿਸੇ ਪਾਰਟੀ ਦੇ ਵਿੱਚੋਂ MLA ਤੋੜ ਲਏ, ਕਿਸੇ 'ਚੋਂ MP ਤੋੜ ਲਏ, ਕਿਸੇ ਦੀ ਬਣੀ ਹੋਈ ਸਰਕਾਰ ਸਿੜਤੀ, ਇਹ ਉਹ ਇਕੱਠੇ ਹੋਏ ਨੇ 26। ਇਹਨਾਂ ਦੀਆਂ ਦੇਖੋ ਇੰਟਰਨਲ ਕੰਟਰਡਿਕਸ਼ਨ 'ਚ ਬਹੁਤ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਗਾ ਕਿ ਇਹ ਖਿੰਡ ਸਕਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇੱਕ ਦੂਜੇ ਦੇ ਨਾਲ ਬਹੁਤ ਵਿਰੋਧ ਹੈ, ਔਰ ਕਿਵੇਂ ਸੀਟਾਂ ਦੀ ਵੰਡ ਹੋਊ, 13 ਨੂੰ ਕਿਵੇਂ ਵੰਡਣਗੇ ਦੋਨੇ। ਮਜੀਠੀਆ ਤਾਂ ਅੱਜ ਹੀ ਕਹੀ ਜਾਂਦਾ, ਕਹਿੰਦਾ ਜੀ ਇਹ ਵਿਰੋਧੀ ਧਿਰ ਚੋਂ ਬੈਠਣਗੇ ਕਿਉਂ, ਇਹ ਤਾਂ ਇਕੱਠੇ ਹੋ ਗਏ। ਉਹ ਤਾਂ ਅੱਜ ਹੀ ਸਪੀਕਰ ਸਾਹਿਬ ਨੂੰ ਚਿੱਠੀਆਂ ਲਿਖੀ ਜਾਂਦਾ ਕਿ ਇਹਨਾਂ ਦੀ ਥਾਂ ਦੇ ਉੱਤੇ ਸਾਨੂੰ ਵਿਰੋਧੀ ਧਿਰ ਬਣਾਓ। ਲੇਕਿਨ ਹਾਲਤ ਜਿਹੜੀ ਗਿੱਲ ਸਾਹਿਬ ਆ ਉਹ ਇਹ ਹੈ ਕਿ ਭਾਜਪਾ ਵਰਗੀ ਪਾਰਟੀ ਦਾ ਮੁਕਾਬਲਾ ਕਰਨ ਦੇ ਲਈ ਕਿਸੇ ਪਾਰਟੀ 'ਚ ਯੁਰਤ ਨਹੀਂ ਹੈ। ਬਿਲਕੁਲ, ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ 'ਚ ਕੋਈ ਹਾਲਤ ਨਹੀਂ ਹੈ ਕਿ ਉਹ ਭਾਜਪਾ ਦਾ ਮੁਕਾਬਲਾ ਕਰ ਲਏ। ਕਾਂਗਰਸ ਕੋਲੇ ਮੋਦੀ ਦੇ ਬਰੋਬਰ ਦਾ ਕੋਈ ਲੀਡਰ ਹੀ ਨਹੀਂ ਹੈਗਾ ਕਿ ਜਿਹਨੂੰ ਉਹ ਬਾਂਹ ਫੜ ਕੇ ਖੜਾ ਕਰ ਦੇਣ ਕਿ ਆਹ ਸਾਡਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਹੋਊਗਾ। ਅੱਜ ਜਦੋਂ ਇਹ ਇੰਡੀਆ ਬਣਾ ਰਹੇ ਸੀ, ਇਹਨਾਂ ਨੇ ਇੰਡੀਆ ਜਿਹੜਾ ਨਾਂ ਰੱਖਿਆ ਪਹਿਲਾਂ UPA ਹੁੰਦਾ ਸੀ, ਜਿਵੇਂ ਹੁਣ ਇੰਡੀਆ ਦਾ ਇਕੱਲੇ ਇਕੱਲੇ ਸ਼ਬਦ ਦਾ ਮਤਲਬ ਹੈ I ਮਤਲਬ ਇੰਡੀਅਨ, N ਮਤਲਬ ਨੈਸ਼ਨਲ, D ਮਤਲਬ ਡਿਵੈਲਪਮੈਂਟਲ, I ਮਤਲਬ ਇੰਕਲੂਸਿਵ, A ਮਤਲਬ ਅਲਾਇੰਸ। ਇੰਡੀਅਨ, ਨੈਸ਼ਨਲ, ਡਿਵੈਲਪਮੈਂਟਲ, ਇੰਕਲੂਸਿਵ, ਅਲਾਇੰਸ, ਇਹ ਇੱਕ ਨਵਾਂ ਨਾਂ ਇਸ ਗੱਠਜੋੜ ਨੂੰ ਦਿੱਤਾ ਗਿਆ। ਜਾਣੀ ਕਿ ਇੱਕ ਪਾਸੇ ਇੰਡੀਆ ਹੋਊ ਇਹ ਜਿਹੜਾ ਗੱਠਜੋੜ, ਦੂਜੇ ਪਾਸੇ NDA ਹੋਊਗੀ। ਔਰ 11 ਸੂਬਿਆਂ ਦੇ ਵਿੱਚ ਇਹਨਾਂ ਦੀ ਸਰਕਾਰਾਂ, ਇਹ ਕਹਿੰਦੇ 11 ਮੈਂਬਰੀ ਅਸੀਂ ਕਮੇਟੀ ਬਣਾਵਾਂਗੇ, ਉਹੀ ਅਨਾਊਂਸ ਕਰੂਗੀ ਕਿ ਸਾਡਾ ਮੇਨ ਜਿਹੜਾ ਚੇਅਰਮੈਨ ਕੌਣ ਹੋਊਗਾ ਇਸ ਅਲਾਇੰਸ ਦਾ। ਕਾਂਗਰਸ ਨੇ ਇਹ ਕਹਿ ਦਿੱਤਾ ਕਿ ਅਸੀਂ ਇਸ ਰੇਸ 'ਚ ਨਹੀਂ ਆ ਕਿ ਪ੍ਰਾਈਮ ਮਿਨਿਸਟਰ ਸਾਡਾ ਬਣੇ, ਅਸੀਂ ਇਸ ਰੇਸ ਦੇ ਵਿੱਚ ਨਹੀਂ ਆ ਕਿ ਅਸੀਂ ਸੱਤਾ ਦੇ ਵਿੱਚ ਮੇਨ ਰੋਲ ਨਿਭਾਈਏ। ਉਹਨਾਂ ਨੇ ਕਿਹਾ ਸਾਡਾ ਮਕਸਦ ਇਕੱਠੇ ਕਰਨਾ, ਭਾਜਪਾ ਦਾ ਮੁਕਾਬਲਾ ਕਰਨਾ। ਖੈਰ ਰੇਸ 'ਚ ਤਾਂ ਉਹ ਹੈ ਵੀ ਨਹੀਂ, ਪ੍ਰਾਈਮ ਮਿਨਿਸਟਰ ਬਣਦੇ ਤਾਂ ਮੈਨੂੰ ਲੱਗਦਾ ਉਹ
हालत च भी नहीं है। नीतीश कुमार, ममता बैनर्जी, अरविंद केजरीवाल, शरद पवार, लालू प्रसाद यादव का मुंडा, मतलब कई उस बारे सोचते ने कि इन्हों की बनती है, देखना होगा। जी गल सा एनडीए की मीटिंग दे विच भाजपा ने अकालिया नू सद्या नहीं ते ओ कहंदे असीं रल नू तैयार फिरदे आ। बिल्कुल जी, और ये तो अकालिया दे नाल वाली पैड़ी हुई आ। ओ कहंदे हुंदे आ ना नाती धोती रहेगी मूंह ते मक्खी बहेगी, और इन्हां ने तो पूरी तैयारी खिंच ली सी एनडीए की इस मीटिंग दे विच जाण दी। श्रोमणी अकाली दल बादल इस पोजिशन दे विच सी कि माहौल बनाउण लग गए सी। ईवन जिहड़ा यूनिफॉर्म सिविल कोड लैके आया यूसीसी कि सारे देश च इक्को कानून लागू हो, सारे धर्मां ते इक्को कानून लागू हो, अकाली दल ने उस कानून दे उत्ते आपदी पोजिशन स्पष्ट करन दी थां दे उत्ते पहला ये एक कमेटी बनाती सी, सब कमेटी हो जी ये देखो जी, यानी कि भी किधर नूं जाणा उधर नूं फैसला लै लांगे। हुण तां उहदे विरोध च आ गए जदों उहनां ने मीटिंग च ही नहीं बुलाए। और बट जिहड़ियां 38 पार्टियां सद्दियां ने उहनां च ढींढ साह सद लिया, ढींढ सिवरां दी जानी कि पार्टी जिहड़ी श्रोमणी अकाली दल सैकूलर ਉਹ ਸੱਦ ਲਈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਸੱਦਿਆ। ਇਹ ਅਸਲ ਦੇ ਵਿੱਚ ਇਹਨਾਂ ਦਾ ਅਲਾਇੰਸ ਹਜੇ ਵੀ ਹੋ ਸਕਦਾ ਹੈ। ਭਾਜਪਾ ਕਹਿੰਦੀ ਹੈ ਵੀ ਵੱਡਾ ਭਾਈ ਅਸੀਂ ਹਾਂ, ਸਾਡੀ ਨੈਸ਼ਨਲ ਲੈਵਲ ਤੇ ਪਾਰਟੀ ਹੈ, ਕਿਸੇ ਸੂਬੇ 'ਚ ਅਸੀਂ ਜੇ ਕਿਸੇ ਨਾਲ ਅਲਾਇੰਸ ਕਰਦੇ ਹਾਂ ਚੀਫ ਮਿਨਿਸਟਰ ਸਾਡਾ ਹੁੰਦਾ, ਸਾਨੂੰ ਬਰੋਬਰ ਤੇ ਸੀਟਾਂ ਦਿਓ, ਜੇ ਲੋਕ ਸਭਾ ਦੀਆਂ 13 ਨੇ ਤਾਂ 7 ਸਾਨੂੰ 6 ਤੁਹਾਨੂੰ, ਜੇ ਵਿਧਾਨ ਸਭਾ ਦੀਆਂ 117 ਸੀਟਾਂ ਨੇ ਤਾਂ 50-50% ਕਰ ਲਓ। ਲੇਕਿਨ ਇਹੀ ਤੁਹਾਡੇ ਕੋਲ ਪਿਛਲੇ ਵਾਰ ਸੀ, ਬਾਕੀ 117 'ਚੋਂ ਅਸੀਂ ਲੜਦੇ ਸੀ, ਐਤਕੀ 5-7 ਵਧਾ ਲਓ। ਪਰ ਐਨਡੀਏ ਦੇ ਵੱਲੋਂ ਨਾ ਸੱਦਿਆ ਜਾਣਾ, ਇਹਦੇ ਤੋਂ ਸੰਕੇਤ ਮਿਲ ਰਿਹਾ ਕਿ ਭਾਜਪਾ ਅਕਾਲੀ ਦਲ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਕਮਜ਼ੋਰ ਕਰ ਸਕਦੀ ਹੈ। ਢੀਂਡਸੇ ਨੂੰ ਸੱਦਣ ਦਾ ਮਤਲਬ ਆ ਕਿ ਢੀਂਡਸਾ ਹੋਰਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਪੁਜੀਸ਼ਨ ਉਹਨਾਂ ਦੀ ਕੋਈ ਬਹੁਤੀ ਸਟਰੋਂਗ ਨਹੀਂ ਹੈ, ਮੈਨੂੰ ਲੱਗਦਾ ਕੋਈ ਪੰਚਾਇਤ ਮੈਂਬਰ ਜਿੱਤਣ ਦੀ ਹਾਲਤ ਦੇ ਵਿੱਚ ਨਹੀਂ ਹੈ ਉਹਨਾਂ ਦੀ ਪਾਰਟੀ, ਲੇਕਿਨ ਨੈਸ਼ਨਲ ਲੈਵਲ ਦੇ ਉੱਤੇ ਐਨਡੀਏ ਦਾ ਪਾਰਟ ਬਣ ਰਹੀ ਹੈ, ਦੇਖਣਾ ਹੋਊ। ਅਕਾਲੀ ਦਲ ਨੂੰ ਤਾਂ ਹੋਰ ਵੀ ਝਟਕਾ ਲੱਗਿਆ ਜੀ, ਹਰਗੋਬਿੰਦ ਕੌਰ ਨੂੰ ਪ੍ਰਧਾਨ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਇਸਤਰੀ ਵਿੰਗ ਦੀ। ਉੱਧਰ ਟਕਸਾਲੀ ਆਗੂਆਂ ਤੇ ਵਰਕਰਾਂ ਦੇ ਵੱਲੋਂ ਨਵੀਂ ਪ੍ਰਧਾਨ ਹਰਗੋਬਿੰਦ ਕੌਰ ਦੀ ਨਿਯੁਕਤੀ ਤੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਅਸਤੀਫੇ ਦੇ ਦਿੱਤੇ। ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੇ ਵੱਲੋਂ ਸਮੂਹਿਕ ਅਸਤੀਫੇ ਦੇ ਦਿੱਤੇ ਗਏ ਨੇ। ਔਰ ਮੋਹਾਲੀ ਦੇ ਵਿੱਚ ਮੀਟਿੰਗ ਤੋਂ ਬਾਅਦ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਮੀਤ ਪ੍ਰਧਾਨ ਹਰਪ੍ਰੀਤ ਕੌਰ ਬਰਨਾਲਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਤੇ SGPC ਮੈਂਬਰ ਪਰਮਜੀਤ ਕੌਰ ਲਾਂਡਰਾ, ਮੋਹਾਲੀ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਸਾਬਕਾ ਇਸਤਰੀ ਅਕਾਲੀ ਦਲ ਲੁਧਿਆਣਾ ਦੀ ਆਗੂ ਸੁਰਿੰਦਰ ਕੌਰ ਸਮੇਤ 25 ਤੋਂ ਵੱਧ ਮਹਿਲਾ ਆਗੂਆਂ ਨੇ ਜਿਹੜੇ ਅਸਤੀਫੇ ਦੇ ਦਿੱਤੇ। ਅਕਾਲੀ ਦਲ ਦੇ ਵਿੱਚ ਤਾਂ ਹਾਲਤ ਆ ਜਿਹੜੀ ਪਤਲੀ ਹੋ ਰਹੀ ਹੈ ਜੀ। ਅੱਛਾ ਜੀ, ਵਿਜੇ ਸਾਂਪਲਾ ਨੇ ਅਸਤੀਫਾ ਦੇ ਦਿੱਤਾ ਕੌਮੀ ਐਸਸੀ ਕਮਿਸ਼ਨ ਤੋਂ, ਦੇ ਚੇਅਰਮੈਨ ਤੋਂ। ਜੀ ਗਿੱਲ ਸਾਹਿਬ, ਵਿਜੇ ਸਾਂਪਲਾ ਨੇ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ ਇਹਦਾ ਇੱਕ ਵੱਡਾ ਕਾਰਨ ਹੈ, ਵੱਡਾ ਕਾਰਨ ਇਹ ਹੈ ਕਿ ਵਿਜੇ ਸਾਂਪਲਾ ਪੰਜਾਬ ਦਾ ਇੱਕ ਵੱਡਾ ਭਾਜਪਾ ਦਾ ਲੀਡਰ ਹੈ। ਵਿਜੇ ਸਾਂਪਲਾ ਨੇ ਪਹਿਲੀ ਵਾਰ ਜਿਹੜੀ ਚੋਣ ਹੈਗੀ 2014 ਦੇ ਵਿੱਚ ਲੋਕ ਸਭਾ ਦੀ ਹੁਸ਼ਿਆਰਪੁਰ ਤੋਂ ਜਿੱਤੀ ਸੀ। ਉਹ ਇਲੈਕਸ਼ਨ ਜਿੱਤਣ ਤੋਂ ਬਾਅਦ ਵਿਜੇ ਸਾਂਪਲਾ ਦੀ ਚੜ੍ਹਾਈ ਹੋ ਗਈ ਸੀ। ਇਹ ਕੁਝ ਸਮੇਂ ਲਈ ਭਾਜਪਾ ਦਾ ਪੰਜਾਬ ਦਾ ਪ੍ਰਧਾਨ ਵੀ ਬਣਿਆ ਸੀ, ਔਰ ਕੁਝ ਸਮੇਂ ਦੇ ਲਈ ਇਹ ਕੇਂਦਰੀ ਕੈਬਨਿਟ ਦੇ ਵਿੱਚ ਵੀ ਮੰਤਰੀ ਬਣਿਆ ਸੀ। ਲੇਕਿਨ ਹੁਣ ਇਹ ਐਸਸੀ ਕਮਿਸ਼ਨ ਦਾ ਨੈਸ਼ਨਲ ਲੈਵਲ ਦਾ ਜਿਹੜਾ ਚੇਅਰਮੈਨ ਚੱਲ ਰਿਹਾ ਸੀ। ਦਰਅਸਲ ਇਹਦਾ ਕਾਰਨ ਗਿੱਲ ਸਾਹਿਬ ਇਹ ਹੋਇਆ ਕਿ ਜਦੋਂ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਤਾ ਭਾਜਪਾ ਦਾ, ਕਾਂਗਰਸੀ ਤਾਂ ਖੁਸ਼ ਹੋ ਗਏ, ਅਸ਼ਵਨੀ ਸ਼ੇਖੜੀ ਵਰਗੇ ਵੀ ਛਾਲਾ ਮਾਰ ਕੇ ਕਾਂਗਰਸ ਦੇ ਆ ਗਏ, ਲੇਕਿਨ ਭਾਜਪਾ 'ਚ ਨਾਰਾਜ਼ਗੀ ਖੜੀ ਹੋ ਗਈ ਸੀ। ਔਰ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਤਾਜਪੋਸ਼ੀ ਤੇ ਵੀ ਨਹੀਂ ਪਹੁੰਚੇ, ਜਿੱਦਾਂ ਇਹਨੂੰ ਪ੍ਰਧਾਨ ਦਾ ਅਹੁਦਾ ਸੰਭਾਇਆ ਗਿਆ ਸੁਨੀਲ ਜਾਖੜ ਨੂੰ। ਉਹਦਾ ਹੁਣ ਬਦਲ ਲੱਭਣ ਦੇ ਲਈ ਭਾਜਪਾ ਨੇ ਇੱਕ ਨਵਾਂ ਫਾਰਮੂਲਾ ਲਿਆਂਦਾ ਕਿ ਵਿਜੇ ਸਾਂਪਲਾ ਦਲਿਤ ਆਗੂ ਹੈ, ਦੁਆਬੇ ਦਾ, ਇਹਨੂੰ ਇਹਦੇ ਬਰੋਬਰ ਦੇ ਉੱਤੇ ਉਭਾਰ ਦਿਓ ਸੁਨੀਲ ਜਾਖੜ ਦੇ। ਭਾਜਪਾ ਇਹ ਫਾਰਮੂਲਾ ਲਿਆ, ਇਹਨੇ ਜਿਹੜਾ ਐਸਸੀ ਕਮਿਸ਼ਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਾ, ਉਹਦਾ ਕਾਰਨ ਇਹੀ ਹੈ। ਇੱਕ ਤਾਂ ਇਹਨੂੰ ਹੁਸ਼ਿਆਰਪੁਰ ਤੋਂ ਚੋਣ ਲੜਾਉਣੀ ਹੈ 2024 ਦੀ ਭਾਜਪਾ ਨੇ ਵਿਜੇ ਸਾਂਪਲਾ ਨੂੰ, ਦੂਜਾ ਇਹ ਕਿ ਜਲੰਧਰ ਦੇ ਵਿੱਚ ਡੇਰਾਬਾਦ ਬਹੁਤ ਆ, ਅਫਲਾਨਾ ਡੇਰਾ ਜੀ, ਅਫਲਾਨਾ ਡੇਰਾ, ਉਹ ਸਾਰੇ ਡੇਰਿਆਂ ਦੇ ਵਿੱਚ ਜਿਹੜਾ ਵਿਜੇ ਸਾਂਪਲਾ ਉਹਦੀ ਚੜ੍ਹਾਈ ਹੈ। ਦੂਜਾ ਇਹ ਕਿ ਜਲੰਧਰ ਏਰੀਏ ਦੇ ਵਿੱਚ ਦਲਿਤ ਭਾਈਚਾਰੇ ਦਾ ਵੋਟ ਬੈਂਕ ਬਹੁਤ ਹੈ, ਵਿਜੇ ਸਾਂਪਲਾ ਦਲਿਤ ਭਾਈਚਾਰੇ 'ਚ ਹੋਣ ਕਰਕੇ ਉਹਨੂੰ ਉਭਾਰਿਆ ਜਾਊ। ਸੋ ਹੁਣ ਭਾਜਪਾ ਦੋ ਲੀਡਰ ਉਭਾਰੂ ਬਰੋਬਰ ਦੇ ਉੱਤੇ, ਇੱਕ ਸੁਨੀਲ ਜਾਖੜ, ਦੂਜਾ ਵਿਜੇ ਸਾਂਪਲਾ ਦਲਿਤ ਭਾਈਚਾਰੇ ਚੋਂ, ਤੀਜਾ ਲੱਭ ਰਹੇ ਨੇ ਉਹ ਸਿੱਖ ਚਿਹਰਾ, ਕਿ ਕੋਈ ਸਿੱਖ ਚਿਹਰਾ ਹੋਵੇ
ਉਹਦੇ ਚੋਂ ਕਈ ਕਈ ਜਾਣੇ ਮਤਲਬ ਇਸ ਪੋਜੀਸ਼ਨ ਦੇ ਵਿੱਚ ਆਉਣ ਨੂੰ ਫਿਰਦੇ ਨੇ। ਮਨਪ੍ਰੀਤ ਬਾਦਲ ਕਹਿੰਦਾ ਮੈਨੂੰ ਲੈ ਲਓ, ਇਸ ਤੋਂ ਇਲਾਵਾ ਇਕਬਾਲ ਸਿੰਘ ਲਾਲਪੁਰਾ ਸਾਬਕਾ SSP ਉਹ ਫਿਰਦਾ ਕਹਿੰਦਾ ਮੈਂ ਹੈਗਾ ਜੀ, ਹੋਰ ਵੀ ਕਈ ਨੇ ਇਸ ਕਤਾਰ ਦੇ ਵਿੱਚ। ਮਨਜਿੰਦਰ ਸਿਰਸਾ ਕਹਿੰਦਾ ਮੈਨੂੰ ਛੱਡੋ ਪੰਜਾਬ, ਨਾਲੇ ਅਕਾਲੀਆਂ ਦੇ ਖਿਲਾਰੇ ਪਾਓ। ਤਾਂ ਇਸ ਕਰਕੇ ਕਈ ਕਤਾਰ ਦੇ ਵਿੱਚ ਨੇ, ਤਿੰਨ ਲੀਡਰ ਬਰੋਬਰ ਦੇ ਉੱਤੇ ਭਾਜਪਾ ਵਾਰੂ, ਇਹ ਭਾਜਪਾ ਦੀ ਪਾਲਿਸੀ ਆਉਣ ਵਾਲੇ ਦਿਨਾਂ ਦੀ ਜੀ। ਕਿਤੇ ਸਿਰਸਾ ਦਾ ਗੁਣਾ ਨਾ ਪੈ ਜਾਵੇ, ਕਿਉਂਕਿ ਦੂਜਾ SC ਚਿਹਰੇ ਵੱਲੋਂ ਵਿਜੇ ਸਾਂਪਲਾ ਆ ਗਏ, ਮਨਪ੍ਰੀਤ ਬਾਦਲ ਤੋਂ ਉਹ ਭੈ ਖਾਂਦੇ ਆ, ਸਿਰਸੇ ਨੂੰ ਪੰਜਾਬ ਨਾ ਲੈ ਆਉਣ। ਹੋ ਸਕਦਾ AIG ਆਸ਼ੀਸ਼ ਕਪੂਰ ਦੇ ਖਿਲਾਫ ਪਰਚਾ ਹੋਰ ਹੋ ਗਿਆ ਜੀ। ਗੱਲ ਸਾਹਿਬ AIG ਆਸ਼ੀਸ਼ ਕਪੂਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ। AIG ਆਸ਼ੀਸ਼ ਕਪੂਰ ਪਿਛਲੇ ਸਮੇਂ ਦੇ ਵਿੱਚ ਇੱਕ ਮਹਿਲਾ ਦੇ ਨਾਲ ਜਿਹੜਾ ਉਹ ਕੁੱਟਮਾਰ ਕਰਨ ਦੇ ਮਸਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ, ਔਰ ਉਸ ਤੋਂ ਬਾਅਦ ਉਸ ਮਹਿਲਾ ਨੇ ਕਈ ਦਿਲ ਦਹਿਲਾਉਣ ਵਾਲੇ ਜਿਹੜੇ ਉਹ ਗੱਲਾਂ ਸਾਹਮਣੇ ਲਿਆਂਦੀਆਂ ਸੀ ਵੀ ਜਦੋਂ ਇਹ ਜੇਲ੍ਹ ਸੁਪਰਡੈਂਟ ਸੀਗਾ ਤਾਂ ਇਹ ਉਸ ਮਹਿਲਾ ਦੇ ਨਾਲ ਜਿਹੜਾ ਗਾ ਉਹ ਗਲਤ ਤਰੀਕੇ ਦੇ ਨਾਲ ਬਿਹੇਵ ਕਰਦਾ ਰਿਹਾ, ਇਹ ਕਾਫੀ ਕੁਝ ਸਾਹਮਣੇ ਆਇਆ ਸੀ। ਇਹ ਇਸ ਵਕਤ ਵੀ ਜੇਲ੍ਹ ਦੇ ਵਿੱਚ ਹੈ, ਔਰ ਇਹਦੇ ਤੇ ਇੱਕ ਹੋਰ ਮਾਮਲਾ ਗਾ ਜਿਹੜਾ AIG ਆਸ਼ੀਸ਼ ਕਪੂਰ ਦੇ ਉੱਤੇ ਉਹ ਦਰਜ ਹੋਇਆ ਗਾ। ਸੋ AIG ਆਸ਼ੀਸ਼ ਕਪੂਰ ਦੇ ਉੱਤੇ ਕੇਸ ਦਰਜ ਹੋਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਗਾ ਕਿ ਪੁਲਿਸ ਦੇ ਵਿੱਚ ਬਹੁਤ ਸਾਰੇ ਅਜਿਹੇ ਅਧਿਕਾਰੀ ਹੈਗੇ ਨੇ ਜਿਹਨਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗਾਜ ਡਿੱਗ ਸਕਦੀ ਆ ਜੀ। ਪੰਜਾਬ 'ਚ ਪੁੱਤ ਵੱਲੋਂ ਬਜ਼ੁਰਗ ਮਾਂ ਦਾ ਕਤਲ ਕੀਤਾ ਗਿਆ ਜੀ। ਜੀ ਗੱਲ ਸਾਹਿਬ, ਇਹਦਾ ਬਜ਼ੁਰਗ ਮਾਂ ਦੇ ਜਿਹੜਾ ਉਹਦੇ 1500 ਰੁਪਇਆ ਪੈਨਸ਼ਨ ਮਿਲਦੀ ਸੀ ਉਹਦੇ ਤੇ ਅੱਖ ਹੁੰਦੀ ਸੀਗੀ, ਨਸ਼ੇ ਕਰਨ ਦਾ ਇਹ ਆਦੀ ਸੀਗਾ, ਔਰ ਇਸ ਨੇ ਆਪਣੀ ਪਤਨੀ ਦੇ ਨਾਲ ਰਲ ਕੇ ਬਟਾਲਾ ਦੀ ਇਹ ਘਟਨਾ ਗੀ ਆਪਣੀ ਮਾਤਾ ਦਾ ਜਿਹੜਾ ਵਿਰਧ ਮਾਤਾ ਦਾ ਕਤਲ ਕਰ ਦਿੱਤਾ। ਸੋ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਵਰਗੇ ਖੇਤਰਾਂ ਦੇ ਵਿੱਚ ਜਿੱਥੇ ਸਰਬਣ ਪੁੱਤਰਾਂ ਦੀਆਂ ਗੱਲਾਂ ਚੱਲਦੀਆਂ, ਉੱਥੇ ਇੱਕ ਮਾਂ ਦਾ ਜਿਹੜਾ ਇਸ ਤਰੀਕੇ ਦੇ ਨਾਲ ਕਤਲ ਕਰ ਦੇਣਾ ਇਹ ਤਾਂ ਬਹੁਤ ਹੀ ਮੰਦਭਾਗੀ ਘਟਨਾ ਹੈ। ਇਹ ਬਟਾਲਾ ਦੇ ਪਿੰਡ ਸਰਾਏ ਨਾਗਾ ਦੀ ਘਟਨਾ ਗੀ, ਔਰ ਇਸ ਘਟਨਾ ਦੇ ਵਿੱਚ ਜਿਹੜਾ ਗਾ ਪਿੰਡ ਸਰਾਏ ਤੋਂ ਸਾਹਮਣੇ ਆਇਆ 62 ਦੀ ਮਾਤਾ ਦੀ ਉਮਰ ਸੀਗੀ, ਔਰ ਪਤਨੀ ਦੇ ਨਾਲ ਰਲ ਕੇ ਉਹਦਾ ਕਤਲ ਕੀਤਾ ਜੀ। ਪਰਵਿੰਦਰ ਸਿੰਘ ਝੋਟੇ ਦੀ ਗੱਲਬਾਤ ਸੁਣਾਓ ਜੀ। ਗੱਲ ਸਾਹਿਬ, ਪਰਵਿੰਦਰ ਸਿੰਘ ਝੋਟੇ ਦਾ ਮਸਲਾ ਬੜਾ ਚਰਚਾ ਚ ਹੈ। ਦਰਅਸਲ ਉਹ ਤੇ ਇੱਕ ਕੇਸ ਹੋਰ ਦਰਜ ਕਰ ਲਿਆ, ਹੁਣ ਉਹ ਜਿਹੜਾ ਨਵਾਂ ਕੇਸ ਦਰਜ ਕੀਤਾ ਉਹਦੇ ਤੋਂ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹ ਨਾਰਾਜ਼ ਨੇ। ਮਾਨਸਾ ਏਰੀਏ ਦੇ ਵਿੱਚ ਕਿਸਾਨ ਮਜ਼ਦੂਰ ਝੋਟੇ ਦੇ ਸਮਰਥਕ ਉਹਦੇ ਪੱਖ ਦੇ ਵਿੱਚ ਨਿਤ ਰਿਹਾ ਹੈ, ਕਿਉਂਕਿ ਲੋਕਾਂ ਦਾ ਕਹਿਣਾ ਇਹ ਹੈ ਕਿ ਉਹਦੇ ਤੇ ਕੇਸ ਇਸ ਕਰਕੇ ਦਰਜ ਕੀਤਾ ਗਿਆ ਕਿਉਂਕਿ ਉਹ ਚਿੱਟੇ ਖਿਲਾਫ ਲੜ ਰਿਹਾ ਗਾ। ਔਰ ਇਹ ਪਤਾ ਲੱਗਿਆ ਗਾ, ਮਾਨਸਾ ਦੇ SSP ਡਾਕਟਰ ਨਾਨਕ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਸੀ, ਉਹਨਾਂ ਨੇ ਉੱਥੇ ਪ੍ਰੋਟੈਸਟ ਲਗਾਤਾਰ ਮੋਰਚਾ ਲਾਇਆ ਹੋਇਆ ਝੋਟੇ ਦੀ ਰਿਹਾਈ ਦੇ ਲਈ, 21 ਜੁਲਾਈ ਨੂੰ ਇੱਕ ਵੱਡੀ ਰੈਲੀ ਵੀ ਰੱਖੀ ਹੋਈ ਆ। ਲੇਕਿਨ ਇਸੇ ਦਰਮਿਆਨ ਬਠਿੰਡਾ ਜ਼ਿਲ੍ਹੇ ਦੇ ਮੌੜ ਥਾਣੇ ਦੀ ਪੁਲਿਸ ਵੱਲੋਂ ਝੋਟੇ ਦੇ ਉੱਤੇ ਇੱਕ ਔਰਤ ਦੀ ਘਰ 'ਚ ਜਾ ਕੇ ਕੁੱਟਮਾਰ ਕਰਨ ਦਾ ਕੇਸ ਦਰਜ ਕਰ ਦਿੱਤਾ ਗਿਆ ਗਾ। ਔਰ ਇਹ ਜਿਹੜਾ ਕੇਸ ਦਰਜ ਕੀਤਾ ਗਿਆ ਗਾ, ਇਹ ਕੇਸ ਦਰਜ ਕਰਨ ਤੋਂ ਲੋਕ ਆ ਜਿਹੜੇ ਭੜਕ ਉੱਠੇ। ਲੋਕਾਂ ਦਾ ਕਹਿਣਾ ਗਾ ਕਿ ਮੌੜ ਥਾਣੇ ਦੇ ਵਿੱਚ ਜਿਹੜਾ ਪਰਵਿੰਦਰ ਸਿੰਘ ਝੋਟੇ ਖਿਲਾਫ਼ ਕੇਸ ਪਰਚਾ ਦਰਜ ਕੀਤਾ ਗਿਆ, ਇਹ ਤੋਂ ਜ਼ਾਹਰ ਆ ਕਿ ਸਰਕਾਰ ਇਸ ਨੌਜਵਾਨ ਨੂੰ ਇਨਸਾਫ਼ ਦੇਣ ਲਈ ਤਾਂ ਜੇਲ੍ਹ 'ਚ ਬੰਦ ਰੱਖਣ ਦੇ ਰੌਂ 'ਚ ਹੈ, ਕਿਉਂਕਿ ਪਹਿਲਾਂ ਵਾਲੇ ਕੇਸ ਆ ਜਿਹੜਾ ਜਿਹਦੇ 'ਚ ਉਹਨੂੰ ਅਰੈਸਟ ਕੀਤਾ ਗਿਆ ਅਵੇਲੇਬਲ ਸੀ, ਉਹਦੀ ਜ਼ਮਾਨਤ ਹੋ ਜਾਣੀ ਸੀਗੀ। ਉਹਦੀ ਜ਼ਮਾਨਤ ਹੋਣ ਤੋਂ ਪਹਿਲਾਂ ਹੀ ਉਹਦੇ 'ਤੇ ਇੱਕ ਕੇਸ ਆ ਜਿਹੜਾ ਨਵਾਂ ਮੌੜ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਗਿਆ। ਦੂਸਰਾ ਇਹ ਆ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਿੱਲ ਸਾਹਿਬ ਜਿਹੜੀ ਹੈਗੀ ਉਹ ਰਿਪੋਰਟ ਵਾਇਰਲ ਕੀਤੀ ਗਈ ਕਿ ਦੇਖੋ ਡੋਪ ਟੈਸਟ ਕੀਤਾ ਝੋਟੇ ਦਾ, ਉਹਦੇ 'ਚੋਂ ਪੋਜ਼ਿਟਿਵ ਆਇਆ। ਔਰ ਪਹਿਲੀ ਗੱਲ ਤਾਂ ਇਹ ਕਿ ਪੁਲਿਸ ਹਰਾਸਤ ਦੇ ਵਿੱਚ ਲੈਣ ਵੇਲੇ ਹਰੇਕ ਦਾ ਡੋਪ ਟੈਸਟ ਹੁੰਦਾ, ਆ ਜਿਹੜੇ ਲੀਡਰ ਜੇ ਫੜੇ ਨੇ ਕੋਈ ਵਿਜੀਲੈਂਸ ਨੇ ਵੱਧ ਜਾਇਦਾਦ ਬਣਾਉਣ ਦੇ ਕੋਈ ਹੋਰ ਮਸਲਿਆਂ 'ਚ ਕੀ ਇਹਨਾਂ ਦੇ ਡੋਪ ਟੈਸਟ ਹੋਏ ਨੇ। ਦੂਸਰਾ ਪੁਆਇੰਟ ਗਿੱਲ ਸਾਹਿਬ ਇਹ ਆ ਕਿ ਡੋਪ ਟੈਸਟ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਕੋਈ ਵਿਅਕਤੀ ਨਸ਼ਾ ਕਰਦਾ ਉਹੀ ਪੋਜ਼ਿਟਿਵ ਆਉਂਦਾ। ਬਹੁਤ ਸਾਰੀਆਂ ਮੈਡੀਸਨ ਲੈਂਦੇ ਹਾਂ ਆਪਾਂ, ਖਾਸ ਕਰਕੇ ਜਿਹੜੀਆਂ ਕੋਈ ਡਿਪਰੈਸ਼ਨ ਦੀ ਮੈਡੀਸਨ ਲੈਂਦਾ, ਕੋਈ ਨੀਂਦ ਦੀ ਗੋਲੀ ਲੈਂਦਾ, ਕੋਈ ਮਤਲਬ ਜਿਹੜੀਆਂ ਮੈਡੀਸਨ ਚੱਲਦੀਆਂ ਨੇ ਬਜ਼ੁਰਗਾਂ ਦੀਆਂ, ਖਾਸ ਕਰਕੇ ਔਰਤਾਂ ਦੀਆਂ ਵੀ ਚੱਲਦੀਆਂ ਨੇ, ਉਹ ਸਾਡਾ ਪਰਵਿੰਦਰ ਸਿੰਘ ਝੋਟੇ ਦੀ ਵੀ ਕੋਈ ਮੈਡੀਸਨ ਚੱਲਦੀ ਹੋਵੇ, ਉਹ ਪੋਜ਼ਿਟਿਵ ਆਉਂਦੀ ਆ। ਇਸ ਤੋਂ ਅਗਲਾ ਪੁਆਇੰਟ ਮੈਂ ਇਦੋਂ ਗਾਹਾਂ ਜਾ ਕੇ ਵੀ ਕਹਿਣਾ ਗੱਲ ਕਿ ਮੰਨ ਲਓ ਪਰਵਿੰਦਰ ਸਿੰਘ ਝੋਟਾ ਨਸ਼ਾ ਕਰਦਾ ਸੀ ਤਾਂ ਕੀ ਉਹਦੀ ਰਿਪੋਰਟ ਵਾਇਰਲ ਕਰਕੇ
सरकार जिहड़ा चिट्टा बेचदे ने उन्हां नूं बचाउंदी नहीं है। जे कोई बंदा किसे समय नशा करता सी, मतलब 6 महीने पहला करता जी, 2 महीने पहला करता जी, नशा छड गया, की अज उह नशियां दे खिलाफ लड़ नहीं सकदा? की अज उह नशा तस्करां दे खिलाफ बोल नहीं सकता? तो इह जिहड़ा मतलब तरीका गा कि बंदे नूं जेल च बंद करो, उहदी किरदार कुशी कर दिओ, उह मूहरों कोई रिप्लाई ना कर सके, क्योंकि जदों तुसीं जेल च बंदा अरैसट करके बंद कर लिया उदो बाद वह तो पूरा रिप्लाई कर नहीं सकता, वह तो कोई प्रेस कॉन्फ्रेंस कर नहीं सकता उस विषय के उत्ते। तुसी अपने जेड़े मतलब चैनल ने जेड़े लगातार सरकार करके एक स्क्रिप्ट लिख के दे दी आ कि आही बोलनी, अज चक दो फटे लग जाते हैं तार तार, कहने ने असी पंजाब की गल करते हैं, असी पंजाब के हकों की गल करते हैं, लेकिन यह लिखिया हुई स्क्रिप्टा तार तार पढ़ी जाते हैं जी। मानसे सिरसे दे इलाके च हड़ दा की हाल है? कहिंदे ब्यास दरिया दा एक बन्न टुट गया है, कित्थे टुटिया जी? जद साहब काफी माड़िया हालतां ने, देखो तुसीं वी इह कोई कुदरती आफत होवें दी नहीं आई, ना पंजाब च कोई बदल फटिया, ना पंजाब दे विच कोई मोहलेधार मीह पिया। असल दे विच गिल साहब इन्हां दरियावां दे किनारे ने जिहड़े उह मजबूत नहीं है, ਜਿਹੜੇ ਇਹਨਾਂ ਦੇ ਬੰਨ ਬਣੇ ਹੋਏ ਨੇ ਉਹਨਾਂ ਦੇ ਮੁੜ ਕੇ ਤਾਂ ਪੈਸੇ ਹੀ ਨਹੀਂ ਲਾਇਆ, ਉਹਨਾਂ ਦੇ ਉੱਤੇ ਪੈਸਾ ਨਾ ਲਾਉਣੇ, ਜਿਹੜਾ ਮਾਫੀਆ ਪੰਜਾਬ 'ਚ ਸਰਕਾਰ ਨੂੰ ਰਿਹਾ ਨਾ, ਖਨਨ ਮਾਫੀਆ ਜਿਹਨੂੰ ਕਹਿੰਦੇ ਆ, ਮਾਈਨਿੰਗ ਕੀਤੀ ਉਹਨਾਂ ਨੇ ਜਿੱਥੋਂ ਜੀ ਕੀਤਾ ਉੱਥੋਂ ਜਾ ਕੇ ਟਰੱਕ ਤਾਰਤਾ, ਉੱਥੇ ਜਾ ਕੇ ਟਰਾਲਾ ਤਾਰਤਾ, ਟਿੱਪਰ ਤਾਰਤਾ, ਜਿੱਥੋਂ ਜੀ ਕੀਤਾ ਚੜ੍ਹਾ ਲਿਆ, ਜਿੱਥੋਂ ਜੀ ਕੀਤਾ ਭਰ ਲਿਆ, ਭਰ ਕੇ ਵੇਚਤਾ ਰਾਤ ਨੂੰ। ਉਹਨਾਂ ਨੇ ਅਸਲ ਦੇ ਵਿੱਚ ਕਿਨਾਰੇ ਛੱਡੇ ਹੀ ਨਹੀਂ ਦਰਿਆਵਾਂ ਦੇ, ਔਰ ਉੱਥੋਂ ਟੁੱਟ ਜਾਂਦਾ। ਹੁਣ ਜੇ ਕੋਈ 50 ਕਿਲੋਮੀਟਰ ਲੰਬਾ ਦਰਿਆ ਤੁਰਿਆ ਆਉਂਦਾ, ਉੱਥੋਂ ਰਾਹ 'ਚ ਟੁੱਟਦਾ ਨੀ, ਇੱਥੇ ਆ ਕੇ ਟੁੱਟ ਗਿਆ। ਅਸੀਂ ਉਹਨੂੰ ਕੁਦਰਤੀ ਆਫਤ ਥੋੜੀ ਕਹਿ ਸਕਦੇ ਹਾਂ, ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਇਹ ਸਿਸਟਮ ਦੀ, ਇਹ ਪ੍ਰਬੰਧ ਦੀ ਨਾਕਾਮੀ ਆ, ਇਹ ਅਗਲੀਆਂ ਪਿਛਲੀਆਂ ਨਵੀਆਂ ਪੁਰਾਣੀਆਂ ਸਰਕਾਰਾਂ ਦੀ ਨਾਕਾਮੀ ਆ, ਜਿਨ੍ਹਾਂ ਨੇ ਇਹਨਾਂ ਬੰਨਾਂ ਦੇ ਉੱਤੇ ਕੰਮ ਨੀ ਕੀਤਾ। ਹੁਣ ਗਿੱਲ ਸਾਹਿਬ ਇੱਕ ਤਾਂ ਰੋਡ ਕੀ ਬੰਨ ਹੈ ਸਰਦੂਲਗੜ੍ਹ ਏਰੀਏ ਦੇ ਵਿੱਚ, ਮਾਨਸਾ ਜ਼ਿਲ੍ਹੇ ਦੇ ਵਿੱਚ, ਉਹ ਤੜਕੇ 2 ਵਜੇ ਘੱਗਰ ਦਾ ਬੰਨ ਟੁੱਟਿਆ, ਉਹਦੇ ਕਰਕੇ 550 ਏਕੜ ਟਰੱਕ ਵਿੱਚ ਪਾਣੀ ਭਰ ਗਿਆ, ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ, ਘੱਗਰ ਦਾ ਪਾਣੀ ਪੂਰੇ ਪਿੰਡ 'ਚ ਭਰ ਗਿਆ, ਲੋਕਾਂ ਨੇ ਜਾਨ ਮਾਲ ਦੀ ਰਾਖੀ ਦੇ ਲਈ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਕੀਤਾ। ਅੱਜ ਸਿਰਸਾ ਮਾਨਸਾ ਜਿਹੜਾ ਰੋਡ ਹੈ ਉਹਦੇ ਤੇ ਵੀ ਪਾਣੀ ਭਰਿਆ ਫਿਰਦਾ, ਉੱਥੇ ਵੀ ਲੰਘਣ ਨੂੰ ਥਾਂ ਨਹੀਂ ਹੈ। ਤਾਂ ਇੰਨੀ ਵੱਡੀ ਪੱਧਰ ਦੇ ਉੱਤੇ ਮਤਲਬ ਅੱਜ ਵੀ ਹੜ੍ਹਾਂ ਦੀ ਤਬਾਹੀ ਹੈਗੀ ਜਿਹੜੀ ਉਹ ਆ ਰਹੀ ਹੈ ਸਾਹਮਣੇ। ਇਸ ਤੋਂ ਇਲਾਵਾ ਬਿਆਸ ਦਰਿਆ ਦਾ ਜਿਹੜਾ ਬੰਨ ਟੁੱਟਿਆ ਗਾ ਉਹ ਵੀ ਦੁਆਬੇ ਦੇ ਵਿੱਚ ਟੁੱਟਿਆ ਗਿਲ ਸਾਹਿਬ, ਇੱਧਰ ਘੱਗਰ, ਕਿਉਂਕਿ ਕਾਫੀ ਪਾਣੀ ਉੱਤਰ ਗਿਆ ਕਾਫੀ ਇਲਾਕਿਆਂ ਦੇ ਵਿੱਚ। ਅੱਜ ਮੈਂ ਦੇਖਿਆ ਸੀ, ਮੈਂ ਚੰਡੀਗੜ੍ਹ ਜਾ ਕੇ ਆਇਆ ਸੀ, ਅੱਜ ਪਟਿਆਲਾ ਦੇ ਵਿੱਚ ਪਾਣੀ ਲਗਭਗ ਉੱਤਰ ਚੁੱਕਿਆ, ਉਵੇਂ ਦਾ ਕੋਈ ਨੁਕਸਾਨ ਨਹੀਂ ਹੈ। ਉਦੋਂ ਗਾਹਾਂ ਏਅਰਪੋਰਟ ਰੋਡ ਵੀ ਦੇਖਿਆ, ਮੋਹਾਲੀ ਦੇ ਵਿੱਚ ਵੀ ਪਾਣੀ ਉੱਤਰ ਚੁੱਕਿਆ ਗਾ, ਉੱਥੇ ਵੀ ਕੋਈ ਐਡੀ ਗੱਲ ਨਹੀਂ ਹੈ। ਜਿੰਨੀਆਂ ਕਲੋਨੀਆਂ ਦੇ ਵਿੱਚ ਵੜਿਆ ਸੀਗਾ ਉੱਥੇ ਵੀ ਪਾਣੀ ਹੈਗਾ ਜਿਹੜਾ ਉੱਤਰ ਚੁੱਕਿਆ, ਲੇਕਿਨ ਇੱਕ ਤਾਂ ਮਾਨਸਾ ਏਰੀਏ ਦੇ ਵਿੱਚ ਪਾਣੀ ਨਹੀਂ ਉੱਤਰ ਰਿਹਾ ਜੀ, ਉੱਥੇ ਕਾਫੀ ਨੁਕਸਾਨ ਹੈਗਾ ਜਿਹੜਾ ਪਾਣੀ ਉਹ ਕਰ ਰਿਹਾ ਹੈਗਾ। ਦੂਸਰਾ ਜਿਹੜਾ ਹੈਗਾ ਬਿਆਸ ਦਾ ਅੱਜ ਇੱਕ ਬੰਨ ਟੁੱਟਿਆ ਦੁਆਬੇ ਦੇ ਵਿੱਚ, ਉੱਥੇ ਵੀ ਨੁਕਸਾਨ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਹੈਗਾ। ਇਸ ਤੋਂ ਇਲਾਵਾ ਸਤਲੁਜ ਵੀ ਨੁਕਸਾਨ ਹੈਗਾ ਜਿਹੜਾ ਉਹ ਅਜੇ ਤੱਕ ਕਰਦਾ ਜਾ ਰਿਹਾ ਹੈ ਜੀ। ਤਾਮਿਲਨਾਡੂ ਦੀ ਖਬਰ ਹੈ ਕਿ ਮਾਂ ਨੇ ਜਾਨ ਦੇ ਤੀ ਪੁੱਤ ਦੀ ਫੀਸ ਭਰਨ ਲਈ, ਇਹ ਕੀ ਹੋਇਆ ਜੀ? ਗੱਲ ਸਾਹਿਬ ਇਹ ਤੋਂ ਪਤਾ ਲੱਗਦਾ ਕਿ ਆਪਣੇ ਹਾਲਾਤ ਕੀ ਨੇ ਦੇਸ਼ ਦੇ ਵਿੱਚ। ਕਿਹਾ ਜਾ ਰਿਹਾ ਕਿ ਦੇਸ਼ ਬਹੁਤ ਤਰੱਕੀ ਕਰ ਗਿਆ, ਲੇਕਿਨ ਹਾਲਤ ਇਹ ਹੈ। ਦਰਅਸਲ ਹੋਇਆ ਇਹ ਤਾਮਿਲਨਾਡੂ ਦਾ ਇੱਕ ਬਹੁਤ ਹੈਰਾਨ ਕਰਨ ਵਾਲਾ ਮਸਲਾ ਹੈ। ਤਾਮਿਲਨਾਡੂ ਦੇ ਸੇਲਮ ਜ਼ਿਲ੍ਹੇ ਦੇ ਵਿੱਚ ਇਹ ਘਟਨਾ ਵਾਪਰੀ ਹੈ, ਔਰ ਘਟਨਾ ਇਹ ਵਾਪਰੀ ਹੈ ਗਿੱਲ ਸਾਹਿਬ, ਦੋ ਬੱਚੇ ਨੇ ਜਿਹੜੇ ਉਹ ਇੱਕ ਗ੍ਰੈਜੂਏਸ਼ਨ ਕਰ ਗਿਆ, ਇੱਕ ਕਰ ਰਹੀ ਆ। ਉਹਨਾਂ ਦੇ ਨਾ ਫਾਦਰ ਦੀ ਡੈਥ ਹੋ ਗਈ ਕੁਛ ਮਹੀਨੇ ਪਹਿਲਾਂ, ਉਹਨਾਂ ਦੀ ਮਦਰ ਦੋਨਾਂ ਦਾ ਪਾਲਣ ਪੋਸ਼ਣ ਕਰਦੀ ਸੀ। ਕੁੜੀ ਤਾਂ ਚਲੋ ਕਰ ਗਈ ਗ੍ਰੈਜੂਏਸ਼ਨ, ਮੁੰਡੇ ਦੀ ਗ੍ਰੈਜੂਏਸ਼ਨ ਦੀ ਫੀਸ ਅੜ ਗਈ 45,000 ਰੁਪਈਆ, ਉਹ ਤੋਂ ਭਰਿਆ ਨਾ ਗਿਆ। ਉਹ ਕਾਲਜ ਵਾਲੇ ਕਹਿੰਦੇ ਅੱਗੇ ਅਸੀਂ ਪੇਪਰ ਨਹੀਂ ਦੇਣ ਦੇਣੇ, ਇਹਦੀ ਫੀਸ ਡਿਊ ਆ। ਉਹਨੇ ਸਾਰੇ ਰਿਸ਼ਤੇਦਾਰਾਂ ਕੋਲੇ ਗਈ ਵਿਚਾਰੀ ਵੀ ਮੇਰੇ ਜਵਾਕ ਦੀ ਫੀਸ ਭਰਨੀ ਆ, 45,000 ਦੇ ਦਿਓ, ਕਿਸੇ ਨੇ ਨਾ ਦਿੱਤਾ। ਉਹ ਸਾਰਿਆਂ ਕੋਲੇ ਗਈ, ਕਿਸੇ ਨੇ ਗੁਆਂਢੀ ਨੇ ਉਹਦੀ ਬਾਂਹ ਨਹੀਂ ਫੜੀ। ਉਦੋਂ ਬਾਅਦ ਉਹਨੂੰ ਕਿਸੇ ਨੇ ਦੱਸਿਆ ਵੀ ਜੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਜੇ ਤਾਂ ਪਰਿਵਾਰ ਨੂੰ ਕੁਛ ਪੈਸੇ ਮਿਲਦੇ ਆ, 50,000। ਉਹ ਆਪ ਵਿਚਾਰੀ ਸਫਾਈ ਕਰਮਚਾਰੀ ਦਾ ਕੰਮ ਕਰਦੀ ਸੀ ਗਿੱਲ ਸਾਹਿਬ, ਉਹ ਬੱਸ ਥੱਲੇ ਆ ਕੇ ਮਰ ਗਈ। ਔਰ ਉਦੋਂ ਬਾਅਦ ਨਾ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ, ਸੀਸੀਟੀਵੀ ਫੁਟੇਜ ਦੇ ਵਿੱਚ ਪਤਾ ਲੱਗਿਆ
ਉਹ ਪਹਿਲਾਂ ਇੱਕ ਬੱਸ ਚ ਵੱਜਦੀ ਆ, ਉਸ ਤੋਂ ਬਾਅਦ ਉਹ ਫਸ ਹੋ ਜਾਂਦੀ ਆ, ਮਰਨ ਨੂੰ ਕਿਹੜਾ ਜੀ ਕਰਦਾ ਛੇਤੀ ਕੀਤੇ ਆ, ਫਿਰ ਉਸ ਤੋਂ ਬਾਅਦ ਉਹ ਇੱਕ ਟੂ ਵੀਲਰ ਚ ਵੱਜਦੀ ਆ, ਫਿਰ ਫਸ ਹੁੰਦੀ ਆ, ਫਿਰ ਤੀਜੀ ਵਾਰ ਜੇ ਸੀਸੀਟੀਵੀ ਚ ਸਾਹਮਣੇ ਆ ਰਹੀ ਆ ਵੀਡੀਓ ਦੇ ਵਿੱਚ ਕਿ ਬੱਸ ਉਹਨੂੰ ਨੀ ਕੁਚਲਦੀ, ਬਲਕਿ ਉਹ ਤੁਰ ਜਾਂਦੀ ਬੱਸ ਭੱਜ ਕੇ ਮੂਹਰੇ ਆ ਕੇ ਮਰਦੀ ਆ ਤਾਂ ਕਿ ਮੇਰੇ ਬੱਚੇ ਦੀ ਫੀਸ ਭਰੀ ਜਾਵੇ ਜੀ। ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗੱਲ ਨਿਬੜੂ ਕਿ ਨਹੀਂ, ਕਿ ਤਾਕਤਵਰ ਇੰਨਾ ਵੀ ਇਹਦੇ ਵੱਲ ਨੂੰ ਆਉਂਦੀ ਨੀ ਗਰਮੈਸ਼? ਲੱਗਦਾ ਭਾਜਪਾ ਨੇ ਇਹਦੇ ਤੋਂ ਹੱਥ ਚੱਕਣਾ ਪਊ, ਕਿਉਂਕਿ ਬੀਜੇਪੀ ਜਿਹੜਾ ਐਨਡੀਏ ਦੀ ਮੀਟਿੰਗ ਵੀ ਕਰ ਰਹੀ ਹੈ, ਢੀਂਡਸੇ ਵਰਗਿਆਂ ਨੂੰ ਵੀ ਲਿਜਾ ਕੇ ਬਰੋਬਰ ਬਹਾ ਰਹੀ ਹੈ। ਜੇ ਅੱਜ 26 ਪਾਰਟੀਆਂ ਨੇ ਕਿਹਾ ਗਾ ਵੀ ਅਸੀਂ ਦੇਖੋ ਜੀ ਆਈ ਐਨਡੀਆਈਏ ਨਾਂ ਦਾ ਗੱਠਜੋੜ ਬਣਾ ਲਿਆ, ਤਾਂ ਬੀਜੇਪੀ ਡਰੀ ਹੋਈ ਆ। ਬੀਜੇਪੀ ਜੇ ਅੱਜ ਬੋਲ ਰਹੀ ਆ, ਪ੍ਰਧਾਨ ਮੰਤਰੀ ਬੋਲੇ ਨੇ ਇਸ ਮੀਟਿੰਗ ਦੇ ਉੱਤੇ, ਤਾਂ ਇਹਦਾ ਬੀਜੇਪੀ ਡਰੀ ਹੋਈ ਆ। ਔਰ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਮਸਲਾ ਨਾ, ਇਹ ਬੀਜੇਪੀ ਦੀਆਂ ਜੜਾਂ 'ਚ ਬਹਿ ਗਿਆ। ਕਿਉਂ ਪਾਸੇ ਦੇਸ਼ ਦੇ ਵਿੱਚ ਗਿੱਲ ਸਾਹਿਬ ਇੱਕ ਗੱਲ ਪੱਤੀ, ਭਾਵੇਂ ਉਹ ਮਹਿਲਾ ਭਲਵਾਨ ਕੁੜੀਆਂ ਨੂੰ ਨੌਕਰੀ ਦਾ ਡਰਾਬਾ ਦੇ ਕੇ ਜਿਹੜੀ ਨਾਬਾਲਗ ਕੁੜੀ 'ਚ ਉੱਤੇ ਦਬਾਅ ਪਾ ਕੇ ਬੀਜੇਪੀ ਨੇ ਇਸ ਸੰਘਰਸ਼ ਨੂੰ ਇੱਕ ਤਰੀਕੇ ਦੇ ਨਾਲ ਜਿਹੜਾ ਗਾ ਉਹ ਪਿੱਛੇ ਧੱਕਤਾ। ਲੇਕਿਨ ਉਹ ਕੁੜੀਆਂ ਦੀ ਐਜੀਟੇਸ਼ਨ, ਉਹਨਾਂ ਦਾ ਜੰਤਰ ਮੰਤਰ ਤੇ ਡਟੇ ਰਹਿਣਾ, ਜਿਸ ਦਿਨ ਨਵੀਂ ਸੰਸਦ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਉਸ ਦਿਨ ਉਹਨਾਂ ਤੇ ਕੀਤਾ ਗਿਆ ਲਾਠੀਚਾਰਜ, ਔਰ ਉਹਨਾਂ ਕੁੜੀਆਂ ਨੇ ਜਿੰਨੀ ਸੁਹਿਰਦਤਾ ਨਾਲ ਗੱਲ ਰੱਖੀ ਵੀ ਦੇਖੋ ਸਾਡਾ ਜਿਨਸੀ ਸ਼ੋਸ਼ਣ ਕਿਵੇਂ ਹੋਇਆ, ਉਹ ਮਸਲਾ ਲੋਕਾਂ ਦੇ ਦਿਮਾਗ 'ਚ ਪੈ ਗਿਆ ਕਿ ਭਾਜਪਾ ਐਂ ਬੰਦੇ ਬਚਾਉਂਦੀ ਆ। ਔਰ ਹੁਣ ਬੀਜੇਪੀ ਨੂੰ ਲੱਗਦਾ ਕਿ ਬੀਜੇਪੀ ਲਈ ਇਹ ਪੁਆਇੰਟ ਆ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਾਲਾ, ਉਹ ਔਖਾ ਹੈਗਾ। ਅੱਜ ਅਦਾਲਤ ਦੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਪੇਸ਼ ਹੋਇਆ, ਅਦਾਲਤ ਦੇ ਵਿੱਚ ਸਿਰਫ 2 ਦਿਨ ਦੀ ਉਹਨੂੰ ਅੰਤਰਿਮ ਜ਼ਮਾਨਤ ਮਿਲੀ ਆ। 20 ਜੁਲਾਈ ਨੂੰ ਕਹਿੰਦੇ ਦੁਬਾਰੇ ਆ ਜਾ ਅੱਜ ਅਦਾਲਤ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨਗੀ ਵੀ ਖੁਸ਼ ਰਹੀ ਆ ਉਹ ਤੋਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਵੱਡੀ ਉਹਦੇ ਲਈ ਖੜੀ ਹੋ ਸਕਦੀ ਆ, ਪਰ ਇਹ ਬੀਜੇਪੀ ਲਈ ਵੀ ਹੱਲ ਹੋਊਗੀ। ਬੀਜੇਪੀ ਲਈ ਸਿਰਦਰਦੀ ਬਣ ਗਿਆ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਮਸਲਾ, ਜੇ ਉਹਨੂੰ ਉਵੇਂ ਜਿਵੇਂ ਸਰਪ੍ਰਸਤੀ ਰੱਖਦੀ ਆ ਵੋਟਾਂ 'ਚ ਨੁਕਸਾਨ ਹੋਊ, ਤੇ ਜੇ ਉਹਦੇ ਤੋਂ ਹੱਥ ਚੱਕਦੀ ਆ ਤਾਂ ਅਯੁੱਧਿਆ ਖੇਤਰ ਦੇ ਵਿੱਚ ਬੜੀ ਚੜ੍ਹਤ ਆ ਉਹਦੀ। ਇਹ ਜਿਹੜਾ ਸਾਰਾ ਮਸਲਾ ਸੀ ਅਯੁੱਧਿਆ ਦਾ, ਕਿਉਂਕਿ ਉੱਥੋਂ ਹੀ ਜਿੱਤ ਕੇ ਆਉਂਦਾ, ਕਦੇ ਹਾਰਿਆ ਨੀ ਉਹ, ਬੀਜੇਪੀ ਦੇ ਖਿਲਾਫ਼ ਹੋਜੂ ਉਹ ਤਾਂ ਧਮਕੀਆਂ ਦਿੰਦਾ ਸਿੱਧੀਆਂ ਬੀਜੇਪੀ ਨੂੰ, ਬੀਜੇਪੀ ਦੇ ਲੀਡਰਾਂ ਨੂੰ, ਇਸ ਕਰਕੇ ਇਹ ਵੱਡਾ ਸਿਰਦਰਦੀ ਬਣ ਮਸਲਾ ਜੀ। ਐਕਸੀਡੈਂਟ ਵੀ ਹੋ ਸਕਦਾ। ਅੱਛਾ, ਆਹ ਪਾਕਿਸਤਾਨ ਤੋਂ ਬੀਬੀ ਕਾਹਦੀ ਆਈ, 2 ਜਣਿਆਂ ਦਾ ਵਿਆਹ ਹੋ ਗਿਆ, ਹੁਣ ਉਹਨੂੰ ਹਰ ਜਗ੍ਹਾ ਪੱਤਰਕਾਰ ਘੇਰੀ ਬੈਠੇ ਨੇ, ਕਦੇ ਕੇਂਦਰੀ ਜਾਂਚ ਏਜੰਸੀਆਂ ਉਹਦੀ ਇੰਟਰਵਿਊ ਲਈ ਜਾਂਦੀਆਂ ਨੇ, ਕਾਹਦਾ ਮੰਗਲ ਸੂਤਰ ਪਾਇਆ ਉਹਨੇ ਤਾਂ ਪੰਗਾ ਲੈ ਲਿਆ ਮੈਨੂੰ ਲੱਗਦਾ। ਅਡਾਨੀ ਮਸਲੇ 'ਚ ਤਾਂ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ, ਇਹ ਤਾਂ ਬਹੁਤਾ ਕੰਮ ਚੱਲ ਰਿਹਾ ਗਿੱਲ ਸਾਹਿਬ। ਹੁਣ ਮਸਲਾ ਅਸਲ ਦੇ ਵਿੱਚ ਟੇਢਾ ਹੋ ਗਿਆ, ਮਸਲਾ ਟੇਢਾ ਇਹ ਹੋ ਗਿਆ ਕਿ ਯੂਪੀ ਦੇ ਵਿੱਚ ਐਂਟੀ ਟੈਰਰਿਸਟ ਜਿਹੜੀ ਫੋਰਸ ਬਣੀ ਹੋਈ ਹੈ ATS, ਉਹਨਾਂ ਦੇ ਵੱਲੋਂ ਇਹ ਤੋਂ ਜਿਹੜਾ ਇਹਦਾ ਹਸਬੈਂਡ ਆ ਇੱਧਰ ਆਪਣੇ ਯੂਪੀ ਵਾਲਾ ਮੁੰਡਾ ਉਹ ਤੋਂ, ਤੇ ਇਹਦੇ ਹਸਬੈਂਡ ਦੇ ਫਾਦਰ ਤੋਂ ਯਾਨੀ ਕਿ ਇਹਦੇ ਸਹੁਰੇ ਤੋਂ, ਤਿੰਨਾਂ ਨੂੰ ਗ੍ਰਿਫਤਾਰ ਕੀਤਾ, ਪੁੱਛਗਿੱਛ ਕੀਤੀ। ਪੁਲਿਸ ਖਾਸੀ ATS ਆ ਜਿਹੜੀ ਡੂੰਘਾਈ ਨਾਲ ਜਾਂਚ ਕਰ ਰਹੀ ਆ, ਕਿਉਂਕਿ ਕਾਫੀ ਕੁਝ ਸਾਹਮਣੇ ਆਇਆ। ਪੁਲਿਸ ਨੂੰ ਇਹ ਲੱਗਦਾ ਵੀ ਇਹ ਇਕੱਲਾ ਪਬਜੀ ਗੇਮਸ ਕਰਕੇ ਨਹੀਂ ਇੱਧਰ ਆਈ, ਇਹ ਵੀ ਪਤਾ ਲੱਗਿਆ ਵੀ ਇਹਦਾ ਭਰਾ ਪਾਕਿਸਤਾਨ ਦੀ ਆਰਮੀ 'ਚ ਹੈ, ਇਹ ਪਤਾ ਲੱਗਿਆ ਇਹਦਾ ਸਕਾ ਚਾਚਾ ਪਾਕਿਸਤਾਨ ਦੀ ਆਰਮੀ 'ਚ ਸੂਬੇਦਾਰ ਹੈ, ਇਹ ਪਤਾ ਲੱਗਿਆ ਕਿ ਰੈਗੂਲਰਲੀ ਉਹਨਾਂ ਦੇ ਕੰਟੈਕਟ ਦੇ ਵਿੱਚ ਹੈ, ਇਹ ਪਤਾ ਲੱਗਿਆ ਗਾ ਕਿ ਇਹਦੇ ਕੋਲ ਮੋਬਾਈਲ ਫੋਨ ਹੋਰ ਵੀ ਸੀਗੇ, ਔਰ ਖਾਸੇ ਮਸਲੇ ਨੇ ਜਿਹੜੇ ਉਹ ਪੁਲਿਸ ਖੰਗਾਲ ਰਹੀ ਹੈ, ਉਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਗਾ। ਇੱਕ ਹੋਰ ਮਸਲਾ ਸਾਹਮਣੇ ਆ ਗਿਆ ਅੱਜ, ਉਹ ਇੱਕ ਔਰਤ ਨੇ ਗਿੱਲ ਸਾਹਿਬ ਅਰਜੀ ਦਿੱਤੀ ਹੈ ਪੁਲਿਸ ਕੋਲੇ ਜਾ ਕੇ, ਉਹ ਕਹਿੰਦੀ ਇੱਕ ਬੰਗਲਾਦੇਸ਼ ਤੋਂ ਕੁੜੀ ਆਈ ਸੀ, ਉਹ ਮੇਰੇ ਮੁੰਡੇ ਦੇ ਨਾਲ ਇਵੇਂ ਵਿਆਹ ਕਰਾਇਆ, ਉਦੋਂ ਬਾਅਦ ਮੇਰਾ ਮੁੰਡਾ ਵੀ ਬੰਗਲਾਦੇਸ਼ ਲੈ ਗਈ, ਉਹ ਵੀ ਖਾਸਾ ਚਰਚਾ ਦਾ ਵਿਸ਼ਾ ਬਣਿਆ ਪਿਆ ਮਸਲਾ ਜੀ। ਨਾਲ ਇਹ ਦੱਸਿਓ ਜੀ ਅਖੀਰ 'ਚ ਬਈ ਸਰਕਾਰ ਦੀ SGPC ਨਾਲ ਬੜੀ ਵਿਗੜੀ ਹੋਈ ਆ, ਆਹਮੋ ਸਾਹਮਣੇ ਖੜੇ ਆ ਜੀ ਗੱਲ ਸਾਹਿਬ। ਉਹ ਖਾਸਾ ਮਸਲਾ ਇਹ ਅਸਲ ਦੇ ਵਿੱਚ ਜਿਹੜਾ ਹੜਾ ਹੜ ਪੀੜਤਾਂ ਦੀ ਮਦਦ ਨੂੰ ਲੈ ਕੇ ਆ ਨਾ, ਉਹ ਕਾਫੀ ਚਰਚਾ ਦਾ। ਸਰਕਾਰ ਨੂੰ ਤਾਂ ਇਹ ਲੱਗਦਾ ਵੀ ਅਸੀਂ ਬਹੁਤ ਕੰਮ ਕੀਤਾ, ਦੇਖੋ ਅਸੀਂ ਕੱਪੜੇ ਗਿੱਲੇ ਕਰਕੇ ਵਿੱਚ ਫਿਰਦੇ ਰਹੇ, ਇਸ ਕਰਕੇ ਸਾਡੀ ਮਤਲਬ ਲੋਕਾਂ ਦੇ ਵਿੱਚ ਖਾਸੀ ਚੜ੍ਹਤਾ। ਦੂਜੇ ਪਾਸੇ SGPC ਨੇ ਪਿਛਲੇ ਦਿਨਾਂ ਦੇ ਵਿੱਚ ਲੰਗਰ ਲਾਏ ਨੇ, SGPC ਨੇ ਵੀ ਕਾਫੀ ਮਦਦ ਹੜ੍ਹ ਪੀੜਤਾਂ ਦੀ ਕੀਤੀ ਹੈ। ਮਸਲਾ ਭਖਿਆ ਹੈਗਾ ਜਿਹੜਾ, ਉਹ ਸੁਖਬੀਰ ਬਾਦਲ ਤੋਂ ਭਖਿਆ ਹੈਗਾ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ
एक थां गिल साहब यह कहता कि देखो जी श्रोमणी गुरुद्वारा प्रबंधक कमेटी ने हड़ पीड़ितों की मदद की आ और श्रोमणी गुरुद्वारा प्रबंधक कमेटी का हाँ बैंक खाता नंबर है और ये तुम जिहड़ा गा तिल फुल भेंटा वह जिहड़ा गा पाओ। सुखबीर बादल ने कहता, भगवंत मान ने कहता भी सुखबीर बादल कौन है एस जी पी सी का खाता नंबर जारी करने वाला। और यह सवाल भगवंत मान होर ने कर दिता गा, उन्होंने कहा गा कि श्रोमणी गुरुद्वारा प्रबंधक कमेटी का बैंक खाता नंबर सुखबीर बादल वालों जारी करना। निखिधी जानकारी क्या सुखबीर बादल ने किस हैसियत से नंबर जारी किया? भगवंत मान ने कहा कि बहुत शर्मनाक है कि अकाली आगू श्रोमणी कमेटी के अधिकारत नुमाइंदा की थान खुद इन्हों खाता नंबर का वेरवा जनतक कर रहे हैं और उन्होंने कहा कि श्रोमणी कमेटी के अधिकारियों वालों अजे तक खाता नंबर जनतक नहीं किए गए। सुखबीर बादल ने नंबर जारी कर दिते। मुख्यमंत्री ने कहा श्रोमणी कमेटी से एको परिवार का कंट्रोल है कि अज अकाली आगू वालों नंबर जारी करने यह दावा सही साबित हो गया गा। दूजे पासे श्रोमणी गुरुद्वारा प्रबंधक कमेटी के प्रधान हरजिंदर सिंह धामी ने मुख्यमंत्री भगवंत मान को हड़ पीड़ितों की मदद से ध्यान देने की सलाह दी है। धामी ने स्पष्ट किया कि श्रोमणी कमेटी ने गुरु नानक देव जी के 595 प्रकाश पुरब मौके राहत खाता जारी किया जिस सहयोग भेजने की अपील श्रोमणी कमेटी ने की है। वो कहते हर गल के राजनीति चंगी नहीं होती, वो खासा मसला आपस के भटिया पाया जी। धन्यवाद जी, ते कल फिर सवेरे सांझ पवेगी, अपना ख्याल रखियो, धन्यवाद। शुक्रिया जी गल साहब, सारे स्रोतों का भी धन्यवाद। सरदार नवकिन सिंह पत्ती पत्ती सेखवां बरनालिओ। जिंदगी दे विच मानसिक संतुलन जिहड़ा है जां मानसिक कोई मुश्किल है जदों तुहानूं घेरदी है, क्योंकि कल्ली जिहड़ी देह है वह चाहे तुसीं परिवार दे विच विचरदे हो पर बहुत चीज़ां ने जिहड़ियां कल्ले कल्ले दे मन दे विच चलदियां ने। टब्बर दे तौर ते हर एक चीज़ तुसीं सांझी नहीं करदे पर कुछ क अजिहा भी है जिहड़ा तुहाडे किते ना किते कुछ तह ते तुरिया फिरदा ते वह जिद्दन वजन कर जांदा है कई बार गल हथों बाहर हो जांदी है। इउं ही गल मंटीका च होई सी एक परिवार दी, अज मैं सांझी कीती है इन जवाकां दे लई। एक गो फंड मी चल रहा की करिए, हर रोज़ कम्यूनिटी के विचों कुछ ना कुछ यह जहाँ जड़ा बड़ा हिरदे वेदक है। ये दो जवाक ने फतेह सिंह ते एकम सिंह, ते ये मापे दोनों ही तुर गए ना इस दुनिया चो। कारण ये पिता ने इन जवाकों के पिता ने अपनी घरवाली का कतल कर दिता, आप जाके फिर दूर कितने फाहा ले लिया। ये कुड़ी जड़ी ये जवाकों के नानके बुकनाल ने राजे उन्होंने पिंड मंटीके च परिवार रहिंदा है। नाना नानी ने आके हुण यह जवाक सामने दोनों का फ्यूनल किया, तो फतेह धालीवाल तो एकम धालीवाल यह दोनों के मापे जगजीत सिंह धालीवाल 44 साल तो संदीप कौर 35 साल ट्रैजडी एह जी हुई, दोने मापे तुर गए, हुणे जवाकां नूं नाना नानी पाल रहे ने। ते उहदे लई गो फंड मी है शुरू किया $2,00,000 का, तो भी इन्हां जवाकां का कुछ, क्योंकि वह तो मापे तो विजिट ते आए ने उन्हां कोल कुछ नहीं हले नाना नानी कोल। पर तुसीं ये सोचो बई जिंदगी दे विच मियां बीवी दी ना बने जां तुसीं मानसिक मुश्किलों के तुरे फिरते हो, जड़े आ जवाक जंबे ने कोई ये बारे ख्याल करता किधर नूं उन्हां दी जिंदगी किहोजी होएगी, किवें ओह समा कढ़न गए, नाना नानी की उम्र वध है, किहोजा भविख होएगा। सो मानसिक सेहत आ जिहड़ी दिमागी तवाजन आ जिहड़ा उहदे ते निगाह रखो, उहदी एक फील्ड है, उहदी भी एक खुराक है। जिवें ढिड की खुराक है शरीर त्यो तोरन, शरीर की खुराक है, मानसिक भी एक सेहत कायम रखने लिए उहदी खुराक है जिहड़ी हर एक इंसान की अलग अलग है। कोई जिम च जाके खुश है, कोई गा के खुश है, कोई साइकिल चला के खुश है, किसी भी हॉबी ते किसी भी शौक ते तुहाडे मन हरा हुंदा है उत्थे हरा करना चाहिए। उह जी कोई रूह जिहदे नाल मिल के तुहाडा मन खुश हुंदा है उहनू मिलो,
ਔਖਾ ਹੋਵੇ ਕੋਈ ਸੌਖਾ ਹੋਵੇ ਕਹਿ ਕੇ ਵੀ ਯਾਰ ਯਾਰ ਮੈਂ ਆਪਾਂ ਨੂੰ ਮਿਲਣਾ ਪੈਣਾ ਘੰਟਾ ਬੈਠੀਏ ਅਤੇ ਜਦ ਕਿਸੇ ਨਾਲ ਬਹਿਨੇ ਹੋ ਆ ਜਿਹੜੇ ਆ ਬੰਬ ਜੇਬ 'ਚ ਪਾਈ ਫਿਰਦੇ ਆ ਨਾ ਜਿਹਨੇ ਜ਼ਿੰਦਗੀ ਹਲੇ ਤਾਂ ਕਰਨੀ ਆ ਸ਼ੁਰੂ ਹਲੇ ਤਾਂ ਨਰਕ ਬਣਾਉਣੀ ਹੈ ਇਹਨੇ ਹਲੇ ਨਹੀਂ ਕੁਛ ਬਣਿਆ ਜਿਹੜਾ ਅੱਖਾਂ ਖੋਲਦੇ ਹੀ ਪਤਾ ਲੱਗਣਾ ਵੀ ਨੋਟੀਫਿਕੇਸ਼ਨ ਦੇਖ ਅਤੇ ਵਾਇਰਲ ਕਰ ਤੈਨੂੰ ਆ ਗਈ ਅੱਗੇ ਭੇਜ ਦੇਖ ਕਿੱਥੇ ਕੀ ਹੋ ਗਿਆ ਉੱਥੇ ਕੀ ਹੋ ਗਿਆ ਘੰਟਿਆਂ ਵਧੀ ਜੇ ਕੋਈ ਪਰਿਵਾਰ ਦਾ ਜੀ ਇਹਨੂੰ ਦੇਖ ਲਵੇ ਵੀ ਸਵੇਰ ਦੇ 7 ਤੋਂ ਰਾਤ ਦੇ 11 ਵਜੇ ਤੱਕ ਜਿੰਨਾ ਚਿਰ ਅਸੀਂ ਜਾਗਦੇ ਹਾਂ 16 ਘੰਟੇ 'ਚ ਕਿੰਨੇ ਘੰਟੇ ਅਸੀਂ ਫੋਨ ਵਰਤਦੇ ਹਾਂ ਉਹ ਟਿਕਣੇ ਨਹੀਂ ਦਿੰਦਾ ਤੁਹਾਨੂੰ ਤੁਹਾਨੂੰ ਸੁਣਦਾ ਹੈ ਤੁਹਾਨੂੰ ਵੇਖਦਾ ਹੈ ਤੁਸੀਂ ਕੋਈ ਗੱਲ ਪਰਿਵਾਰ 'ਚ ਬੈਠ ਕੇ ਕਰ ਲਓ ਵੀ ਆਹ ਚੀਜ਼ ਤਾਂ ਨਹੀਂ ਖਰੀਦਣੀ ਤੁਹਾਡੇ ਫੋਨ 'ਤੇ ਐਡਵਰਟਾਈਜ਼ਮੈਂਟ ਸ਼ੁਰੂ ਹੋ ਜਾਂਦੀ ਹੈ ਉਹਦੀ ਐਡਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਦੀ ਹੁਣ ਬੱਚਤ ਕੋਈ ਨਹੀਂ ਇਹ ਤੋਂ ਪਰਾਂ ਹੋਣ ਦੀ ਗੱਲ ਇਹੀ ਹੈ ਵੀ ਅੱਜ ਤੋਂ 30 ਸਾਲ ਪਹਿਲਾਂ ਟੱਬਰ 'ਚ ਰਹਿੰਦੇ ਸਾਧ ਬਣਨਾ ਇਹਨੂੰ ਤਾਂ ਨਹੀਂ ਤੁਸੀਂ ਹੁਣ ਪਰਾਂ ਕਰ ਸਕਦੇ ਇਹਦੇ ਬਿਨਾਂ ਤਾਂ ਤੁਹਾਨੂੰ ਹਨੇਰਾ ਇਹ ਤਾਂ ਫੋਨ ਤਾਂ ਇਹ ਹੋ ਗਿਆ ਜਵਾਕ ਛੱਡ ਦੋਗੇ ਫੋਨ ਨਹੀਂ ਛੱਡਦੇ ਸਾਰੇ ਆਪਾਂ ਇੱਕੋ ਲਾਈਨ 'ਚ ਘਰ ਦੇ ਚਾਰ ਜੀ ਲਿਵਿੰਗ ਰੂਮ ਫੈਮਿਲੀ ਰੂਮ 'ਚ ਬੈਠੇ ਨੇ ਚਾਰੇ ਆਪਣੇ ਫੋਨ ਨੂੰ ਲੱਗੇ ਨੇ ਇਦੋਂ ਵੱਡੀ ਬਦਕਿਸਮਤੀ ਹੋ ਸਕਦੀ ਹੈ ਚਾਰੇ ਹੀ ਉਸ ਦੇ ਦੋਸ਼ੀ ਨੇ ਕਿਉਂਕਿ ਪਰ ਉਸ ਸਮੇਂ ਨਾਲੇ ਕੋਈ ਕੰਮ ਨਹੀਂ ਹੈ ਕੰਮਾਂ ਤੋਂ ਆ ਗਏ ਨੇ ਰੋਟੀ ਖਾਣ ਬੈਠੇ ਨੇ ਪਰ ਉਸ ਸਮੇਂ ਵੀ ਆਹ ਹੋ ਗਿਆ ਆਹ ਹੋ ਗਿਆ ਦੇਖੋ ਆਹ ਚੀਜ਼ ਲੱਗੀ ਹੋਈ ਹੈ ਕਿ ਤਾਂ ਲੱਗਣ ਨੇ ਮਾਰ ਲਏ ਇਹ ਨਹੀਂ ਮੁੱਕਣੀ ਜਿਹੜੀ ਲੱਗੀ ਹੋਈ ਹੈ ਜਦ ਦੇ ਆਏ ਹਾਂ ਇੱਥੇ ਮਰਨ ਤੱਕ ਕੈਨੇਡਾ 'ਚ ਚੀਜ਼ਾਂ ਲੱਗੀਆਂ ਨੇ ਜਿਹੜੀਆਂ ਇਹਨੇ ਨਹੀਂ ਮੁਕਾਉਣਾ ਸੋ ਇਹ ਸਿਹਤ ਦੇ ਨਾਲ ਦਿਮਾਗ ਨੂੰ ਠੀਕ ਰੱਖਣ ਦੇ ਲਈ ਆਪਣੀ ਗੱਲਬਾਤ ਕਰੋ ਜੇ ਕਿਤੇ ਢਿੱਲੇ ਹੋ ਤਾਂ ਕੌਂਸਲਰਾਂ ਨਾਲ ਗੱਲ ਕਰੋ ਕਿਸੇ ਸਾਈਕੋਲੋਜਿਸਟ ਨੂੰ ਸਾਈਕਾਇਟ੍ਰਿਸਟ ਨੂੰ ਕਿਤੇ ਵੀ ਮਿਲਦੇ ਹੋ ਕੋਈ ਵੀ ਕਿਤੇ ਵੀ ਜਾਂਦੇ ਹੋ ਕੌਂਸਲਿੰਗ ਕੋਈ ਵਧੀਆ ਬੰਦਾ ਹੋਵੇ ਵਧੀਆ ਰਜਿਸਟਰਡ ਕਲੀਨਿਕਲ ਕੌਂਸਲਰ ਹੋਵੇ ਉਹਨਾਂ ਨਾਲ ਗੱਲ ਕਰੋ ਆਹ ਕੋਈ ਹੱਲ ਨਹੀਂ ਕਿਸੇ ਨੂੰ ਮਾਰ ਕੇ ਆਪ ਫਾਹੇ ਲਾਉਣਾ ਇੱਦੋਂ ਇੱਥੋਂ ਕਮੀਨਗੀ ਅਤੇ ਇੱਦੋਂ ਮਾੜੇ ਦਿਲਾਂ ਵਾਲਾ ਕੋਈ ਕਹਾਣੀ ਨਹੀਂ ਹੋ ਸਕਦੀ ਜਵਾਕ ਤੁਸੀਂ ਕਿਹਦੇ ਆਸਰੇ ਛੱਡ ਕੇ ਜੰਮ ਕੇ ਤੁਰ ਗਏ ਉਹਨਾਂ ਨੂੰ ਕੌਣ ਹੁਣ ਸਾਂਭੂਗਾ ਸੋ ਇਹ ਬਹੁਤ ਵੱਡੇ ਚਾਂਸਿਸ ਹੋ ਰਹੇ ਨੇ ਆਪਣਾ ਖਿਆਲ ਰੱਖੋ ਅਤੇ ਬੇਨਤੀ ਹੈ ਇਹਨਾਂ ਜਵਾਕਾਂ ਲਈ ਜਿੰਨਾ ਵੀ ਕਰ ਸਕਦੇ ਹੋ ਕਿਉਂਕਿ ਕਾਰਨ ਇਹ ਆ ਵੀ ਹਰ ਰੋਜ਼ ਕੁਛ ਨਾ ਕੁਛ ਹੋ ਰਿਹਾ ਪਰ ਥੋੜ੍ਹਾ ਥੋੜ੍ਹਾ ਜਿੰਨਾ ਕਰ ਸਕਦੇ ਹੋ ਮਹਿੰਗਾਈ ਦਾ ਸਮਾਂ ਅਮਰੀਕਾ ਜਿੰਨੇ ਕੁ ਸੁਣਦੇ ਹੋ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਬੱਚਿਆਂ ਲਈ ਆਪਾਂ ਕੁਛ ਕਰ ਸਕੀਏ ਭੋਰਾ ਭਰ ਜਵਾਕ ਨੇ ਫੋਟੋਆਂ ਵੇਖ ਕੇ ਮਨ ਖਰਾਬ ਹੋ ਗਿਆ ਸਵੇਰੇ ਜਦ ਵੇਖਿਆ ਉਹਨਾਂ ਨੂੰ ਸੋ ਪਰ ਜਿਉਂਦੇ ਜੀਣ ਵਾਲੇ ਸਾਰੀਆਂ ਕੁਛ ਚੀਜ਼ਾਂ ਨੇ ਜਦ ਅੱਖਾਂ ਮੀਚਲੀਆਂ ਉੱਧਰ ਤਾਂ ਦੁਨੀਆ ਖਤਮ ਹੈ ਤੁਹਾਡੇ ਲਈ ਆਪ ਮਰੇ ਜੱਗ ਪਰਲੋ ਵਾਲੀ ਗੱਲ ਹੈ ਆਪਣਾ ਖਿਆਲ ਰੱਖੋ ਸਿਹਤ ਨੂੰ ਕਾਇਮ ਰੱਖੋ ਇੱਕੇ ਚੀਜ਼ ਹੈ ਜਿਹਨੇ ਤੁਹਾਡੇ ਨਾਲ ਖੜਨਾ ਬਾਕੀ ਕਿਸੇ ਚੀਜ਼ ਨਹੀਂ ਖੜਨਾ ਰਿਸ਼ਤੇ ਰੁਸ਼ਤੇ ਜਿਹੜੇ ਨਾ ਤੀਜੇ ਤੁਰੇ ਫਿਰਦੇ ਹੋ ਇਹ ਸਭ ਝੂਠ ਨੇ ਕੋਵਿਡ 'ਚ ਦੇਖਿਆ ਆਪਾਂ ਜਦ ਕੋਈ ਢਿੱਲਾ ਹੋਇਆ ਜਵਾਕ ਥਾਲੀ ਰੋਟੀ ਦੀ ਦਰ 'ਤੇ ਰੱਖ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਡਰ ਪਾਇਆ ਸੀ ਵੀ ਸਾਨੂੰ ਨਾ ਹੋ ਜਾਵੇ ਸਾਨੂੰ ਨਾ ਹੋਣ ਦਾ ਮਤਲਬ ਇਹ ਹੈ ਬਈ ਕੋਈ ਵੀ ਮਰਨਾ ਨਹੀਂ ਚਾਹੁੰਦਾ ਇਸ ਦੁਨੀਆ ਤੋਂ ਜਾਣਾ ਨਹੀਂ ਚਾਹੁੰਦਾ ਸਿਹਤ ਤੁਹਾਡੀ ਸਿਰਫ ਆਪਣੀ ਆ ਬਾਕੀ ਸਾਰਾ ਕੁਛ ਸਾਂਝਾ ਕਹਿੰਦੇ ਨੇ ਨਾ ਆਮ ਹੱਸਦੇ ਵੇ ਇੱਜ਼ਤ ਸਾਂਝੀ ਬੇਇੱਜ਼ਤੀ ਆਪਣੀ ਆਪਣੀ ਡੈਂਚਰਿਸਟ ਗਗਨ ਚਾਹਲ ਉਹਨਾਂ ਨਾਲ ਸਟੂਡੀਓ 'ਚ ਉਹਨਾਂ ਨੂੰ ਮੈਂ ਸੱਦਿਆ ਕਿਉਂਕਿ ਹਰ ਰੋਜ਼ ਤੁਹਾਨੂੰ ਸੁਨੇਹਾ ਦਿੰਦੇ ਹਾਂ ਅਤੇ ਤੁਸੀਂ ਹਰ ਰੋਜ਼ ਪੁੱਛਦੇ ਵੀ ਹੋ ਨਵੀਆਂ ਜਿਹੜੀਆਂ ਚੀਜ਼ਾਂ ਸ਼ੁਰੂ ਹੋਈਆਂ ਖਾਸ ਤੌਰ 'ਤੇ ਜਿਹੜਾ ਸਕਸ਼ਨ ਡੈਂਚਰ ਆ ਦੰਦ ਵੀੜ ਇੱਕ ਖਾਸ ਜਪਾਨੀ ਤਕਨੀਕ ਨਾਲ ਉਹ ਬਣਾਉਂਦੇ ਆ ਉਹਦੀਆਂ ਗੱਲਾਂ ਬੜੀਆਂ ਹੋ ਰਹੀਆਂ ਭਾਈਚਾਰੇ 'ਚ ਬਜ਼ੁਰਗ ਸੌਖੇ ਹੋ ਗਏ ਰੋਟੀ ਪਾਣੀ ਖਾਣਿਆ ਉਹਨਾਂ ਨੂੰ ਸੌਖਾ ਹੋ ਗਿਆ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਵੀ ਹੋਰ ਸੇਵਾਵਾਂ ਕੀ ਨੇ ਅਤੇ ਕੁਛ ਸਵਾਲ ਨੇ ਜਿਹੜੇ ਜਿਨ੍ਹਾਂ ਲਈ ਉਹਨਾਂ ਨੂੰ ਸੱਦਿਆ ਧੰਨਵਾਦ ਜੀ ਬਹੁਤ ਬਹੁਤ ਗਗਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਦੀਪ ਚਾਹਲ ਆ ਅਤੇ ਮੈਂ ਰਜਿਸਟਰਡ ਡੈਂਚਰਿਸਟ ਹਾਂ ਅਤੇ ਓਨਰ ਹਾਂ ਕੀਪ ਸਮਾਈਲਿੰਗ ਡੈਂਚਰ ਕਲੀਨਿਕ ਅੱਛਾ ਜੀ ਹੁਣ ਦੋ ਲੋਕੇਸ਼ਨ ਜਿਹੜੀਆਂ ਨੇ ਉਹਨਾਂ 'ਤੇ ਸੇਵਾਵਾਂ ਕਿਵੇਂ ਪੂਰੀਆਂ ਨੇ ਦੋਨੇ ਜਗ੍ਹਾ ਹਾਂਜੀ ਆਪਾਂ ਦੋ ਲੋਕੇਸ਼ਨ ਖੋਲੀਆਂ ਪਹਿਲਾਂ ਸਰੀ ਵਾਲੀ ਸੀ ਆਪਣੀ 3 ਸਾਲ ਤੋਂ ਆਪਾਂ ਰਨ ਕਰ ਰਹੇ ਹਾਂ ਐਬਸਫੋਰਡ ਵਾਲੀ ਕੁਛ ਵੀ ਮੰਥਸ ਪੁਰਾਣੀ ਹੈਗੀ ਆ ਅੱਛਾ ਮਾਰਚ ਤੋਂ ਸਟਾਰਟ ਕੀਤੀ ਆ ਅਸੀਂ ਉਹ ਅਤੇ ਦੋਨੋਂ ਜਗ੍ਹਾ ਮੈਂ ਹੀ ਹੁੰਦੀ ਹੈਗੀ ਹਾਂ ਮੈਂ ਡੇਜ਼ ਡਿਵਾਈਡ ਕੀਤੇ ਹੈਗੇ ਆ ਅਕੋਰਡਿੰਗ ਟੂ ਦਾ ਅਪੋਇੰਟਮੈਂਟਸ ਕਿਉਂਕਿ ਸਾਡਾ ਮੋਸਟਲੀ ਕੰਮ ਬਾਏ ਅਪੋਇੰਟਮੈਂਟਸ ਹੁੰਦਾ ਹੈਗਾ ਸੋ ਦੋਨੋਂ ਜਗ੍ਹਾ ਤੁਸੀਂ ਮੈਨੂੰ ਹੀ ਮਿਲੋਗੇ ਆਈ ਐਮ ਦਾ ਪਰਸਨ ਆਈ ਐਮ ਦਾ ਫੇਸ ਓਕੇ
अच्छा सेवावां केड़ियां ने अपनियां कीप स्माइलिंग डेंचर क्लिनिक ते? हाँ जी, मेन आप जिवें डेंचर क्लिनिक आ तो आप सारे तरह के डेंचरस दे नाल डील करते हैं। सो मोस्टली अपने कंप्लीट डेंचरस पेशेंट होंगे जिन्हां दे सारे दे सारे मूँह चो दंद निकले हुए आ, कोई भी दंद नहीं है, चाहे तुसी नवें कढ़ाए आ चाहे तुहाडे पहलां दे लगे हुए आ ते तुसी रिप्लेस करवाउणा चाहुंदे हो जी। सो दैट्स अ कंप्लीट डेंचर। उस तो बाद होंगे पार्शल डेंचरस। पार्शल डेंचरस की होंगे भी जे थोड़े मूँह च एक भी दंद पिया ते जां चार दंद पए थोड़े आप दे जिन्हां दीआं जड़ां भी हैगीआं, सो आपां उहनां नूं पार्शल्स कह दिंदे आ। पार्शल दा मतलब अद्धे दंद हैगे आ ते अद्धे है नहीं गे, थोड़े मूँह चों मिसिंग आ, सो आपां उह वी रिप्लेस करदे हैगे आ, तो उहनां नूं आपां पार्शल्स कहिंदे हैगे आ। उदू बाद आ जांदी आ सर्विसिज रीलाइन रीबेस। सो जिहड़े थोड़े पुराने डेंचरस आ उहनां नूं आपां रीफिट कर दिंदे आ, जां कुछ टुट गया हैगा उहनां चों उहनां नूं रिपेयर कर दिंदे आ। सो ऑल दो सर्विसिज एंड जां एक होर सर्विसिज बहुत इंपॉर्टेंट हैगी, इम्पलांट सपोर्टेड डेंचरस भी होंदे हैगे आ। उहनां दे विच की हुंदा कि डेंटिस्ट थोड़े इम्पलांट्स लाउंदे आ, सारे दंद निकले हुए आ थोड़े मूँह दे विचों, कई चाहुंदे हैगे कि ज़्यादा स्टेबिलिटी आवे डेंचरस दे विच, आपां उहदे उत्ते इम्पलांट सपोर्टेड डेंचर लाने हैगे आ। सो टीम वर्क हुंदा हैगा, डेंटिस्ट ते पस डेंचरिस्ट दोनों काम करदे हैगे उस पेशेंट्स दे लई। ते एक तीन एक सर्विसिज साडियां जिवें कह लो वी लास्ट ईयर कह लो साडे स्कोप ऑफ प्रैक्टिस चाहीआं हैगीआं, असीं नाइट गार्ड, माउथ गार्ड ते ब्लीचिंग ट्रेज भी बनाउने आ। अच्छा, हाँ जी, वह तुसी सिर्फ इंप्रैशन देना होंदा ते असी उथों बना के दे देनी हुंदी आ, जस्ट अ टू अपॉइंटमेंट्स जॉब हुंदी हैगी आ। अच्छा, जिवें तुसी दंदां दे डॉक्टरी कीती, पढ़ाई कीती, अगे डेंचरिस्ट बने हो, जे दंदां दा डॉक्टर गाहां डेंचरिस्ट बनदा उहनूं फायदा हुंदा, बहुत चीज़ां ने जिहड़ियां ख्याल रख सकदे हो तुसी? हाँ जी, मैं परसनली जे मैं थोनू कहां तो मेरा एग्जाम लाइसेंस एग्जाम क्लीयर होने दे विच बहुत वड्डी हैल्प आ मैनू। मैं बहुत चीज़ा छेती कर लिया, जेड़े मेरे नाल दे स्टूडेंट सीगे मेरे नाल, उन्हां नू टाइम लग्या। मैं आपदा मैं 2017 च स्टार्ट कीता इत्थे पढ़ाई, ते 2019 च मेरे को लाइसेंस सीगा, ते उदू बाद कोविड हिट हो गया, ते जेड़े मेरे नाल दे सीगे उन्हां नू ड्यूरिंग दैट कोविड स्टक हो गए, ते उन्हां नू बहुत लेटर ऑन जाके उहदे लाइसेंस मिले हैगे। सो यस, उह चीज़ ने मैनू बहुत हैल्प कीती हैगी आ। ईवन हुण वी क्लीनिक दे विच क्योंकि मेरा बेसिक चीज़ां बहुत क्लीयर ने पिछों करके, क्योंकि मैं 5 साल यही चीज़ां पढ़िया ने ते उही दोबारा आके अप्लाई कीतियां हैगियां, सो उहदे करके मैनू बहुत हैल्प हो जांदी आ। अच्छा, एक दस्सियो बई जिहड़ा पार्शियल डेंचर है, हाँ जी, क्योंकि दंदां नूं असीं इस तरह ही सोचदे हां वी इह चिथण लई एक चीज़ मिली हुई है, वे कोई चीज़ असीं चिथ के अंदर लगाउणी आ, पर दंद तुहाडी सुंदरता दा राज ने इहदे लई, क्योंकि वधिया दंद, साफ दंद, कुछ कुदरती कुछ, हुण इत्थे तां अलाइनमेंट वगैरह बड़ा कुछ करदे ने, आपां नूं तां पंजाब च है ही नहीं सी जिद्दन विंगे टेढ़े आ गए, सूए निकले आए, उह कहिंदा चल कोई ना, खट खटिया हुंदा नहीं सी, जिहड़ी कई वार ना असीं एक दो दंद निकले उह कहिंदा चल कोई ना, रोटी तां खाने ही आ, कानू लवाउणे ने, जे देर करदे आ उहदा कोई डिसएडवांटेज है? हाँ जी, उहदी बहुत डिसएडवांटेजेस हुंदियां हैगियां। पहला तां मैं पार्शल दसदी आ, काफ़ी तरह के पार्शल्स हुंदे हैगे आ। सो पार्शल एक एक्रिलिक पार्शल हुंदा हैगा, एक कास्ट पार्शल हुंदा हैगा, एक असी फ्लिपर कह दिंदे आ, जिन्हें जमें एक दंद लवाउणा, मूहरे वाला मोस्टली निकले हुंदे अपने, कई वारी सट लग जाए मूहरला दंद निकल गया, सो उहनूं असी फ्लिपर कह दिंदे आ, सिर्फ एक दंद लगदा हैगा, उह दूजिआं दी सपोर्ट दे नाल एक दंद लग जांदा, पर दूसरे दंदां नूं डैमेज नहीं हुंदा उहदे नाल कोई भी, आपां नूं उहनां नूं घसाउणा नहीं पैंदा, जिवें आपां क्राउनस एंड ब्रिजिज लवाउने आ, उह कुछ नहीं करना पैंदा, सिर्फ ऐस सच आपां इंप्रैशन लैंदे आ ते उह दंद फिट कर दिंदे आ विच। हाँ जी, वह तुहानू लाउणा पाउणा पैंदा, ओबवियसली तुहानू रात नू लाउणा चाहीदा, वह दंद सवेरे पाउणा चाहीदा हैगा, क्योंकि ये पार्शल्स भी रिमूवेबल ही हुंदे हैगे आ, डेंचरस जिहड़े डेंचर क्लिनिक दे विच लगदे आ रिमूवेबल डेंचरस हुंदे आ, ਤੁਸੀਂ ਲਾਉਣ ਪਾਉਣ ਵਾਲੇ ਡੈਂਚਰਸ ਕਹਿ ਸਕਦੇ ਆ। ਸੋ ਉਹਨੂੰ ਲਾਉਣਾ ਜ਼ਰੂਰੀ ਆ ਜੇ ਇੱਕ ਦੋ ਹੋਣ ਜਾਂ ਫਿਕਸ ਰਹੇ ਜਾਣ? ਨਹੀਂ ਜੀ, ਲਾਉਣਾ ਜ਼ਰੂਰੀ ਆ, ਕਿਉਂਕਿ ਤੁਹਾਡਾ ਇੱਕ ਤਾਂ ਇਹ ਹੈ ਵੀ ਜੇ ਤੁਸੀਂ ਲਾਓਗੇ ਤਾਂ ਉਹਦੀ ਕਲੀਨ ਕਰੋ, ਕਲੀਨਿੰਗ ਕਰੋ, ਕਿਉਂਕਿ ਉਹਦੇ ਅੰਦਰ ਫੂਡ ਜਾਂਦਾ ਹੈ, ਚਾਹੇ ਜਿੰਨਾ ਮਰਜ਼ੀ ਆਪਾਂ ਉਹਨੂੰ ਟੂ ਦਾ ਪਰਫੈਕਟ ਚੀਜ਼ ਬਣਾਉਣੇ ਹੈਗੇ ਆ, ਪਰ ਇਹਦੀ ਜੇ 1% ਵੀ ਕਿਸੇ ਪਾਸਿਓਂ ਲੀਕੇਜ ਹੈਗੀ ਆ ਤਾਂ ਉਹਨੇ ਖਾਣੇ ਦੇ ਥੁੱਕ ਦੇ ਨਾਲ ਖਾਣੇ ਦੇ ਅੰਦਰ ਜਾਣਾ ਹੈਗਾ। ਹਾਂਜੀ, ਸੋ ਬੈਟਰ ਹੈ ਵੀ ਉਹ ਕਲੀਨ ਰਹੇ, ਜੇ ਉਹ ਕਲੀਨ ਰਹੂਗਾ ਤੁਹਾਡਾ ਮੂੰਹ ਕਲੀਨ ਰਹੂਗਾ, ਤੁਹਾਡੇ ਆਲੇ ਦੁਆਲੇ ਵਾਲੇ ਦੰਦ ਕਲੀਨ ਰਹਿਣਗੇ। ਐਂਡ ਦੂਸਰੀ ਚੀਜ਼ ਹੈ ਪਲਾਸਟਿਕ ਆ, ਰੀਜ਼ਨ ਹੈ, ਬੈਟਰ ਫਾਰਮ ਆਫ ਪਲਾਸਟਿਕ ਆ, ਜੇ ਮੂੰਹ ਦੇ ਵਿੱਚ ਰਹੂਗੀ ਤਾਂ ਤੁਹਾਡੇ ਇਨਫਲਾਮੇਸ਼ਨ ਹੋ ਸਕਦੀ ਹੈ, ਜੋ ਰਾਤ ਨੂੰ ਵੀ ਤੁਸੀਂ ਪਾ ਕੇ ਰੱਖੀ ਰੱਖੋਗੇ। ਸੋ ਜਦੋਂ ਤੁਸੀਂ ਰਾਤ ਨੂੰ ਆਪਦੇ ਮਸਲਸ ਨੂੰ, ਮੂੰਹ ਨੂੰ, ਮਕੋਜ਼ਾ ਨੂੰ, ਸੋਫਟ ਟਿਸ਼ੂ ਨੂੰ ਸਾਹ ਦਿੰਦੇ ਹੋ ਇੱਕ ਤਰੀਕੇ ਨਾਲ, ਵੀ ਉਹ ਨੋਰਮਲ ਬੈਕ ਟੂ ਹੀਲਿੰਗ ਹੁੰਦੀ ਹੈ ਚੀਜ਼, ਉਹ ਹੈ। ਐਂਡ ਸੋ ਪਾਰਸ਼ਲ ਦੀ ਮੈਂ ਗੱਲ ਕਰਦੀ ਸੀਗੀ,
ਐਕ੍ਰੀਲਿਕ ਪਾਰਸ਼ਲਸ ਹੁੰਦੇ ਆ ਕਾਸਟ ਪਾਰਸ਼ਲਸ ਹੁੰਦੇ ਬੈਟਰ ਹੁੰਦੇ ਆ ਕਾਸਟ ਪਾਰਸ਼ਲਸ ਪਰ ਐਕ੍ਰੀਲਿਕ ਪਾਰਸ਼ਲਸ ਉਹ ਹੁੰਦੇ ਹੈਗੇ ਆ ਜੇ ਕਿਸੇ ਨੇ ਕਿਹਾ ਵੀ ਮੈਂ ਭਾਈ 6 ਮਹੀਨੇ ਦੰਦ ਲਾਉਣਾ ਹੈਗਾ ਹਜੇ ਮੇਰੇ ਥੱਲੇ ਭਰ ਰਹੀ ਹੈ ਜ਼ਖਮ ਉਦੋਂ ਬਾਅਦ ਮੈਂ ਇੰਪਲਾਂਟ ਲਵਾ ਲੈਣਾ ਇਕੱਲਾ ਹੀ ਲਵਾਉਣਾ ਪਰ ਇੰਪਲਾਂਟ ਲਵਾ ਲੈਣਾ ਪਰ ਮੈਂ ਆਈ ਨਹੀਂ ਜਾ ਸਕਦਾ ਬਾਹਰ ਮੇਰੀ ਜੋਬ ਇੱਦਾਂ ਦੀ ਵੀ ਮੈਂ ਬਾਹਰ ਨਹੀਂ ਜਾ ਸਕਦਾ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਟੈਂਪਰੇਰੀ ਇਹ ਡੈਂਚਰ ਲਵਾ ਲਓ ਫਿਰ ਜਾ ਕੇ ਤੁਸੀਂ ਇੰਪਲਾਂਟ ਸਪੋਰਟਡ ਜਿਹੜਾ ਵੀ ਦੰਦ ਲਵਾਉਣਾ ਹੈਗਾ ਆਪਦਾ ਲਵਾ ਸਕਦੇ ਹੋ ਸਿੰਗਲ ਜਿਹੜੇ ਇੰਪਲਾਂਟਸ ਕਰਵਾਉਂਦੇ ਹੈਗੇ ਇੱਦਾਂ ਹੈਗਾ ਸੋ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਵੀ ਸਮਾਂ ਵੱਧ ਲਾ ਦੇਣਾ ਹਾਂਜੀ ਵੀ ਜੇ ਆਪਾਂ ਨਹੀਂ ਲਾਉਂਦੇ ਤੇ ਕੀ ਪ੍ਰੋਬਲਮਸ ਆਉਂਦੀਆਂ ਤਾਂ ਪ੍ਰੋਬਲਮ ਇਹ ਆਉਂਦੀਆਂ ਜੀ ਜੇ ਤੁਹਾਡਾ ਮੂਹਰਲਾ ਹੀ ਦੰਦ ਆ ਤਾਂ ਦੂਸਰੇ ਦੰਦਾਂ ਨੂੰ ਮੂਵ ਕਰਨ ਦੀ ਸਪੇਸ ਮਿਲ ਜਾਂਦੀ ਆ ਜਿਹੜੇ ਆਪਣੇ ਦੰਦ ਕੁਦਰਤੀ ਤੌਰ ਤੇ ਚਿਣੇ ਹੋਏ ਨੇ ਨਾ ਰੱਬ ਵੱਲੋਂ ਉਹ ਇੱਕ ਨਿਊਟਰਲ ਜ਼ੋਨ 'ਚ ਚਿਣੇ ਹੋਏ ਨੇ ਸਾਈਡ ਤੋਂ ਗੱਲਾਂ ਸਪੋਰਟ ਕਰਦੀਆਂ ਅੰਦਰੋਂ ਜ਼ੁਬਾਨ ਕਰਦੀ ਆ ਹਾਂਜੀ ਤੇ ਬਾਕੀ ਜਿਹੜਾ ਆਪਾਂ ਉਹਦੀ ਮਦਦ ਹਾਂਜੀ ਜਿਹੜੀ ਆਪਾਂ ਬਾਕੀ ਗੱਲਬਾਤ ਕਰਦੇ ਹਾਂ ਬੋਲਦੇ ਹਾਂ ਖਾਣ ਦੀਆਂ ਆਦਤਾਂ ਨੇ ਉਹ ਸਾਰੀਆਂ ਮੈਟਰ ਕਰਦੀਆਂ ਉਹਦੇ ਨਾਲ ਜਿਹੜੀਆਂ ਫੋਰਸਿਸ ਪੈਂਦੀਆਂ ਹੈਗੀਆਂ ਦੰਦ ਉਸ ਹਿਸਾਬ ਨਾਲ ਇਕੁਅਲੀ ਖੜੇ ਰਹਿੰਦੇ ਆ ਇੱਕ ਦੂਜੇ ਦੇ ਨਾਲ ਪਰ ਜਦੋਂ ਤੁਸੀਂ ਦੰਦ ਰਿਪਲੇਸ ਨਹੀਂ ਕਰਾਉਂਦੇ ਹੈਗੇ ਇੱਕ ਜਾਂ ਦੋ ਨਿਕਲੇ ਆਪਾਂ ਲੀਵਿਟ ਕਰ ਦਿੰਦੇ ਹਾਂ ਜੇ ਤਾਂ ਉਤਲਾ ਨਿਕਲਿਆ ਹੈਗਾ ਤਾਂ ਥੱਲੇ ਵਾਲਾ ਦੰਦ ਤਾਂ ਉਹਨੂੰ ਜਾਣ ਲੱਗ ਗਿਆ ਦਾ ਜਿਹੜਾ ਉਹਦੇ ਅਪੋਜ਼ਿੰਗ ਖੜਾ ਸੀ ਕਮਾਲ ਆ ਕੁਦਰਤ ਹਾਂਜੀ ਇਟਸ ਅਮੇਜ਼ਿੰਗ ਤੇ ਜਿਹੜੇ ਆਲੇ ਦੁਆਲੇ ਵਾਲੇ ਹੈਗੇ ਉਹ ਵੀ ਉਸ ਜਗ੍ਹਾ ਨੂੰ ਜਾਣ ਲੱਗ ਜਾਂਦੇ ਕਿਉਂਕਿ ਉਹਨਾਂ ਲੱਗਦਾ ਵੀ ਸਾਨੂੰ ਖਾਲੀ ਸਪੇਸ ਖਾਲੀ ਜਗ੍ਹਾ ਮਿਲ ਗਈ ਹਾਂਜੀ ਵੈਨ ਦੇ ਮੂਵ ਅਰਾਊਂਡ ਫਿਰ ਤੁਹਾਡੀ ਬਾਈਟ ਵਗੈਰਾ ਸਾਰਾ ਕੁਝ ਚੇਂਜ ਹੋ ਜਾਂਦਾ ਤੇ ਕਈ ਵਾਰੀ ਇਹ ਹੁੰਦਾ ਵੀ ਫਿਊਚਰ 'ਚ ਤੁਸੀਂ ਕੰਪਲੀਟ ਡੈਂਚਰ 'ਚ ਜਾਣਾ ਹੁੰਦਾ ਜਾਂ ਪਾਰਸ਼ਲ ਉਤਲਾ ਕਢਾ ਕੇ ਥੱਲੇ ਵਾਲੇ ਸਾਰੇ ਲਵਾਉਣੇ ਹੁੰਦੇ ਆ ਜਾਂ ਕੁਛ ਇੱਦਾਂ ਹੁੰਦਾ ਹੈਗਾ ਇੱਕ ਡੈਂਚਰ ਤੁਸੀਂ ਜਾਣਾ ਚਾਹੁੰਦੇ ਹੈਗੇ ਵੀ ਮੈਂ ਕੰਪਲੀਟ ਚਲਾ ਜਾਵਾਂ ਦੂਜਾ ਮੇਰੇ ਵਧੀਆ ਪਏ ਨੇ ਮੈਂ ਰੱਖ ਲਾਂ ਪਰ ਉਦੋਂ ਨੂੰ ਪ੍ਰੋਬਲਮ ਇਹ ਹੁੰਦੀ ਵੀ ਜਿਹੜੇ ਅਪੋਜ਼ਿੰਗ ਦੰਦ ਹੁੰਦੇ ਆ ਉਤਲੇ ਜਾਂ ਥੱਲੇ ਵਾਲੇ ਜਿਹੜਾ ਵੀ ਨਿਕਲਿਆ ਹੈਗਾ ਉਹ ਤਾਂ ਨੂੰ ਮੁੱਲ ਜਾਂ ਥੱਲੇ ਨੂੰ ਇੰਨੇ ਕੁ ਚਲੇ ਜਾਂਦੇ ਆ ਵੀ ਉੱਥੇ ਸਪੇਸ ਨਹੀਂ ਰਹਿੰਦੀ ਵੀ ਆਪਾਂ ਡੈਂਚਰ ਫਿੱਟ ਕਰ ਸਕੀਏ ਫਿਰ ਉਹ ਤੁਸੀਂ ਇਹ ਹੈ ਵੀ ਤੁਸੀਂ ਡੈਂਚਰ ਵੀ ਨਹੀਂ ਲਾ ਸਕਦੇ ਤੁਸੀਂ ਕੁਛ ਈਵਨ ਕਰਾਊਨਸ ਵੀ ਨਹੀਂ ਕਰਾ ਸਕਦੇ ਨਾਟ ਈਵਨ ਇੰਪਲਾਂਟਸ ਵੀ ਨਹੀਂ ਕਰਾ ਸਕਦੇ ਕਿਉਂਕਿ ਜੇ ਸਪੇਸ ਹੀ ਨਹੀਂ ਮੂੰਹ ਦੇ ਵਿੱਚ ਹਾਂਜੀ ਫਿਰ ਆ ਜਾਂਦਾ ਵੀ ਸਾਰੇ ਕਢਾ ਲਓ ਫਿਰ ਲਵਾ ਲਓ ਫਿਰ ਤੁਹਾਡਾ ਜਿਹੜਾ ਜਵਾੜਾ ਹਾਂਜੀ ਫਿਰ ਜਿਹੜਾ ਤੁਹਾਡਾ ਜਵਾੜਾ ਹੈਗਾ ਇਹਨੂੰ ਵੀ ਇਹਦੀ ਜਿਹੜੀ ਰੈਸਟਿੰਗ ਪੋਜੀਸ਼ਨ ਤੇ ਰੱਖਣ ਲਈ ਆਪਣੇ ਦੰਦ ਬਹੁਤ ਜ਼ਰੂਰੀ ਨੇ ਜੇ ਇਹ ਦੰਦ ਨਹੀਂ ਹੈਗੇ ਤਾਂ ਤੁਹਾਡਾ ਸਾਰਾ ਜਵਾੜਾ ਮੂਵ ਆਊਟ ਹੋ ਜਾਂਦਾ ਹੈਗਾ ਸੋ ਇਟਸ ਨਾਟ ਕਿ ਸਿਰਫ ਖਾਣ ਲਈ ਕੰਮ ਆਉਂਦਾ ਹਾਂ ਮੈਂ ਤਾਂ ਹੀ ਕਿਹਾ ਹਾਂਜੀ ਬਹੁਤ ਦੰਦਾਂ ਦੀ ਇੱਕ ਜਗ੍ਹਾ ਹਾਂਜੀ ਵਾਈਟਲ ਆਰਗਨ ਵਾਂਗੂ ਅੱਛਾ ਮੈਨੂੰ ਐਂ ਦੱਸਿਓ ਜੀ ਵੀ ਹੁਣ ਮੈਂ ਮੰਨ ਲਓ ਆਇਆ ਮੇਰੇ ਦੋ ਨਿਕਲੇ ਹੋਏ ਨੇ ਮੈਂ ਕਿਹਾ ਜੀ ਆਹ ਲਾਇਓ ਗਗਨ ਜੀ ਦੋ ਲਾ ਦਿਓ ਤੁਸੀਂ ਦੇਖਿਆ ਵੀ ਨਹੀਂ ਦੋ ਨਹੀਂ ਆਲੇ ਦੁਆਲੇ ਦੋ ਹੋਰ ਕੱਢਣੇ ਆ ਉਹ ਕੱਢਣ ਦਾ ਫਿਰ ਕੰਮ ਵੀ ਆਪਣੇ ਕਲੀਨਿਕ 'ਚ ਹੋ ਜਾਂਦਾ ਨਹੀਂ ਉਹ ਡੈਂਟਿਸਟ ਦੀ ਜੋਬ ਹੁੰਦੀ ਹੈ ਉਹ ਤੁਸੀਂ ਫਿਰ ਭੇਜਦੇ ਹੋ ਮੈਂ ਡੈਂਚਰਿਸਟ ਹਾਂ ਹਾਂਜੀ ਜੇ ਤਾਂ ਉਹਨਾਂ ਦਾ ਆਪਦਾ ਕੋਈ ਡੈਂਟਿਸਟ ਹੈਗਾ ਤਾਂ ਉਹ ਆਪੇ ਵਾਪਸ ਚਲੇ ਜਾਂਦੇ ਮੈਂ ਉਹਨਾਂ ਨੂੰ ਦੱਸ ਦਿੰਦੀ ਇਸ ਤਰ੍ਹਾਂ ਹੁੰਦਾ ਵੀ ਤੁਸੀਂ ਕਹਿੰਦੇ ਹੋ ਵੀ ਦੋ ਹੋਰ ਲਾਉਣੇ ਪੈਣਗੇ ਨਾਲ ਹਾਂਜੀ ਕਈ ਵਾਰੀ ਬਿਲਕੁਲ ਹੀ ਉੱਤੋਂ ਦੰਦ ਖਤਮ ਹੋਇਆ ਥੱਲੇ ਜੜਾਂ ਪਈਆਂ ਹੁੰਦੀਆਂ ਹੈਗੀਆਂ ਪੇਸ਼ੈਂਟ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪ੍ਰਾਣਾ ਇੱਦਾਂ ਹੋਇਆ ਹੁੰਦਾ ਹੈਗਾ ਤੇ ਦਰਦ ਨਹੀਂ ਹੁੰਦਾ ਹੈਗਾ ਤੇ ਪਰ ਉਹਦੇ ਤੇ ਜੜਾਂ ਦੇ ਉੱਤੇ ਕਈ ਵਾਰੀ ਆਲੇ ਦੁਆਲੇ ਸੋਜ ਵੀ ਹੁੰਦੀ ਦੇਖਣ ਨੂੰ ਪਤਾ ਲੱਗਦਾ ਹੁੰਦਾ ਤੇ ਫਿਰ ਮੈਨੂੰ ਇਹ ਹੁੰਦਾ ਵੀ ਇੱਕ ਵਾਰੀ ਚੈੱਕਅਪ ਕਰਾਇਆ ਉਹ ਡੈਂਟਿਸਟ ਤੋਂ ਜੇ ਉਹ ਕਹਿੰਦੇ ਹੈਗੇ ਵੀ ਆਪਾਂ ਇਹਨਾਂ ਨੂੰ ਕੱਢਣ 'ਚ ਫਾਇਦਾ ਹੈਗਾ ਕਈ ਵਾਰੀ ਅਸੀਂ ਰੱਖ ਵੀ ਲੈਂਦੇ ਜੜਾਂ ਇਟਸ ਨੋਟ ਲਾਈਕ ਦੈਟ ਬਟ ਇਟ ਆਲਵੇਜ਼ ਅ ਡੈਂਟਿਸਟ ਕਾਲ ਉਹ ਚੀਜ਼ ਡੈਂਟਿਸਟ ਨੇ ਆਪਾਂ ਨੂੰ ਦੱਸਣੀ ਹੁੰਦੀ ਆਪਾਂ ਰੱਖ ਸਕਦੇ ਹਾਂ ਜਾਂ ਕੱਢ ਸਕਦੇ ਹਾਂ ਸਕਸ਼ਨ ਡੈਂਚਰ ਦੇ ਬਾਰੇ ਦੱਸੋ ਜੀ ਇਹਦੇ ਬਾਰੇ ਜਾਂ ਸਵਾਲ ਕਰਦੇ ਆ ਕਈ ਫੋਨ ਆਉਂਦੇ ਵੀ ਯਾਰ ਇਹ ਜਪਾਨੀ ਤਕਨੀਕ ਹੈ ਸਕਸ਼ਨ ਕੀ ਆ ਇਹ ਕੀ ਆ ਸੋ ਇਹ ਕੰਪਲੀਟ ਡੈਂਚਰ ਦੀ ਹੈਗੀ ਆ ਆਪਾਂ ਪਾਰਸ਼ਲਸ ਵੀ ਨੂੰ ਅਪਲਾਈ ਕਰ ਸਕਦੇ ਆ ਪਰ ਥੋੜਾ ਹਜੇ ਰੋਕ ਕੇ ਕਰਦੇ ਹੈਗੇ ਉਸ ਚੀਜ਼ ਨੂੰ ਪਹਿਲਾਂ ਆਪਾਂ ਕੰਪਲੀਟ ਤੇ ਕਰ ਰਹੇ ਹੈਗੇ ਆ ਸੋ ਇਹ ਹੈਗਾ ਵੀ ਜਿਨ੍ਹਾਂ ਦੇ ਮੋਸਟਲੀ ਥੱਲੇ ਵਾਲੀ ਬੋਨ ਹੁੰਦੀ ਹੈ ਜੀ ਆਪਣੇ ਦੋਨੇ ਜਬਾੜਿਆਂ ਦੇ ਵਿੱਚ ਹੱਡੀ ਦੀ ਅਲੱਗ ਅਲੱਗ ਨੇਚਰ ਆ ਥੱਲੇ ਵਾਲੀ ਹੱਡੀ ਵੀਕ ਆ ਕੁਦਰਤੀ ਤੌਰ ਤੇ ਸੋ ਜਦੋਂ ਵੀਕ ਆ ਤਾਂ ਛੇਤੀ ਘਾਸੇ ਆਉਂਦੀ ਆ ਜਿਨ੍ਹਾਂ ਨੇ ਹੁਣ 20-25 ਸਾਲ ਤੋਂ ਡੈਂਚਰਸ ਲਾ ਰਹੇ ਆ ਤਾਂ ਉਹਨਾਂ ਦੀ ਥੱਲੇ ਵਾਲੀ ਹੱਡੀ ਬਿਲਕੁਲ ਖਤਮ ਆ ਕਾਫੀ ਕਾਰਨ ਨੇ ਗ੍ਰੈਵਿਟੀ ਕਰ ਲਓ ਵੀਕਨੈਸ ਹੈਗੀ ਆ ਜਾਂ ਦੀ ਜਾਂ ਹਰ ਬੰਦੇ ਦੀ ਆਪਦੀ ਹੈਲਥ ਵੀ ਹੈਗੀ ਆ ਬੋਨ ਵੀਕ ਵੀਕ ਨੇ ਉਹ ਵੀ ਮੈਟਰ ਕਰਦਾ ਜਦੋਂ ਤੁਹਾਡੀ ਉਹ ਹੱਡੀ ਬਿਲਕੁਲ ਘਾਸੇ ਆਉਂਦੀ ਤਾਂ ਫਿਰ ਸਟੈਂਡਰਡ ਡੈਂਚਰਸ ਕੰਮ ਨਹੀਂ ਆਉਂਦੇ ਸਟੈਂਡਰਡ ਡੈਂਚਰਸ ਨੇ ਜਿਹੜੇ ਰੈਗੂਲਰ ਡੈਂਚਰ ਸਾਰੇ ਬਜ਼ੁਰਗ ਲਾਉਂਦੇ ਉਹ ਸਟੈਂਡਰਡ ਡੈਂਚਰਸ ਨੇ ਸੋ ਇਹ ਇੱਕ ਟੈਕਨੀਕ ਹੈਗੀ ਆ ਜਿਹੜੀ ਕਿ ਇੱਕ ਬੈਟਰ ਡੈਂਚਰ ਦਿੰਦੀ ਆ ਪੇਸ਼ੈਂਟ ਨੂੰ ਬੈਟਰ ਸਟੇਬਿਲਿਟੀ ਵਾਲਾ ਹੁੰਦੇ ਕੀ ਆ ਜੀ ਡੈਂਚਰਸ ਆਪਾਂ ਜਦੋਂ ਇੰਪਰੈਸ਼ਨਸ ਲੈਂਦੇ ਹਾਂ ਇੱਕ ਸੀਲ ਹੀ ਬੰਦ ਕਰਦੇ ਹੈਗੇ ਹਾਂ ਏਅਰ ਟਾਈਟ ਸੀਲ ਕਰਦੇ ਹਾਂ ਵੀ ਨਾ ਤਾਂ ਉਹਦੇ ਥੱਲੇ ਦੀ ਏਅਰ ਜਾਵੇ ਅਤੇ ਨਾ ਫਲੂਇਡ ਜਾਵੇ ਸਲਾਈਵਾ ਤਾਂ ਓਬਵੀਅਸਲੀ ਥੋੜ੍ਹਾ ਬਹੁਤਾ ਜਾਂਦਾ ਹੀ ਨਹੀਂ ਹੈਗਾ ਲਾਈਕ 5-10% ਆਲਵੇਜ਼ ਸਲਾਈਵਾ ਨੇ ਜਾਣਾ ਹੈਗਾ ਪਰ ਉਹਦੀ ਮੈਕਸੀਮਮ ਕੋਸ਼ਿਸ਼ ਹੁੰਦੀ ਹੈਗੀ ਆ ਕਿ ਆਪਣੀ ਜਮ੍ਹਾਂ ਸੀਲ ਬੰਦ ਹੋ ਜਾਵੇ ਉਹਦੀ ਜਦੋਂ ਉਹਦੀ ਸੀਲ ਬੰਦ ਹੋ ਜਾਂਦੀ ਆ ਉਹ ਬੈਟਰ ਟਿਕਦੇ ਆ ਇਹਨਾਂ ਦਾ ਫਰਕ ਮੇਨ ਇਹ ਆ ਵੀ ਇਹ ਟੈਕਨੀਕ ਦਾ ਡਿਫਰੈਂਸ ਆ ਜੀ ਜਿਹੜਾ ਇੰਪਰੈਸ਼ਨਸ ਲੈਂਦੇ ਆ ਉਹਦਾ ਡਿਫਰੈਂਸ ਆ
ਸੋ ਲੈਬ ਦੇ ਵਿੱਚ ਵੀ ਇਹਦਾ ਲਿਟਲ ਬਿਟ ਕੰਮ ਕਾਫੀ ਡਿਫਰੈਂਟ ਹੈਗਾ ਉਹਦੇ ਨਾਲੋਂ ਦੂਜੇ ਪਾਸੇ ਜੇ ਮੈਂ ਕਹਿਦਾ ਵੀ ਮੈਂ ਤੁਹਾਨੂੰ ਦੇ ਸਕਦੀ ਹਾਂ ਡੈਂਚਰ ਅਪੁਆਇੰਟਮੈਂਟ ਸੇਮ ਲੱਗਦੀ ਆ ਅਪੁਆਇੰਟਮੈਂਟ ਦਾ ਨਹੀਂ ਹੈਗਾ ਪਰ ਈਚ ਅਪੁਆਇੰਟਮੈਂਟ ਬਹੁਤ ਲੰਬੀ ਚੱਲਦੀ ਆ ਜੇ ਮੈਂ ਕਹਾਂ ਸਟੈਂਡਰਡ ਡੈਂਚਰ ਦੀ ਮੈਂ 15 ਮਿੰਟਾਂ 'ਚ ਇੰਪਰੈਸ਼ਨ ਲੈ ਦੂੰ ਉੱਤੇ ਥੱਲੇ ਵਾਲੇ ਇਹਦੇ ਮੈਨੂੰ 45 minutes ਟੂ 1 hour ਲੱਗਦਾ ਅਤੇ ਮੈਂ ਰੀਸੈਂਟਲੀ ਦੇਖਿਆ ਵੀ ਜੇ ਥੋੜ੍ਹਾ ਜਿਹਾ ਪੇਸ਼ੈਂਟ ਨੂੰ ਡਿਫੀਕਲਟੀ ਆ ਰਹੀ ਆ ਉਹ ਚੀਜ਼ਾਂ ਕਰਨ ਦੇ ਵਿੱਚ ਤਾਂ ਮੈਨੂੰ 1.5 hours ਵੀ ਲੱਗਦਾ ਇਹ ਡਿਫਰੈਂਸ ਆ ਬੇਸਿਕਲੀ ਤੁਸੀਂ ਆਪ ਹੀ ਸੋਚ ਲਓ ਵੀ ਮੈਂ 1.5 hours ਕੁਛ ਤਾਂ ਕਰ ਹੀ ਰਹੀ ਹਾਂ ਸਮਥਿੰਗ ਇਜ਼ ਗੋਇੰਗ ਨਾਪਾ ਲੈਣਾ ਸੌਖਾ ਨਹੀਂ ਖਾਸਾ ਕੰਮ ਹੈ ਯਾ ਕਿਉਂਕਿ ਕਈ ਵਾਰੀ ਉਹਨਾਂ ਦੇ ਜੁਆਇੰਟਸ ਦੀ ਪ੍ਰੋਬਲਮ ਆ ਜਾਂ ਕੁਛ ਆ ਜਾਂ ਕਈ ਵਾਰੀ ਬਜ਼ੁਰਗ ਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਹਿਣਾ ਚਾਹੁੰਦੀ ਹਾਂ ਫਿਰ ਕਈ ਵਾਰੀ ਮੈਨੂੰ ਮਾਸਕ ਲਾ ਕੇ ਉਹਨਾਂ ਨੂੰ ਦੱਸਣਾ ਪੈਂਦਾ ਵੀ ਇੱਦਾਂ ਕਰਨਾ ਇੱਦਾਂ ਕਰਨਾ ਸੋ ਕਈ ਵਾਰੀ ਉਹ ਫਿਰ ਵੀ ਨਹੀਂ ਕਰ ਪਾਉਂਦੇ ਫਿਰ ਅਸੀਂ ਦੁਬਾਰਾ ਸਾਰਾ ਕਰਦੇ ਹੈਗੇ ਹਾਂ ਸੋ ਆਲ ਦੋਜ਼ ਪਾਰਟਸ ਪਲੇ ਰੋਲ ਪਰ ਪਾਪੂਲਰ ਹੋ ਰਹੀ ਹੈ ਅੱਛਾ ਜਿਨ੍ਹਾਂ ਨੇ ਡੈਂਚਰ ਲਵਾਏ ਨੇ ਕੁਛ ਸਮਾਂ ਪਹਿਲਾਂ ਜਾਂ ਪੰਜਾਬ ਤੋਂ ਲਵਾਏ ਨੇ 2 years ਹਲੇ ਖੜਕਦੇ ਨਹੀਂ ਮੂੰਹ ਤੇ ਹੱਡੀ ਹਲੇ ਹੈਗੀ ਉਹਨਾਂ ਨੂੰ ਐ ਵੀ ਯਾਰ ਅਸੀਂ ਹੋਰ ਵਧੀਆ ਕਰ ਲਈਏ ਉਹਨਾਂ ਦੇ ਸਕਸ਼ਨ ਡੈਂਚਰ ਲੱਗ ਸਕਦੇ ਆਪਾਂ ਨਵਾਂ ਲਾ ਸਕਦੇ ਹਾਂ ਨਵੇਂ ਲੱਗੇਗਾ ਹਾਂਜੀ ਜੇ ਮਤਲਬ ਕਈ ਲੋਕ ਮੈਨੂੰ ਇਹ ਵੀ ਕਾਲ ਕਰਦੇ ਆ ਵੀ ਸਾਡਾ ਪੁਰਾਣਾ ਡੈਂਚਰ ਆ ਵੀ ਆਪਾਂ ਉਹਨੂੰ ਰੀਫਿਟ ਕਰ ਸਕਦੇ ਹਾਂ ਸਕਸ਼ਨ ਡੈਂਚਰ ਟੈਕਨੀਕ ਦੇ ਨਾਲ ਮੈਂ ਟਰਾਈ ਕੀਤੀ ਹੈਗੀ ਇਟਸ ਨਾਟ ਮੈਂ ਨਹੀਂ ਕੀਤੀ ਪਰ ਮੈਂ ਇਹ ਦੇਖਿਆ ਵੀ ਉਹ ਇੰਨਾ ਇਫੈਕਟਿਵ ਨਹੀਂ ਹੈਗਾ ਜੇ ਮੈਂ ਕਹਾਂ ਵੀ ਤੁਹਾਨੂੰ ਨਵਾਂ ਇਹਦਾ ਮੇਰਾ 100% ਰਿਜ਼ਲਟ ਆਊਗਾ ਤਾਂ ਉਹਦਾ ਮੇਰਾ 50% ਰਿਜ਼ਲਟ ਹੀ ਦੇ ਰਿਹਾ ਹੈ ਇਟਸ ਨਾਟ ਕਿ ਮੀ ਇਟਸ ਜਸਟ ਅ ਟੈਕਨੀਕ ਕਿਉਂਕਿ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੀਆਂ ਬਾਉਂਡਰੀਜ਼ ਡਿਫਰੈਂਟ ਆਉਂਦੀਆਂ ਹੈਗੀਆਂ ਉਹਨੂੰ ਛੋਟਾ ਰੱਖਿਆ ਜਾਂਦਾ ਡੈਂਚਰ ਨੂੰ ਜਿਹੜਾ ਸਟੈਂਡਰਡ ਡੈਂਚਰ ਉਹ ਵੱਡਾ ਬਣ ਜਾਂਦਾ ਹੈਗਾ ਕਿਉਂਕਿ ਉਹਦੇ 'ਚ ਫੋਰਸਿਸ ਅਸੀਂ ਪਾਉਂਦੇ ਹਾਂ ਬਾਹਰੋਂ ਉਹਦੇ 'ਚ ਸਕਸ਼ਨ ਡੈਂਚਰ ਦੇ ਵਿੱਚ ਪੇਸ਼ੈਂਟ ਨੂੰ ਅਸੀਂ ਗਾਈਡ ਕਰਦੇ ਹਾਂ ਵੀ ਤੁਸੀਂ ਇੱਦਾਂ ਕਰਨਾ ਇੱਦਾਂ ਕਰਨਾ ਸੋ ਉਹਦੇ ਨਾਲ ਉਹਦੀਆਂ ਬਾਉਂਡਰੀਜ਼ ਆਟੋਮੈਟਿਕਲੀ ਟੂ ਦਾ ਮੈਕਸੀਮਮ ਜਿੰਨੀਆਂ ਹੋਣੀਆਂ ਚਾਹੀਦੀਆਂ ਉਨੀਆਂ ਹੀ ਹੁੰਦੀਆਂ ਹੈਗੀਆਂ ਉਨੀ ਥਿਕਨੈਸ ਆਉਂਦੀ ਆ ਉਹਦੀ ਦੰਦਵੀੜ ਦੀ ਜਿਹੜੀ ਸੰਭਾਲ ਹੈ ਕੇਅਰ ਹੈ ਜਿਹੜੀ ਡੈਂਚਰ ਦੀ ਉਹ ਕੀ ਆ ਸੋ ਪਹਿਲੀ ਤਾਂ ਹੈਗੀ ਹੈ ਜੀ ਉਹਨਾਂ ਨੂੰ ਮੂੰਹ 'ਚੋਂ ਕੱਢੋ ਰਾਤ ਨੂੰ ਉਹ ਪੱਕਾ ਦੈਟਸ ਦਾ ਮੋਸਟ ਇੰਪੋਰਟੈਂਟ ਥਿੰਗ ਉਹ ਰੱਖਣਾ ਕਿੱਥੇ ਆ ਘਰੇ ਬੇਬੇ ਬਾਪੂ ਦੇ ਦਾ ਗਲਾਸ 'ਚ ਪਾ ਦਿੰਦੇ ਨੇ ਸ਼ੀਸ਼ੇ ਆ ਤੁਸੀਂ ਕਿਸੇ ਚੀਜ਼ 'ਚ ਵੀ ਪਾ ਸਕਦੇ ਨੋ ਪ੍ਰੋਬਲਮ ਵੈਸੇ ਮੈਂ ਕੰਟੇਨਰ ਦਿੰਦੀ ਹਾਂ ਪ੍ਰੋਪਰ ਉਹਨਾਂ ਹਾਂ ਵਧੀਆ ਲੱਗਦਾ ਹਾਂਜੀ ਐਂਡ ਬ੍ਰਸ਼ ਵੀ ਦਿੰਦੇ ਹਾਂ ਅਸੀਂ ਆਫਟਰ ਵੀ ਡਿਲੀਵਰ ਦਾ ਡੈਂਚਰ ਬਿਕੋਜ਼ ਉਹ ਨਾਲ ਹੀ ਜਾਂਦਾ ਐਜ਼ ਅ ਕਿੱਟ ਜਾਂਦੀ ਹੈਗੀ ਆ ਸੋ ਉਸੇ ਬ੍ਰਸ਼ ਦੇ ਨਾਲ ਉਹ ਕਲੀਨ ਕਰਨਾ ਚਾਹੀਦਾ ਹੈਗਾ ਪੇਸਟ ਨਾਲ ਬਿਲਕੁਲ ਨਹੀਂ ਕਲੀਨ ਕਰਨਾ ਚਾਹੀਦਾ ਪੇਸਟ ਖਰਾਬ ਕਰ ਦਿੰਦੀ ਹੈ ਜੀ ਪੇਸਟ ਬਣੀ ਹੋਈ ਆ ਆਪਣੇ ਦੰਦਾਂ ਲਈ ਜਿਹਦੇ 'ਚ ਕੈਲਸ਼ੀਅਮ ਆ ਜਿਹੜੇ ਦੰਦ ਆ ਉਹ ਪਲਾਸਟਿਕ ਦੇ ਆ ਉਹਨਾਂ ਨੇ ਉਹਨੂੰ ਖਰਾਬ ਕਰ ਦੇਣਾ ਉਹਨਾਂ ਦੀ ਪੋਲਿਸ਼ ਖਰਾਬ ਕਰ ਦੇਣੀ ਸਾਰਾ ਕੁਛ ਖਰਾਬ ਹੋ ਜਾਂਦਾ ਉਹਨਾਂ ਦਾ ਸੋ ਬੈਸਟ ਹੈਗਾ ਵੀ ਤੁਸੀਂ ਉਹਨੂੰ ਕਲੀਨਰਸ ਆਉਂਦੇ ਆ ਉਹ ਪਾਓ ਜੇ ਲਾਈਕ ਟੈਬਲੇਟਸ ਵੀ ਪਾਉਂਦੇ ਆ ਕਈ ਲੋਕ ਪਰ ਉਹਦੇ 'ਤੇ ਮੈਂਸ਼ਨ ਕੀਤਾ ਹੁੰਦਾ ਕਿਸੇ ਬੱਚੇ ਤੋਂ ਪੜਵਾ ਲਓ ਵੀ ਕੀ ਲਿਖਿਆ ਹੋਇਆ 15 minutes ਪਾਉਣੀ ਆ ਕਿ ਓਵਰਨਾਈਟ ਪਾਉਣੀ ਆ ਉਹ ਚੀਜ਼ ਜ਼ਰੂਰੀ ਆ ਨਹੀਂ ਤਾਂ ਆਪਾਂ ਉਹਦੇ 'ਚ ਪਈ ਰਹਿਣ ਦਿੰਦੇ ਹਾਂ ਅਤੇ ਉਹ ਬਲੀਚ ਹੋ ਜਾਂਦੇ ਆ ਦੰਦ ਦੇਖਦੇ ਹਾਂ ਵੀ ਸਾਰਾ ਜਿਹੜਾ ਉਹਦਾ ਪਿੰਕ ਪੋਰਸ਼ਨ ਸੀਗਾ ਡੈਂਚਰ ਦਾ ਉਹਦਾ ਵੀ ਰੰਗ ਫੇਂਟ ਹੋ ਗਿਆ ਬੜਾ ਲੱਗਦਾ ਹਾਂਜੀ ਤੇ ਉਹ ਦੰਦ ਵੀ ਹੋ ਜਾਂਦੇ ਆ ਤੇ ਉਹ ਡੈਮੇਜ ਵੀ ਕਰਦੇ ਇਟਸ ਅ ਕੈਮੀਕਲ ਉਹ ਅੰਦਰ ਜਾ ਕੇ ਪੋਰਸ ਕਰਨੇ ਸ਼ੁਰੂ ਕਰ ਦਿੰਦਾ ਹੈਗਾ ਬਲੀਚ ਆ ਉਹਨੇ ਪੋਰਸ ਕਰ ਦੇਣੇ ਆ ਜਿੰਨੇ ਉਹਦੇ 'ਚ ਪੋਰਸ ਹੋਣਗੇ ਡੈਂਚਰ ਉਹਨਾਂ ਬੈਕਟੀਰੀਆ ਇਕੱਠਾ ਹੋਊਗਾ ਉਨੀ ਸਫਾਈ ਦੀ ਪ੍ਰੋਬਲਮ ਆਊਗੀ ਸੋ ਬਹੁਤ ਚੀਜ਼ ਜ਼ਰੂਰੀ ਹੈ ਵੀ ਤੁਸੀਂ ਕਿਹੜੀ ਚੀਜ਼ ਯੂਜ਼ ਕਰ ਰਹੇ ਹੋ ਤੇ ਕਿੰਨੇ ਟਾਈਮ ਲਈ ਕਰਨੀ ਉਹਦੇ 'ਤੇ ਮੈਂਸ਼ਨ ਕੀਤਾ ਹੁੰਦਾ ਉਨਾ ਹੀ ਕਰਨਾ ਚਾਹੀਦਾ ਡੈਂਚਰਸ ਦੇ ਜਿਵੇਂ ਕਿਹਾ ਉਸ ਤਰ੍ਹਾਂ ਹੀ ਸੁਣਨੀ ਚਾਹੀਦੀ ਆ ਹਾਂਜੀ ਮੈਂ ਤਾਂ ਹੀ ਪਹਿਲੀ ਅਪੁਆਇੰਟਮੈਂਟ 'ਚ ਵੀ ਮੈਂ ਇਹ ਦੱਸਦੀ ਹੈਗੀ ਵੀ ਤੁਸੀਂ ਸਾਫ਼ ਕਿਵੇਂ ਕਰਨੇ ਹੋ ਅਤੇ ਐਂਡ 'ਤੇ ਵੀ ਦੱਸਦੀ ਹੈਗੀ ਕਿਉਂਕਿ ਉਹ ਮੈਨੂੰ ਲੱਗਦਾ ਵੀ ਉਹ ਬਹੁਤ ਜ਼ਰੂਰੀ ਚੀਜ਼ ਹੈ ਹਾਂਜੀ ਐਂਡ ਦੂਸਰੀ ਚੀਜ਼ ਇਹ ਆ ਵੀ ਤੁਸੀਂ ਉਹਨੂੰ ਖਾਣੇ ਤੋਂ ਬਾਅਦ ਵੀ ਲਾ ਕੇ ਕਲੀਨ ਕਰੋ ਜੇ ਤੁਸੀਂ ਕਿਤੇ ਬਾਹਰ ਹੋ ਉਦੋਂ ਨਹੀਂ ਮੈਂ ਕਹਿੰਦੀ ਜੇ ਤੁਸੀਂ ਆਪਣੇ ਘਰੇ ਹੋ ਤਾਂ ਉਹਨੂੰ ਪ੍ਰੋਪਰ ਕਲੀਨ ਕਰਕੇ ਦੁਬਾਰਾ ਮੂੰਹ 'ਚ ਪਾਓ ਐਂਡ ਤੀਸਰੀ ਮੋਸਟ ਇੰਪੋਰਟੈਂਟ ਚੀਜ਼ ਹੈ ਵੀ ਤੁਹਾਡਾ ਮੂੰਹ ਚੇਂਜ ਹੁੰਦਾ ਰਹਿੰਦਾ ਹਰ 2-3 years ਬਾਅਦ ਤੁਹਾਡੀ ਹੱਡੀ ਚੇਂਜ ਹੋ ਜਾਂਦੀ ਆ ਸੋ ਜਿਹੜੇ ਉਹ ਡੈਂਚਰਸ ਬਣੇ ਹੋਏ ਨੇ ਉਹ ਤਾਂ ਪਹਿਲੀ ਹੱਡੀ ਦੇ ਅਕੋਰਡਿੰਗਲੀ ਬਣੇ ਹੋਏ ਆ ਤਾਂ ਉਹਨਾਂ ਨੂੰ ਦੁਬਾਰਾ ਰੀਫਿਟ ਕਰਾਉਂਦੇ ਰਹੋ ਰੀਫਿਟ ਕਿਵੇਂ ਕਰਦੇ ਹੋ ਜੀ ਫਿਰ ਹਾਂਜੀ ਜਿਹੜਾ ਪੁਰਾਣਾ ਡੈਂਚਰ ਹੈਗਾ ਸੋ ਆਪਾਂ ਉਹਦੇ 'ਤੇ ਹੀ ਦੁਬਾਰਾ ਨਾਪ ਲੈ ਲੈਂਦੇ ਹਾਂ ਵਿਦ ਦੈਟ ਡੈਂਚਰ ਇਨ ਦਾ ਮਾਊਥ ਉਸੇ ਡੈਂਚਰ ਦੇ ਉੱਤੇ ਉਹਨਾਂ ਦੇ ਮੂੰਹ ਦੇ ਵਿੱਚ ਮਟੀਰੀਅਲ ਪਾ ਕੇ ਦੁਬਾਰਾ ਉਹਨਾਂ ਦੀ ਬਾਈਟ ਲੈ ਕੇ ਸਾਰਾ ਕੁਛ ਇੰਪਰੈਸ਼ਨ ਲੈ ਕੇ ਉਹਨੂੰ ਫਿਰ ਅਸੀਂ ਜਿਹੜਾ ਉਹਦਾ ਉੱਤੇ ਮਟੀਰੀਅਲ ਦਾ ਇੰਪਰੈਸ਼ਨ ਆ ਗਿਆ ਉਹਦੇ 'ਤੇ ਦੁਬਾਰਾ ਸੇਮ ਮਟੀਰੀਅਲ ਪਾ ਦਿੰਦੇ ਹਾਂ ਜਿਹਦੇ ਡੈਂਚਰ ਪਹਿਲਾਂ ਬਣੇ ਹੁੰਦੇ ਆ ਕ੍ਰੈਲਿਕ ਦੇ ਉਹਦੇ 'ਤੇ ਨਾਲ ਐਡ ਆਨ ਕਰ ਦਿੰਦੇ ਹਾਂ ਹਾਂਜੀ ਆਪਾਂ ਐਡ ਆਨ ਕਰਦੇ ਹਾਂ ਬੇਸਿਕਲੀ ਜਿਹੜੀ ਤੁਹਾਡੇ ਮੂੰਹ ਦੇ ਸਾਈਡ ਟੱਚ ਹੋਣੀ ਹੁੰਦੀ ਹੈ ਹੱਡੀਆਂ ਦੀ ਸਾਈਡ ਹੈਗੀ ਹੈ ਡੈਂਚਰ ਦੀ ਉਹਨੂੰ ਦੁਬਾਰਾ ਟਾਈਟ ਕਰ ਦਿੰਦੇ ਹਾਂ ਆਪਾਂ ਜਿਵੇਂ ਪੰਜਾਬੀ ਕਹਿੰਦੇ ਨੇ ਇਹਦਾ ਖਾਸਾ ਕੰਮ ਹੈ ਹਾਂਜੀ ਵਧੀਆ ਟੈਕਨੀਸ਼ੀਅਨ ਜਿਹੜਾ ਵਧੀਆ ਡੈਂਚਰਿਸਟ ਆ ਉਹ ਇਹਨੂੰ ਸੌਖਾ ਕਰ ਸਕਦਾ ਜਿਵੇਂ ਤੁਸੀਂ ਦੱਸ ਰਹੇ ਹੋ ਸੋ ਮਤਲਬ ਤੁਹਾਨੂੰ ਹਰ ਸਟੈਪ ਤੇ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਮੇਰਾ ਪੇਸ਼ੈਂਟ ਕੀ ਚਾਹੁੰਦਾ ਬਿਲਕੁਲ ਤੇ ਮੈਂ ਕਿੱਥੇ ਜਾ ਰਹੀ ਹੈਗੀ ਆ ਉਹ ਜੇ ਤੁਹਾਡਾ ਉਹ ਸੈੱਟ ਆ ਤਾਂ ਦੈਨ ਇਟਸ ਸਕਸੈਸਫੁਲ ਇੱਕ ਵਾਰ ਨਾ ਨੈਕਸਟ ਹੁਣ ਜ਼ਿਆਦਾ ਆਉਣਾ ਤੁਸੀਂ ਆਪਾਂ ਇੰਟਰੋ ਦੇ ਕੇ
कॉल्स लैनिया ने, बहुत सवाल ने जिहड़े लोग रादर फिर कोल आके तुहाडे करनगे एक दिन आपां नैक्सट शो दे विच कॉल इन करांगे, थोड़ा लंबा कर लांगे ते उस दे सारे सवाल लवांगे ते तुसीं जवाब दिओ। 7786008111 ये नंबर है, तुसीं बहुत बार पुछदे हो, मेरे भी याद हो गया 7786006000811 डेंचरिस्ट बहुत ईजी रखा हुआ नंबर। हाँ गगन चाहल उन्हां दे दो लोकेशन ने इन्हां दीआं एबसफोर्ड ਤੇ ਸਰੀ, ਪਰ ਅਪੁਆਇੰਟਮੈਂਟ ਨਾਲੇ ਤੁਸੀਂ ਆਉਣਾ ਅਖੀਰ 'ਚ ਜੀ, ਕੁਛ ਹੋਰ ਸੁਨੇਹਾ? ਕੁਛ ਨਹੀਂ ਜੀ, ਥੈਂਕ ਯੂ ਸੋ ਮਚ ਸਾਰੇ ਜਿਹੜਾ ਪਿਆਰ ਦੇ ਰਹੇ ਹੋ ਐਂਡ ਤੁਹਾਡੀ ਜਿਹੜੀ ਹੈਲਪ ਮਿਲ ਰਹੀ ਹੈ, ਥੈਂਕ ਯੂ। ਥੈਂਕ ਯੂ ਡੈਂਚਰਸ ਗਗਨ ਚਾਹਲ 7786008111 ਤੇ ਤੁਸੀਂ ਜਿਹੜੇ ਦੰਦ ਵੀੜ ਨੇ ਤੁਹਾਡੇ ਡੈਂਚਰ ਨੇ, ਤੁਸੀਂ ਉਹਨਾਂ ਨੂੰ ਲਵਾਉਣ ਤੋਂ ਬਾਅਦ ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਦੀ ਸੰਭਾਲ ਹੈ। ਅਤੇ ਦੋ ਕੁ ਸਾਲਾਂ ਬਾਅਦ ਜਿਹੜੇ ਖੜਕਦੇ ਨੇ ਨਾ, ਬੇਬੇ ਬਾਪੂ ਰੋਟੀ ਕੋਲ ਖਾਂਦੇ ਨੇ, ਜਿਹੜਾ ਉਹ ਖੜਕਦਾ ਹੈ ਉਹ ਠੀਕ ਨਹੀਂ ਹੈ। ਜਾਂ ਕਈ ਵਾਰ ਕਹਿੰਦੇ ਨੇ, ਮੇਰੇ ਫਾਦਰ ਸਾਹਿਬ ਕਹਿੰਦੇ ਯਾਰ ਦੰਦ ਕੰਮ ਨਹੀਂ ਕਰਦੇ। ਮੈਂ ਉਹਨੂੰ ਕਿਹਾ ਵੀ ਦੰਦ ਤਾਂ ਆਪਣੇ ਹੈ ਹੀ ਨਹੀਂ, ਹੁਣ ਤਾਂ ਡੈਂਚਰ ਲਾਏ ਹੋਏ, ਦੰਦ ਬੀੜ ਲਾਈ। ਉਹ ਕਹਿੰਦਾ ਠੀਕ ਕਰਾਉਂਦੇ ਹਾਂ। ਸੋ ਇਹ ਇਸ ਤਰ੍ਹਾਂ ਉਹਨਾਂ ਦੀ ਸੁਣ ਲਓ ਅਤੇ ਵਧੀਆ ਡੈਂਚਰਿਸਟ ਕੋਲ ਜਾਓ ਜਿਹੜੇ ਤੁਹਾਡੀ ਭਾਸ਼ਾ ਬੋਲਣ, ਤੁਹਾਨੂੰ ਅੰਡਰਸਟੈਂਡ ਕਰਨ। ਗਗਨ ਉਹਨਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਗੱਲ ਸਮਝਦੇ ਆ ਅਤੇ ਸਮਝਾਉਂਦੇ ਵੀ ਆ। 7786008111 ਕੀਪ ਸਮਾਈਲਿੰਗ ਡੈਂਚਰ ਕਲੀਨ। ਲਓ ਜੀ, 99 ਸਾਊਥ ਬਾਉਂਡ ਨੂੰ ਬਹੁਤ ਬੈਕਅਪ ਹੈ, ਟਨਲ ਤਾਂ ਲੰਘ ਗਿਆ, ਕੋਈ ਡਿਸਪੋਜ਼ਲ ਵਾਲਾ ਸੀ, ਬਿੰਨ ਬੁੰਨ ਜੇ ਲੱਦੇ ਹੋਏ ਸੀ ਅਤੇ ਗਾਂਹ ਰਿਵਰ ਰੋਡ ਵਾਲੇ ਬ੍ਰਿਜ 'ਚ ਠੋਕਤਾ ਉਹਨੇ। ਇੰਸਪੈਕਟਰ ਇੰਸਪੈਕਸ਼ਨ ਵਾਲੇ ਤੁਰੇ ਫਿਰਦੇ ਆ, ਬਹੁਤ ਵੱਡੀ ਬੈਕਅਪ ਆ। 91 ਨੂੰ ਮੁੜਿਆ ਉਹ, ਪਰ ਇੱਧਰ ਸੁੱਖ ਰਹੇ ਵੀ ਕਿਤੇ ਐਲੈਕਸ ਫਰੇਜ਼ਰ ਨਾ ਬੰਦ ਹੋ ਜਾਵੇ, ਇਹਦਾ ਨਿਗਾਹ ਰੱਖਿਓ। ਪ੍ਰੇਮ ਸਿੰਘ ਦਿਓਲ ਉਹਨਾਂ ਦਾ ਧੰਨਵਾਦ, ਸੁਨੇਹਾ ਦਿੱਤਾ ਉਹਨਾਂ ਨੇ। ਅਤੇ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਆ, ਮੈਂ ਇਹ ਕਰਨੀ ਚਾਹੁੰਦਾ ਕਿ ਕਿਹੜੀ ਗੱਲ ਹੋ ਗਈ ਯਾਰ ਇਹੋ ਜੀ ਵੀ ਜਿੱਥੇ ਵੀ ਤੁਸੀਂ ਰਲ ਕੇ ਬਹਿੰਦੇ ਹੋ, ਚਾਹੇ ਉਹ ਜਿਮ ਹੈ, ਚਾਹੇ ਉਹ ਸੌਣਾ ਹੈ, ਚਾਹੇ ਪਾਣੀ 'ਚ ਬੈਠੇ ਹੋ, ਚਾਹੇ ਕਿਤੇ ਵਿਆਹ ਸ਼ਾਦੀ ਦੇ ਵਿੱਚ ਕਿਤੇ ਰਿਸੈਪਸ਼ਨ 'ਤੇ ਬੈਠੇ ਹੋ, ਸਤਿ ਸ਼੍ਰੀ ਅਕਾਲ ਹੋ ਕੇ 10 ਮਿੰਟਾਂ ਬਾਅਦ ਗੱਲ ਇਹ ਚੱਲ ਪੈਂਦੀ ਆ, ਪੱਟੇ ਗਏ ਪੱਟੇ ਗਏ ਪੱਟੇ ਗਏ ਪੱਟੇ ਗਏ, ਕੀ ਬਣੂ ਕੀ ਬਣੂ ਕੀ। ਜਾਂ ਤਾਂ ਦੇਖੋ, ਹੁਣ ਇਸ ਤਰ੍ਹਾਂ ਤਾਂ ਕੋਈ ਅੰਕੜੇ ਆਏ ਨਹੀਂ ਕਿ ਲੋਕ ਘਰ ਛੱਡ ਰਹੇ ਨੇ, ਬੈਂਕਰਪਸੀਆਂ ਹੋ ਰਹੀਆਂ ਨੇ। ਜਾਂ ਤਾਂ ਗੱਲ ਇਹ ਆ ਬਈ ਚੂੰਡੀ ਵੱਢੀ ਹੋਈ ਆ, ਬੰਦੇ ਜਿਹੜਾ ਚੀਕ ਮਾਰਨ ਤੋਂ ਪਹਿਲਾਂ ਸਾਹ ਰੋਕੀ ਬੈਠਿਆ, ਉਹਨਾਂ ਨੂੰ ਲੱਗ ਰਿਹਾ ਵੀ ਜਿਹੜਾ ਸਾਡਾ ਪੰਗਾ ਹੈ ਇਹ ਪੰਗਾ ਸਿਰ 'ਤੇ ਪੈ ਜਾਣਾ। ਵੱਡੇ ਪੰਗੇ ਇਹ ਨੇ ਜਿਨ੍ਹਾਂ ਨੇ ਪ੍ਰੀ ਬੁੱਕ ਕੀਤੇ ਹੋਏ ਨੇ, ਯੂਨਿਟਸ ਕੀਤੇ ਨੇ, ਕਿਸੇ ਨੇ ਕੁਛ ਕੀਤੇ ਨੇ। 3-4 ਹਜ਼ਾਰ ਯੂਨਿਟ ਡਾਊਨ ਟਾਊਨ ਸਰੀ ਦੇ ਵਿੱਚ ਜਿਹੜੀਆਂ ਹਾਈ ਰਾਈਜ਼ ਬਿਲਡਿੰਗ ਦਾ ਲੋਕ ਕਰੀ ਬੈਠੇ ਆ। ਕੁਛ ਕੰਪਨੀਆਂ ਨੇ ਸਾਲ ਅਟਕ ਕੇ ਬਣਨੇ ਸੀ, ਉਹਨਾਂ ਨੇ ਸਾਲ ਪਹਿਲਾਂ ਹੀ ਬਣਾਤੇ ਅਤੇ ਉਹਨਾਂ ਨੇ ਦਸਤਖਤ ਕੀਤੇ ਹੋਏ ਨੇ। ਮਤਾ ਖਿਆਲ ਕਰ ਲਿਓ ਵੀ ਤੁਸੀਂ ਆਪਣਾ ਡਿਪੋਜ਼ਿਟ ਦੇ ਕੇ ਤੁਰਦੇ ਬਣੋਗੇ, ਛੱਡ ਕੇ ਛੱਡਣ ਨਹੀਂ ਦਿੰਦੇ ਉਹ, ਸਾਈਨ ਕੀਤੇ ਹੋਏ ਨੇ। ਜੇ 8 ਲੱਖ ਦਾ ਇਹ ਕੋਈ ਯੂਨਿਟ ਹੈ ਤਾਂ 8 ਲੱਖ ਦੀ ਤੁਹਾਡੀ ਜਿਹੜੀ ਉਹਨਾਂ ਨੂੰ ਦਸਤਖਤ ਕੀਤੇ ਹੋਏ ਨੇ। ਇਹ ਇੱਕ ਸੁਨੇਹਾ ਵੀ ਬਹੁਤ ਵੱਡਾ ਹੈ ਕਿ ਇਹ ਗੱਲਾਂ ਦੇ ਪਿੱਛੇ ਲੱਗ ਕੇ ਵੀ 50 ਦਾ ਫਲਿੱਪ ਹੋਜੂ, 60 ਦਾ ਫਲਿੱਪ ਹੋਜੂ, 70 ਦਾ ਫਲਿੱਪ ਹੋਜੂ, ਫਲਿੱਪ ਤਾਂ ਹੋਜੂ, ਪਰ ਇਹ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਕਿੱਡਾ ਵੱਡਾ ਰਿਸਕ ਆ। ਰਿਸਕ 8 ਲੱਖ ਦਾ ਹੈ, ਬਣਨਾ 50 ਹਜ਼ਾਰ ਹੈ। ਇਸੇ ਤਰ੍ਹਾਂ ਹੀ ਪ੍ਰੀ ਸੈੱਲ ਤੋਂ ਬਿਨਾਂ ਜਿਹੜਾ ਕੋਲ ਜਿਨ੍ਹਾਂ ਦੀਆਂ ਮੌਰਗੇਜਸ ਵੱਧ ਗਈਆਂ ਉਹਨਾਂ ਦਾ ਔਖਾ ਹੋ ਰਿਹਾ। ਟੋਰਾਂਟੋ ਦੇ ਵਿੱਚ ਕਹਿੰਦੇ ਰੈਂਟ ਲੈਣ ਦੇ ਲਈ ਬਿੱਡ ਹੋ ਰਹੀ ਹੈ, ਬਿਡਿੰਗ ਹੋ ਰਹੀ ਹੈ 2 ਬੈਡਰੂਮ ਦੀ ਬੇਸਮੈਂਟ ਲਈ। ਕਿਚਨਰ ਦਾ ਇਲਾਕਾ, ਟੋਰਾਂਟੋ ਤੋਂ ਬਾਹਰ ਦਾ ਇਲਾਕਾ, ਬਰੈਂਪਟਨ ਦੀ ਗੱਲ ਨਹੀਂ ਮੈਂ ਕਰ ਰਿਹਾ, 2200 ਕਹਿੰਦਾ, 2400 ਕਹਿੰਦਾ, ਮੈਂ 2600, ਕਿਉਂਕਿ ਘਰ ਦੀ ਛੱਤ ਜਿਹੜੀ ਉਹ ਜਾ ਰਹੀ ਹੈ। ਸੋ ਇਹ ਇਸ ਤਰ੍ਹਾਂ ਦੀ ਅਰਾਜਕਤਾ ਮੈਂ ਜੇ ਆਪਣੇ ਜ਼ਿੰਦਗੀ ਦੇ 26 ਸਾਲ ਇਹ ਦੇਸ਼ ਦੇ ਕਹਾਂ, ਮੈਂ ਨਹੀਂ ਕਦੇ ਵੇਖੀ। ਬਹੁਤ ਔਖਾ ਸਮਾਂ, 2005 ਤੋਂ ਪਹਿਲਾਂ ਕੰਸਟਰਕਸ਼ਨ ਹੈ ਹੀ ਨਹੀਂ ਸੀ, ਖਤਮ ਸੀ ਸਾਰਾ ਕੁਛ, ਇਸ ਤਰ੍ਹਾਂ ਨਹੀਂ ਵੇਖਿਆ ਕਦੇ। ਹਾਰਪਰ ਦੇ ਸਮੇਂ ਰਿਸੈਸ਼ਨ 'ਚ ਸੀ ਕੰਟਰੀ, ਪਰ ਪਤਾ ਹੀ ਨਹੀਂ ਲੱਗਿਆ। ਹੁਣ ਇਹ ਕੀ ਹੋ ਗਿਆ, ਜਿਹੜੀ ਗੱਲ, ਕਾਰਨ ਕੀ ਹੋ ਗਿਆ, ਲੋਕਾਂ ਦੇ ਮਨ ਦੇ ਵਿੱਚ ਇਹ ਇੰਨਾ ਡਰ ਕਿਉਂ ਹੈ? ਕਿਉਂਕਿ ਹਰ ਇੱਕ ਚੀਜ਼ ਉਹਨਾਂ ਨੇ ਪਲੈਨਿੰਗ ਕੀਤੀ ਸੀ, ਕਿਸੇ ਨੇ ਟਰੱਕ ਆਰਡਰ ਕੀਤਾ ਸੀ, ਕਿਸੇ ਨੇ ਡੰਪ ਆਰਡਰ ਕੀਤਾ ਸੀ, ਕਿਸੇ ਨੇ ਕੋਈ ਕੌਂਡੋ ਖਰੀਦਿਆ ਹੋਇਆ ਸੀ, ਕਿਸੇ ਨੇ ਆਹ ਸਾਲ 'ਚ ਜਵਾਕਾਂ ਦਾ ਵਿਆਹ ਕਰਨਾ ਸੀ, ਕਿਤੇ ਕਿਸੇ ਨੇ ਡਿਪੋਜ਼ਿਟ ਮਿਲੀਅਨਸ ਆਫ ਡਾਲਰ ਦਿੱਤੇ ਸੀ, ਉਹ ਛੱਡਣੇ ਪੈਣੇ ਆ।
लोग दो दो तीन तीन मिलियन डिपोजिट की पांच पांच मिलियन बड़े बड़े डिवेलपर छड़ रहे ने। पहले मेयर की डिवेलपमेंट किसी पासे नू जानी सी, नवे मेयर ने आके वो डिवेलपमेंट रोकती। वो कहना भी नहीं मैं इधर नहीं जान देनी, फीजेबल नहीं है, ये तो नवी स्टडी करवानी है। तो वो गाह प्रॉपर्टियां की कंप्लीशन आ गई, कंप्लीशन लई पांच पांच सात सात मिलियन होर चाहिए। वो कहते पांच सात छड़िया कोल वाले पांच छड़ दो क्योंकि होना नहीं कुछ। और हंब जाता माड़ा बंदा बड़ी लैंड दे विच हंब जाता जद तक उन्हें उन्होंने बूर पैना, जद नू बड़े आ जाते हैं फिर वो कहते भी फड़ा जा उरे किश्तां तय देतियां हुण इहदी मलाई असी लाहांगे। बहुत बार तुहानू अपनी ओ सुनाई है कि किश्तां दिंदे दिंदे थंभ गए, हंबण तो बाद शहर नू जद एप्लीकेशन की शहर कहता भी ना इत्थे तां इहनूं तां मोरटोरियम ला देंगे। तो उही कौंसलर ग्रुप के नाल रल के फिर वह जगह अप्रूव करवा रहे हैं। इत्थे मतलब कुछ नहीं पता, भी भी मिलियन दी फिर सौ सौ मिलियन दी ऐं विक जांदी है सालां दे विच। चलो ये पार्ट है, बड़िया ने छोटिया नू खाना ही खाना है, बदकिस्मती है। पर हुण आम रोज़मर्रा दी जिंदगी दे विच क्यों लोग औखे हो गए? 66,000 डॉलर जिहड़े हाउसहोल्ड दी इनकम है उहनू महीनियां दे विच लैके गए, एक टेबल बनाया 66,000 डॉलर दा पिछे नू लैके जा रहे ने। हर महीने 2 to 3,000 डॉलर महीने का घट रहा, 66,000 एवरेज, 66,000 हाउसहोल्ड इनकम। इन्ने क तो आप दो जी सारे बना रहे हैं, 5,000, 5,500, 6,000 डॉलर घर आ रहा है। वो 6,000 नाल ईवन आउट नहीं हो रहे, एक घर दे रोज़मर्रे के खर्चे ने। ये कोई गड्डी नहीं, ये कोई विआह नहीं, ये कोई वकेशन नहीं, ये कुछ नहीं है, कोई अपग्रेड नहीं, कुछ नहीं है। ये सिर्फ 5,000 डॉलर घर तोरन है। और जे इहनां दे विच दो दो बैडरूम दीआं बेसमेंटां दा 2,000, 4,000, 4,500 ना आवे किते, ओ कोई मुश्किल हो जावे जिहड़ी होणी नहीं, क्योंकि सरी दे विच इहनां दे अंकड़ियां नाल तां 7 लाख बंदा है, पर सरी च रह रिहा बंदा 10 लाख है। सरकारां सारियां 700, 650, 630 संघ नहीं आउंदी इहनां नूं, अंकड़ा विभाग वाले नूं संघ नहीं आउंदी सरकारां दे इहनां नूं अहुदेदारां नूं भी तुसीं सरी दे विच 6.5 लाख बंदा दिखदा है तुहानूं, 3 लाख जिहड़ा तुहाडे विजिट वीज़ियां ते आया, तुहाडे जिहड़ा वर्क परमिटां ते आया, जिहड़ियां LMIआं ते आया, वो तुसीं कित्थे गिणदे ने? वह जाके असमान च सौंदे ने। उहनां नूं यही सड़कां ने, यही घर ने, यही हस्पताल आ, यही स्कूल ने। पोर्टेबल आउणगे स्कूल, हुण हस्पताल की गल चल रही है, हस्पताल डिकलेयर कर रहे हैं बनना, पर हस्पताल बनना कदा? ये नहीं बई ये सरकार जड़ी है ये करना नहीं चाहती, करना तो हरेक राजनीतिक चाहता, कौन है तोए तोए कौन आनी चाहता, पर हुण वो चीज़ करने लई समा लगना। पर जड़ी एक हर जगह ये गल चलती है, हुण कल एक मुंडा सुनावे कहिंदा वी कोई असीं 2.5 साल पहला किसी कंपनी का कोड किया सी, रीबार दा ते ड्राईवाल दा लोहे दे जड़े अपने स्टड्स ने ये ते वो। वो कहते साड़ी कीमत बहुत बढ़ गई, असी उन्होंने कहा, वो कहे ना सानू तां पुराने रेट च करके दो, कहिंदा असी क्या वेस्ट नहीं करना, आ जाओ फिर कोर्ट दे विच लड़ांगे। आ कुछ हो रहा, ये जिहड़ा कम चल गया। जे तुसी कहो भी अमीरां ने च गरीब हो जाणा, नो किसी अमीर ने गरीब नहीं होनी। बड़ियां कंपनियां ने जिन्हां दे 40 मिलियन का एक एकड़ लिया सरी दे डाउनटाउन दे विच, 40 मिलियन च उन्हां दा 300 यूनिट है, लख लख डॉलर लैके उन्होंने वो ज 300 यूनिट बेच के 30 मिलियन तो उन्होंने कर लिया इकट्ठा। वह कहें असी पॉज करते कंस्ट्रक्शन, असी नहीं करनी, 2 सालों असी करांगे, 40 मिलियन चो 30 मिलियन तो साढ़े कोल आ, 10 मिलियन दी किश्तां असी दे देंगे, 10 तो कोल होना ही है जब एड्डा प्रोजेक्ट शुरू करना। किने इहदे च डिगणा, मांझिया किने जाणा? आम बंदा जिहड़ा रोज़मर्रा की जिंदगी च गल की पिछले 3 सालों दे विच रौला इन्ना पै गया भी 50-50 हज़ार डाउन दे के लोगों ने 2-2 लाख बना लिया। वो आदतां पै गईं, वो आदतां ने एक तो दूजा, दूजे तो तीजा, प्राइवेट मॉर्गेज बिच आ गई, लैंडर बिच आ गए, पहले घर चो 70% चक्या दूजा लै लिया, दूजे चो 60% चक्या तीजा लै लिया, तिने ही हुण जे तुसीं देखदे हो तिने 70-70% डैट च ने, तिने हुण डैट च ने, तिना दे खर्चे नहीं चक होने, ओपन मॉर्गेज़ ने वह वध गई। हुण इनफ्लेशन रेस 2.8 करी, मैं दसो तो सही कितने 2.8% है? 7 पाउंड 5 पाउंड तुसी जाओ किसी स्टोर च, घट तो घट वाले चले जाओ जो फ्रैश नहीं लैने,
माड़े च चले जाओ, लै लो तीन तीन पाउंड दे तुसी कोई फ्रूट लै लो जिहड़े एवरेज $2.5 दे ने, तुसी टोटल 10 पाउंड फ्रूट जिहड़ा 4-5 किलो आ परिवार दे छेआं जीआं लई ओह 4 दिन नहीं चलदा, तुसी $30 चो फ्रूट लैके आउंदे हो। नाले ओह फैंसी स्टोर नहीं है जिथे $3.5 दे आ, ओह इत्थे 1.99 वाले च फिरदे हो तुसी, जे 1.99 वाले च होर फ्रैश ते जाणा इही ओह 3.99 ते निकलोगे कित्थों, उत्थों आओगे कित्थे। सो की करूगा बंदा जद यही गल्लां चल रही हूँ। फैमिली हैड आ जिहड़ा बहुत चीज़ां ने जिहड़ियां आम परिवार चो सांझियां नहीं करता, मानसिक की जिहड़ी मैं गल करता सी हुण उधरों मोस्टली सैल्फ इंपलॉयड ने जून के महीने चढ़ा भरिया है, तुहाडा टैक्स जुलाई के महीने बिल आ गया, टैक्स आ गया 5-10 हज़ार, उहदे बाद 5-10 हज़ार प्रॉपर्टी टैक्स आ गया 20 हज़ार, 5-7 हज़ार थोड़ा आ गया GST, तो $27,000 चाहिए जुलाई के महीने, कमाई थोड़ी 10 हज़ार, 17 हज़ार जिहड़ा माइनस होया वह कित्थों लिआउणा है, किहदों कहे बंदा, रोवे भी किहदे कोल, तो रो के थोड़ी शान बिगड़ती है, रोया तो होना कख नहीं, देना नहीं दूजे ने, तो भुखे ने भुखे वाली कहानी हुई हुई है, वो तो तुसीं करोगे की। पर इस तरह की अराजकता नहीं वेखी, कल इस तरह ही थोड़ा सी भी आउंदे असीं घर वाले हो गए, असीं एक एक बैडरूम च दो दो बैडरूम च $350 के बैडरूम की एक बैडरूम की बेसमेंट तुसीं रहिंदे रहे हो, 550 दो बैडरूम च रहिंदे रहे हो, जिहड़ी अज 2200 ते 2500 ते खड़ी है, घर भी उही ने, बेसमेंटा भी उही ने, 25 साल पुरानी, जाओगे कित्थे। ਇਹਦੇ ਤੋਂ ਲੋਕ ਜਿਹੜਾ ਮੂਵ ਬੈਕ ਦੀ ਕੋਈ ਗੱਲ ਕਰ ਰਿਹਾ, ਕੋਈ ਵਾਪਸ ਜਾ ਰਿਹਾ, ਕੋਈ ਇੱਕ ਘਰ ਦੇ ਜੀ ਨੂੰ ਸਿਟੀਜ਼ਨ ਦਵਾ ਕੇ ਵਾਪਸ ਜਾ ਰਿਹਾ, ਇਹ ਗੱਲਾਂ ਕਿਤੇ ਕੈਨੇਡਾ 'ਚ ਸੁਣੀਆਂ ਸੀ ਕਿਤੇ, ਹੁਣ ਇਹਨੂੰ ਫਿਕਸ ਕਿਵੇਂ ਕਰੋਗੇ। ਮੈਨੂੰ ਤਾਂ ਇਹ ਆ ਵੀ ਇਹ ਖਲਾਰਾ ਜਿਹੜਾ ਇੰਨਾ, ਇਹ ਜਿਹੜੇ ਛੋਲਿਆਂ ਦੇ ਦਾਣੇ ਖਿਲਰ ਗਏ ਭੁੱਜੇ ਹੋਇਆਂ ਦੇ, ਇਹਨਾਂ ਨੂੰ ਇਕੱਠਾ ਕਰਕੇ ਬੋਝੇ 'ਚ ਪਾਓਗੇ ਕਿਵੇਂ। ਤੁਹਾਡੀ ਇੱਕ ਕਮਿਊਨਿਟੀ ਆ ਜਿਹੜੇ ਆ, ਇੱਕ ਬਾਗ ਹੈ ਜਿਹਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ, ਹੁਣ ਉਹਦੇ ਵਿੱਚ ਜਦ ਤੁਸੀਂ ਇੱਕ ਭਾਈਚਾਰੇ 'ਚ ਰਹਿੰਦੇ ਕਿਸੇ ਮਾਨਸਿਕ ਰੋਗ 'ਚ, ਕਿਸੇ ਨਸ਼ੇ ਦੇ ਵਿੱਚ, ਕਿਸੇ ਪੰਗੇ 'ਚ ਪੈ ਗਏ, ਉਹਦਾ ਇੰਪੈਕਟ ਤੁਹਾਡੇ 'ਤੇ ਹੋਣਾ ਹੀ ਹੋਣਾ। ਕੋਈ ਕ੍ਰਾਈਮ ਹੋਇਆ ਤੁਹਾਡੇ 'ਤੇ, ਫਸਟ ਰਿਸਪੋਂਡਰ ਨੇ ਆਉਣਾ, ਉਹਨਾਂ ਦਾ ਖਰਚਾ ਤੁਹਾਡੇ 'ਤੇ ਪੈਣਾ ਹੀ ਪੈਣਾ। ਕਿਸੇ ਘਰ ਨੂੰ ਅੱਗ ਲੱਗ ਗਈ, ਉਹਦਾ ਕੋਈ ਇੰਟਰਸਟ, ਜਿਹੜੇ ਉਹਦੇ ਕੋਈ ਨਾਲ ਦਾ ਮਾਂਝਿਆ ਗਿਆ, ਕਿਸੇ ਨੇ ਗੱਡੀ ਚੜ੍ਹਾਤੀ, ਕੁਛ ਵੀ ਹੋ ਗਿਆ। ਸੋ ਇਸ ਤਰ੍ਹਾਂ, ਔਰ ਇੱਕ ਜੇ ਹੁਣ 80 ਗਰੀਬ ਨੇ, 80 ਮਾੜੇ ਨੇ, 20 ਚੰਗੇ ਨੇ, 20 ਦੇ ਚੰਗਿਆਂ ਦਾ ਵੀ ਕੀ ਇਹਦੇ 'ਚ ਰਹਿ ਜਾਏਗਾ? ਔਰ ਇਹਨੂੰ ਕੋਈ ਐਕਸੈਪਟ ਕਰਨ ਨੂੰ ਤਿਆਰ ਨਹੀਂ। ਕੋਈ ਲੋਕਲ ਕਰ ਲਓ ਤੁਸੀਂ, ਉਹ ਕਹਿੰਦੇ ਇਕਾਨਮੀ ਬਹੁਤ ਵਧੀਆ, ਸਾਡਾ ਤਾਂ ਗ੍ਰਾਫ ਰੇਟ ਬਹੁਤ ਉੱਪਰ ਆ, ਲੋਕਲ ਵਾਲਿਆਂ ਨੂੰ ਪੁੱਛ ਲਓ। NDP ਕਹਿੰਦੀ ਸਾਡੇ ਨੇੜੇ ਵੀ ਨਹੀਂ ਲੱਗ ਸਕਦੇ, ਤੁਸੀਂ ਅਸੀਂ ਫੋਰਮ ਕਰਨੀ ਹੈ ਅਗਲੀ ਸਰਕਾਰ। ਟਰੂਡੋ ਨੂੰ ਪੁੱਛੋ, ਟਰੂਡੋ ਕਹਿੰਦਾ ਮੇਰੇ ਨੇੜੇ ਨਹੀਂ ਕੋਈ ਲੱਗ ਸਕਦਾ। ਮੈਂ ਤਾਂ ਬੱਲੇ ਬੱਲੇ ਕੀਤੀ ਪਈ ਆ ਦੇਸ਼ ਨਾਲ, ਜਗਮੀਤ ਸਿੰਘ ਆ, ਸਾਨੂੰ ਤਾਂ ਸਾਡੇ ਵੱਲ ਕੋਈ ਝਾਕ ਨਹੀਂ ਸਕਦਾ। ਪੌਲੀ ਐਬ ਹੋਣੀ ਕਹਿੰਦੇ ਨੇ ਸਾਰਾ ਕੁਛ ਬਰੋਕਨ ਆ, ਰਾਜਨੀਤਿਕ ਇਸ ਤਰ੍ਹਾਂ ਕਹਿ ਰਹੇ ਨੇ, ਅਤੇ ਆਮ ਬੰਦਾ ਜਿਹੜਾ ਇਹ 'ਚ ਪਿਸ ਰਿਹਾ। ਕੋਈ ਜਗ੍ਹਾ ਹੈ ਜਿੱਥੇ ਇਹ ਗੱਲ ਨਾ ਚੱਲਦੀ ਹੋ? ਜਿੱਥੇ ਤੁਸੀਂ ਖੜ੍ਹਦੇ ਹੋ ਉੱਥੇ ਹੀ ਇਹ ਗੱਲ ਚੱਲਦੀ ਆ, ਪੱਟੇ ਗਏ। ਇਹ ਕੀ ਲੋਕ ਐਵੇਂ ਕਹੀ ਜਾ ਰਹੇ ਨੇ, ਵਾਕਈ ਪੱਟੇ ਗਏ? ਤੁਹਾਡੀਆਂ ਕਾਲਸ। ਮਨਵੀਰ ਗਰੇਵਾਲ, ਜੀ ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਨਾ ਆਪਾਂ ਨੂੰ ਬਹੁਤ ਸਮਝਣ ਦੀ ਲੋੜ ਆ ਵੀ ਇਨਫਲੇਸ਼ਨ ਰੇਟ ਤੇ ਡੀਫਲੇਸ਼ਨ ਦਾ ਫਰਕ ਜੀ। ਆਪਾਂ ਨੂੰ ਇਨਫਲੇਸ਼ਨ ਦੇ ਵਿੱਚ ਘੁਮਾ ਕੇ ਰੱਖਤਾ ਜੀ, ਇਨਫਲੇਸ਼ਨ ਘੱਟ ਗਈ, ਵੱਧ ਗਈ। ਇਨਫਲੇਸ਼ਨ ਘਟਣੀ ਮਤਲਬ ਇਨਫਲੇਸ਼ਨ ਰੇਟ ਘਟਣਾ, ਮਹਿੰਗਾਈ ਵਧਣ ਦਾ ਦਰ ਘਟਣਾ। ਮਹਿੰਗਾਈ ਜਿਹੜੀ ਪਹਿਲਾਂ 9% ਤੇ ਵੱਧ ਰਹੀ ਸੀ, ਹੁਣ 2% ਤੇ ਵੱਧ ਰਹੀ ਹੈ, ਤੇ ਉਹ ਵਧੂਗੀ, ਕੀਮਤਾਂ ਘਟਣਗੀਆਂ ਕਿਹੜੇ ਪਾਸੇ? ਉਹ ਤਾਂ ਕੋਈ ਵੀ ਗੱਲ ਨੀ ਕਰ ਰਿਹਾ ਜੀ। ਵੀ ਆਪਾਂ ਆਪਣੇ ਬੰਦਿਆਂ ਨੂੰ ਕਦੇ ਮਤਲਬ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਥੋੜਾ ਜਿਹਾ ਸਮਝਾਈਏ ਵੀ ਡੀਫਲੇਸ਼ਨ ਹੁੰਦੀ ਹੈ ਜੇ ਮਹਿੰਗਾਈ ਘਟਣ ਦਾ ਕੰਮ ਹੁੰਦਾ। ਮਹਿੰਗਾਈ ਨੀ ਘਟਣੀ, ਮਹਿੰਗਾਈ ਵਧਣੀ ਆ, ਪਰ ਹਾਂ ਉਹਦੀ ਦਰ ਘੱਟ ਜੂਗੀ ਵੱਧ ਤੋਂ ਵੱਧ। ਜਿਹੜੀ ਚੀਜ਼ $8 ਦੀ ਸੀ ਉਹ 20 ਤੇ ਆ ਗਈ, ਤੇ ਉਹ ਗਾਹਾਂ 8 ਤੋਂ 20 ਤੇ ਨੀ ਜਾਊਗੀ, 20 ਤੋਂ 22 ਤੇ ਚੱਲ ਜੂਗੀ ਜੀ। $2 ਵਧਜੂ, ਜਦਕਿ $12-13 ਨੀ ਵੱਧਦੀ ਹੁਣ। ਇਹ ਘੁਮਾ ਕੇ ਬਹੁਤ ਦਿਮਾਗ ਚ ਪਾਤਾ ਵੀ ਹਾਂਜੀ ਘੱਟ ਗਈ, ਪਰ ਉਹ ਅਸਲ ਚ ਸਨੈਰੀਓ ਹੀ ਹੋਰ ਆ, ਉੱਥੇ ਪਾਸੇ ਨੂੰ ਦਿਮਾਗ ਤੱਕ ਸੋਚਣ ਨੂੰ ਨੀ ਮਜਬੂਰ ਕਰਨ ਦੇ ਰਹੇ ਲੋਕਾਂ ਨੂੰ, ਉੱਥੇ ਗੱਲ ਜਾ ਰਹੇ ਰੱਖਦੇ। ਥੈਂਕ ਯੂ। ਆ ਮੈਸੇਜ ਆਇਆ ਸਰੀ ਦੇ ਵਿੱਚ, ਉਹ ਕਹਿੰਦਾ ਮੈਂ 15 ਮਿੰਟ 'ਚ ਆਪਣੀ ਬੇਸਮੈਂਟ ਚੜ੍ਹਾਈ ਆ, 15 ਮਿੰਟਾਂ 'ਚ 100 ਸੁਨੇਹਾ ਅਤੇ ਬੋਲੀ ਉਹ ਲੱਗੀ ਹੈ।
ਹਾਂ ਸੁਣ ਲਈ ਤੁਸੀਂ ਸਰੀ ਦੀ, ਮੈਂ ਤਾਂ ਹਲੇ ਕਿਚਨਰ ਦੀ ਗੱਲ ਕੀਤੀ ਹੈ। ਗੁਰਪ੍ਰੀਤ ਸਿੰਘ ਜੀ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਗਿੱਲ ਸਾਹਿਬ, ਆਮ ਆਦਮੀ ਪੂਰਾ ਪੀਸਿਆ ਜਾ ਚੁੱਕਿਆ ਜੀ। ਤੁਸੀਂ ਆਪ ਹਿਸਾਬ ਲਾਓ ਵੀ ਪਤਾ ਨੀ ਇਨਫਲੇਸ਼ਨ ਘੱਟ ਕੇ ਮੇਰੀ 2.8 ਰਹਿ ਗਈ, ਗੋਭੀ ਦਾ ਫੁੱਲ $7 ਦਾ, ਗੈਸ 2 ਤੋਂ ਉੱਪਰ ਆ, ਮੌਰਗੇਜ ਰੇਟ ਜ਼ਿਆਦਾ ਨੇ। ਪਤਾ ਨੀ ਇਹ ਜਾਂ ਤਾਂ ਟਰੂਡੋ ਨੂੰ ਫਾਇਦਾ ਹੋ ਰਿਹਾ ਇਹਦਾ, ਸਾਨੂੰ ਤਾਂ ਫਾਇਦਾ ਨੀ ਹੋ ਰਿਹਾ ਆਮ ਇਨਸਾਨ ਨੂੰ। ਇੰਟਰਸਟ ਰੇਟ 7% ਤੋਂ ਉੱਪਰ ਗਏ ਆ, ਜਿੱਥੇ ਜਾਓ ਉੱਥੇ ਹਾਹਾਕਾਰ ਮਚੀ ਪਈ ਆ ਹਰ ਇੱਕ ਕਿਸੇ। ਪਤਾ ਨੀ ਟਰੂਡੋ ਤਾਂ ਸਵੇਰੇ ਉੱਠਦਾ ਬੈੱਡ ਤੇ ਉੱਠ ਕੇ ਕਹਿੰਦਾ ਆਈ ਵਿਲ ਗਿਵ $4 billion ਟੂ ਦਿਸ ਕੰਟਰੀ, ਐਂ ਕਰਦਾ ਰੋਜ਼ ਸਵੇਰੇ ਉੱਠ ਕੇ ਨਾ, ਆਪਣੇ ਬਾਥਰੂਮ ਚ ਹੀ ਹੁੰਦਾ ਹਜੇ, ਪਹਿਲਾਂ ਐਲਾਨ ਕਰ ਦਿੰਦਾ ਵੀ ਅੱਜ ਮੈਂ $4 billion ਇਹਨੂੰ ਦਿੱਤਾ, ਅੱਜ ਮੈਂ $10 billion ਇਹਨੂੰ ਦਿੱਤਾ। ਪਤਾ ਨੀ ਉਹ ਪੈਸਾ, ਸਾਡਾ ਪੈਸਾ ਕਿਉਂ ਵਰਤ ਰਿਹਾ ਹੈ। ਥੈਂਕ ਯੂ। ਅਮਰਪ੍ਰੀਤ ਸੰਧੂ ਜੀ ਲਾਈਨ ਨੰਬਰ 3। ਹਾਂਜੀ ਸਤਿ ਸ੍ਰੀ ਅਕਾਲ ਗੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਤੇ ਆਪਣਾ ਮੈਂ ਨਾ ਕਹਿੰਦਾ ਜੇ ਸਾਨੂੰ ਇਨਫਲੇਸ਼ਨ ਆਪਣੀ ਵਧੀ ਹੋਈ ਆ ਤੇ ਆਪਣੇ ਜਿਹੜੇ ਕੌਨ ਆਰਟਿਸਟ ਆ ਉਹ ਵੀ ਬਹੁਤ ਹੁਣ ਉਤਸ਼ਾਹਿਤ ਹੋ ਗਏ। ਮੈਨੂੰ ਤਕਰੀਬਨ 2 weeks ਹੋ ਗਈਆਂ ਉਹਨਾਂ ਦੇ ਫੋਨ ਆਉਂਦੇ ਹੁੰਦੇ ਤੇ ਉਹ ਕੀ ਕਰਦੇ ਆ, ਆਪਾਂ ਕੀ ਕਹਿੰਦੇ ਵੱਧ ਤੋਂ ਵੱਧ ਆਪਣੀ ਇਨਫਲੇਸ਼ਨ ਹੋ ਗਈ, ਆਪਾਂ ਕਹਿੰਦੇ ਖਰਚਾ ਘੱਟ ਕਰ ਲਈਏ। ਹੁਣ ਉਹਨਾਂ ਨੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੋਈ ਵੀ ਵਾਊਚਰ ਦਿੰਦੇ ਹਾਂ ਅਸੀਂ ਤੁਹਾਨੂੰ, ਅਸੀਂ ਤੁਹਾਡਾ 40% ਆਫ ਕਰ ਦਾਂਗੇ ਤੇ ਤੁਸੀਂ ਏਦਾਂ ਕਰਿਓ, ਤੁਸੀਂ ਆਪਦਾ ਜਿਹੜਾ 100% ਬਿੱਲ ਆ ਸਾਨੂੰ ਭੇਜ ਦਿਓ, ਅਸੀਂ 60% ਦੇ ਦਿੰਦੇ ਤੇ ਬਾਕੀ ਤੁਸੀਂ 40% ਦਾ ਸਾਨੂੰ ਭੇਜ ਦਿਓ ਉਹਦਾ ਬਸ। ਇਹ ਇਹਨਾਂ ਨੇ ਵੀ ਸਕੀਮਾਂ ਘੜੀਆਂ ਹੋਈਆਂ ਜੀ। ਦੇਖੋ ਨਾਲ ਦੀ ਨਾਲ ਜੇ ਇਨਫਲੇਸ਼ਨ ਵਧੀ ਜਾਂਦੀ ਹੈ ਬੰਦਾ ਹਰੇਕ ਬਚਾਉਣ ਨੂੰ ਕੋਸ਼ਿਸ਼ ਕਰਦਾ, ਇਹ ਨਾ ਤੌਹਦੀ ਰੱਖ ਤੇ ਹੁਣ ਹੱਥ ਧਰ ਲੱਗ ਗਏ ਵੀ ਹੁਣ ਇਹਨਾਂ ਨੂੰ ਵੀ ਸਭ ਨੂੰ ਪਤਾ ਕੌਣ ਜਿਹੜੇ ਬੰਦੇ ਹੈਗੇ ਆ। ਬਿਲਕੁਲ, ਪੀੜਤ ਨੇ ਨਾ ਜੀ, ਪੀੜਤ ਧਿਰ ਜਦੇ ਸ਼ਿਕਾਰ ਹੁੰਦੀ ਹੈ। ਤੂਰ ਸਾਹਿਬ ਲਾਈਨ ਨੰਬਰ 4। ਇਹ ਇਹ ਅਨਸਰਟਨਟੀ ਕਿਉਂ ਆ ਜੀ ਇੰਨੀ, ਤੁਸੀਂ ਅਵੇਅਰ ਸਿਟੀਜ਼ਨ ਹੋ, ਰੀਜ਼ਨ ਕੀ ਹੈ? ਬਈ ਇਹ ਜਿਹੜੀ ਨਾ ਸ਼ੁਰੂਆਤ ਹੋਈ ਸੀ ਜਦੋਂ ਨਾ ਇਹਨਾਂ ਨੇ ਕੋਵਿਡ ਆਇਆ, ਕੋਵਿਡ ਦੇ ਬਹਾਨੇ ਬਹੁਤ ਸਾਰੇ ਜਿਹੜੇ ਇੰਟਰਸਟ ਰੇਟ ਜ਼ਿਆਦਾ ਘਟਾ ਤੇ, ਉਹ ਬੇਸਿਕਲੀ ਫ੍ਰੀ ਵਾਲੇ ਪੈਸੇ ਸੀਗੇ ਤੇ ਉਹ ਜ਼ਿਆਦਾ ਘਟਾਉਣ ਕਰਕੇ ਲੋਕਾਂ ਦਾ ਇੰਟਰਸਟ ਹੋ ਗਿਆ ਕਿ ਮੈਂ ਵੀ ਲੈ ਲਾ, ਫਿਰ ਪ੍ਰਾਈਸਿਸ ਤਾਂ ਨੂੰ ਜਾਣ ਲੱਗੀਆਂ। ਰੀਅਲਾਈਜ਼ ਨਹੀਂ ਕੀਤਾ ਬਈ ਇਹ ਜਿਹੜੇ ਵਿਆਜ ਇੱਕ ਦਿਨ ਵਧਣੇ ਵੀ ਆ ਤੇ ਗੌਰਮੈਂਟ ਦੀ ਇਹਦੇ ਵਿੱਚ, ਮੈਂ ਰੀਅਲ ਸਟੇਟਾਂ ਨਾਲ ਵੀ ਗੱਲ ਕੀਤੀ ਆ, ਮਨੀ ਲੈਂਡਰ ਬੈਂਕਾਂ ਵਾਲੇ ਆਪ ਕਹਿ ਰਹੇ ਆ ਵੀ ਇਹ ਗੌਰਮੈਂਟ ਦੀ ਗਲਤੀ ਆ ਵੀ ਉਹਨਾਂ ਨੂੰ ਇਹ ਜਿਹੜੀ ਫੈਡ ਗਵਰਨਮੈਂਟ ਆ ਉਹਨਾਂ ਨੂੰ ਇੰਨਾ ਇੰਨੇ ਨਹੀਂ ਸੀ ਰੇਟ ਘਟਾਉਣੇ ਚਾਹੀਦੇ, ਨੰਬਰ ਇੱਕ। ਨੰਬਰ ਦੂਜਾ, ਜਿਹੜੇ ਇਹਨਾਂ ਨੇ ਉਹ ਕੋਵਿਡ ਚ ਪੈਸੇ ਵੰਡੇ ਆ ਇਲੈਕਸ਼ਨ ਜਿੱਤਣ ਦੀ ਖਾਤਰ, ਵਿੱਚ ਕੋਈ ਦੋ ਰਾਇ ਨਹੀਂ, ਠੀਕ ਆ ਵੀ 5-6 months ਲੋੜ ਸੀ ਲੋਕਾਂ ਨੂੰ। ਉਸ ਤੋਂ ਬਾਅਦ ਤਾਂ ਜਿਹੜੇ ਰੈਸਟੋਰੈਂਟ ਵਾਲੇ ਜਾਂ ਬਾਕੀ ਹੋਰ ਲੋਕ ਕਹਿੰਦੇ ਰਹੇ ਵੀ ਸਾਨੂੰ ਬੰਦੇ ਚਾਹੀਦੇ, ਬੰਦੇ ਤਾਂ ਕੰਮ ਤੇ ਨੀ ਸੀ ਜਾਂਦੇ, ਉਹ ਕਹਿੰਦਾ $4,000 ਘਰੇ ਆਉਂਦਾ ਤਾਂ ਅਸੀਂ ਤੇਰੇ ਕੰਮ ਤੇ ਕਿਉਂ ਆਈਏ, ਇਹ ਆਮ ਕਹਾਣੀ ਸੀ। ਉਹਨਾਂ ਨੂੰ 6 months ਤੋਂ ਬਾਅਦ ਬੰਦ ਕਰ ਦੇਣਾ ਚਾਹੀਦਾ ਸੀ ਜਾਂ ਘਟਾ ਦਿੰਦੇ ਲੋੜ ਬੰਦਾਂ ਨੂੰ ਦਿੰਦੇ। ਉਹਦੇ ਵਿੱਚ ਕੀ ਹੋਇਆ ਕਿ ਉਹ ਪੈਸੇ ਵਾਧੂ ਆ ਗਏ, ਉਹ ਲੋਕ ਡਾਊਨ ਦੇ ਕੇ ਘਰ ਘੁਰ ਖਰੀਦਣਾ ਸ਼ੁਰੂ ਕਰਤਾ। ਜਾਂ ਜਿਵੇਂ ਵੀ ਇੱਕ ਜਿਹੜੇ ਇੱਕ ਬੰਦੇ ਨੇ ਮੈਨੂੰ ਆਪ ਦੱਸਿਆ, ਕਹਿੰਦਾ ਮੇਰੀਆਂ 3 companies $60,000 ਖਰੀ ਮਿਲਿਆ ਉਹਨੂੰ, $1,80,000, ਕਹਿੰਦਾ ਹੁਣ ਵਾਪਸ ਕਰ ਦਿਆਂਗੇ, 30,000 ਤਾਂ ਕਹਿੰਦਾ ਖਨੀ ਰੱਖ ਹੀ ਲੈਣਾ ਆਪਾਂ। ਸੋ ਇਹ ਹੁਣ ਕਈਆਂ ਨੇ ਮੋੜਨਾ, ਕਈਆਂ ਨੇ ਨਹੀਂ ਮੋੜਨਾ, ਇੱਥੋਂ ਇਹ ਕੰਮ ਸ਼ੁਰੂ ਹੋਇਆ। ਪਰ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ, ਇਹ ਬਾਈ ਜੀ 7-8 ਦੀ ਗੱਲ ਆ। ਇੱਕ MLA ਦੇ ਘਰੇ ਮੈਂ ਬੈਠਾ ਸੀਗਾ, ਉਹਦੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦਾ ਵੀ ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ ਜਿਹੜਾ ਬਿਲਡਰ ਆ ਉਹ ਕਹਿੰਦਾ ਕਿ ਮੈਨੂੰ ਕਹਿੰਦਾ ਕਿ ਵੀ ਪਹਿਲਾਂ $50,000 ਬਿਲਡਰ ਬਣਾਉਂਦਾ ਹੁੰਦਾ ਸੀ ਬਾਈ ਜੀ, ਤੁਹਾਨੂੰ ਯਾਦ ਹੋਣਾ, ਬਹੁਤ ਖੁਸ਼ ਹੁੰਦੇ ਵੀ ਮੇਰਾ $50,000 ਮੈਨੂੰ ਘਰ ਚੋਂ ਬਣ ਗਿਆ, ਫਿਰ ਲੱਖ ਹੋ ਗਿਆ, ਫਿਰ 2 lakh ਹੋ ਗਿਆ। ਕਹਿੰਦਾ ਬਿਲਡਰ ਮੈਨੂੰ ਕਹਿੰਦਾ ਵੀ ਮੈਂ $5 lakh ਤੋਂ ਬਗੈਰ ਸਵਾਦ ਨੀ ਆਉਂਦਾ ਜੇ ਇੱਕ ਘਰ ਮਗਰ ਨਾ ਕੱਢਾਂ। ਇਹ MLA ਦੀ ਗੱਲ ਆ। ਹੁਣ MLA ਨਵਾਂ ਮਿਨਿਸਟਰ ਬਣਿਆ, ਉਹ ਜਦੋਂ ਉਹਨੇ ਇਹ ਗੱਲ ਕਹੀ ਕਹਿੰਦਾ ਕਿ ਸਵਾਦ ਨੀ ਆਉਂਦਾ ਜੇ ਮੈਂ $5 lakh ਘਰ ਚੋਂ ਨਾ ਕੱਢਾਂ, ਤੇ MLA ਕਹਿੰਦਾ ਮੈਂ ਉਹਨੂੰ ਬਿਲਡਰ ਨੂੰ ਕਿਹਾ ਵੀ ਤੈਨੂੰ ਸ਼ਰਮ ਨੀ ਆਉਂਦੀ, ਇਹ ਗੱਲ ਉਹਦੇ ਆਪਦੇ ਕਹਿਣ ਦੀ ਗੱਲ ਆ। ਹੁਣ ਦੇਖੋ ਕਿ ਹੁਣ 5 lakh to 7 lakh ਇਹ ਤਾਂ ਕਈ ਵਾਰੀ ਤਾਂ ਕਹਿੰਦੇ $1 million ਹੀ ਕੱਢਣਾ ਸੀਗਾ। ਹੁਣ ਦੇਖੋ ਬਾਈ ਜੀ ਦੇਣਾ ਕਿਹਨੇ, ਉਹ ਤਾਂ ਆਮ ਜਨਤਾ ਨੇ ਦੇਣਾ ਨਾ, ਇਹਨਾਂ ਤੇ ਵੀ ਕੋਈ ਨਾ ਕੋਈ ਨੱਥ ਪੈਣੀ ਚਾਹੀਦੀ ਆ, ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਕਿ ਤਾਂ ਕਿ $1 lakh ਘਰ ਮਗਰ ਬਹੁਤ ਹੁੰਦਾ, 2 lakh ਬੋਲ ਲਾ ਲਓ ਚਲੋ, ਪਰ ਇਹਦੂ ਵੱਧ ਨੀ ਹੋਣਾ ਚਾਹੀਦਾ ਵੀ ਘਰ ਦੇ ਮਗਰ, ਕਿਉਂਕਿ ਮਿਲੀਅਨ, ਕਿਉਂਕਿ ਇੱਕ ਮੈਂ ਮਕਾਨ ਦੇਖਣ ਗਿਆ ਸੀ, ਇੱਕ ਉਹ ਮੈਂ ਕਿਹਾ ਵੀ ਤੇਰਾ ਟੋਟਲ ਖਰਚ ਮੈਨੂੰ ਪਤਾ 16 lakh ਆਇਆ, 16-8 5 saal ਪੁਰਾਣਾ ਘਰ ਆ, ਲਾਇਆ ਹੋਇਆ ਬਾਈ ਜੀ ਉਹਦਾ $3 million ਦਾ, ਹੁਣ ਤੁਸੀਂ ਦੱਸੋ $1.4 million ਦੀ ਪ੍ਰੋਫਿਟ। ਫਿਰ ਹੁਣ ਘੱਟ ਕੇ ਕਹਿੰਦਾ ਹੁਣ ਮੈਂ ਘਟਾ ਤਾ ਲੈਣਾ, ਮੈਂ ਕਿੰਨੇ ਦਾ, ਕਹਿੰਦਾ 3 lakh ਘਟਾਇਆ, ਮੈਂ ਕਿਹਾ ਐ ਕਰ ਤੂੰ 1.8 ਲੈ ਲਾ ਇਹਦਾ,
ਤੇ ਕੰਮ ਵਿਖਾ ਜੇ ਇਹ 2 ਮਿਲੀਅਨ ਤੋਂ ਉੱਤੇ ਘਰ ਵਾਲੇ ਨੂੰ ਬਾਈ ਜੀ ਮੈਂ ਤਾਂ ਚਲੋ ਕਹਿ ਦਿੰਦਾ ਵਾਰਨਿੰਗ ਦੇ ਰਿਹਾ ਵੀ ਨਾ ਹੱਥ ਪਾਇਓ 2 ਮਿਲੀਅਨ ਤੋਂ ਉੱਤੇ ਜਿਹੜਾ ਘਰ ਆ ਜਾਂ 1.8 ਤੱਕ 1.7 ਤੱਕ ਜੇ ਅਫੋਰਡ ਕਰ ਸਕਦੇ ਤਾਂ ਲੈ ਲਓ ਪਰ ਇਹ ਨਵਾਂ ਘਰ ਦੀ ਮੈਂ ਗੱਲ ਕਰਦਾ ਜਿਹੜਾ 4-5 ਸਾਲ ਪੁਰਾਣਾ ਜੇ ਕੋਈ ਪੁਰਾਣਾ ਪਿਆ ਉਹਨੂੰ ਨਾ ਉਹ ਜਿਹੜਾ ਘਰ ਆ ਉਹਨੂੰ ਨਾ ਤੁਸੀਂ 15-16 ਲੱਖ ਦੇ ਦਿਓ ਉਹ ਤਾਂ ਮਿਲੀਅਨ ਡਾਲਰ ਤੋਂ ਥੱਲੇ ਦੇ ਆ ਪਰ ਜਿਹੜੇ ਨਵੇਂ ਘਰ ਆ ਮੈਂ 6-7 ਸਾਲ 4-5 ਸਾਲ ਪੁਰਾਣੇ ਉਹਨਾਂ ਉਹਦਾ 17-18 ਲੱਖ ਤੋਂ ਵੱਧ ਨਾ ਦਿਓ ਕਿਉਂਕਿ ਇਹਦੇ ਵਿੱਚ ਅਜੇ ਵਿਆਜ ਹੋਰ ਵਧਣਾ ਕੱਲ ਇੱਕ ਰੀਅਲ ਸਟੇਟ ਬੜਾ ਐਕਸਪੀਰੀਅੰਸ ਵਾਲਾ ਬਾਈ ਜੀ ਮੈਂ ਉਹਦੀ ਗੱਲ ਤੋਂ ਦੱਸਦਾ ਕਹਿੰਦਾ ਵਧਾ ਵਧਾ ਕੇ ਨਾ ਜਿਹੜੇ ਟਾਊਨ ਹਾਊਸ ਸੀ 13 ਲੱਖ ਤੱਕ ਚਲੇ ਗਏ ਸੀ ਹੁਣ ਉਹਦੇ ਲੱਗ ਜਾ ਹੁਣ ਉਹ ਕਹਿੰਦਾ ਵੀ ਉਹ 9 ਲੱਖ ਦੇ ਨੀ ਵਿਖ ਰਹੇ ਟਾਊਨ ਹਾਊਸ ਕਿਉਂਕਿ ਉਹਦੇ ਚੋਂ ਬੰਦਾ ਮੋਰਗੇਜ ਅਫੋਰਡ ਨੀ ਕਰ ਸਕਦਾ ਉਹ ਚ ਕਿਹੜਾ ਕੋਈ ਬੇਸਮੈਂਟਾਂ ਹੁੰਦੀਆਂ ਸੋ ਇੱਕ 13 ਲੱਖ ਵਾਲਾ 9 ਲੱਖ ਤੇ ਆ ਗਏ ਉਹ ਬੰਦੇ ਦਾ ਵਿਚਾਰੇ ਦਾ ਕੀ ਬਣੂਗਾ ਜਿਹਨੇ 13 ਲੱਖ ਦਾ ਲੈ ਲਿਆ ਔਰ ਇਸੇ ਤਰ੍ਹਾਂ ਹੀ ਜਿਹੜੇ ਆਪਣੇ 16-17 ਹਜੇ ਉਹਨੇ ਮੈਨੂੰ ਇੱਕ ਗੱਲ ਹੋਰ ਦੱਸੀ ਵੀ ਕਹਿੰਦੀ ਆਮ ਗੱਲ ਚੱਲ ਰਹੀ ਆ ਵੀ ਇਹਨਾਂ ਨੇ ਖਿੱਚ ਖਿੱਚ ਕੇ ਵਿਆਜ ਹੁਣ 5% 8 ਤੇ ਲੈ ਜਾਣਾ ਜਦੋਂ ਗਾਹ ਵਾਲੀਆਂ ਇਲੈਕਸ਼ਨਾਂ ਆਉਣਗੀਆਂ ਨਾ 5 ਤੇ ਫਿਰ ਵਾਪਸ ਲੈ ਆਉਣਾ ਇਦੋਂ ਘਟਣਾ ਘੁਟਣਾ ਵਿਆਜ ਕੋਈ ਨੀ ਬਾਈ ਜੀ ਵਧਣਾ ਹੀ ਆ ਇਹ ਘਟਣਾ ਨੀ ਹੈਗਾ ਥੈਂਕ ਯੂ ਜੀ ਚਰਨ ਸਿੰਘ ਔਲਖ ਜੀ ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਔਲਖ ਸਾਹਿਬ ਤੁਸੀਂ ਇਨਫਲੇਸ਼ਨ ਦੀ ਗੱਲ ਕਰ ਰਹੇ ਜੇ ਨਾ ਇਹਦੇ ਵਿੱਚ ਦੇਖੋ ਮੇਰਾ ਗੌਰਮੈਂਟਾਂ ਦਾ ਨਹੀਂ ਕਸੂਰ ਤੇ ਇਹਦੇ ਵਿੱਚ ਘਾਟਾ ਤੁਸੀਂ ਆਮ ਜੋੜਦੇ ਰਹੇ ਵੀ ਆਮ ਆਦਮੀ ਨੂੰ ਪੈਂਦਾ ਇਹਦੇ ਵਿੱਚ ਕਸੂਰ ਆਮ ਆਦਮੀ ਦਾ ਵੀ ਹੈਗਾ ਅੱਛਾ ਜੀ ਇਹ ਪਿਕ ਐਂਡ ਚੂਜ਼ ਨਹੀਂ ਕਰਦੇ ਸਟੋਰਾਂ ਤੇ ਜਾਂਦੇ ਨੇ ਉੱਥੇ ਕੀਮਤਾਂ ਨਹੀਂ ਲੱਗੀਆਂ ਉਹਦੇ ਜੋ ਮਰਜ਼ੀ ਲਾਉਂਦੇ ਆ ਤੇ ਉਸੇ ਵੇਲੇ ਚੀਜ਼ ਚੰਗੀ ਹੋਵੇ ਤੇ ਉੱਥੇ ਦੇ ਆਉਂਦੇ ਆ ਮੈਂ 3 ਸਟੋਰ ਫੜੇ ਜੇ ਸੱਚੀ ਗੱਲ ਹੈ 3 ਸਟੋਰ ਔਰ ਚੰਗੀ ਤਰ੍ਹਾਂ ਮੈਂ ਉੱਥੇ ਬਹੁਤ ਜ਼ਿਆਦਾ ਤੂੰ ਤੂੰ ਮੈਂ ਹੋਈ ਉੱਥੇ ਤੇ ਉੱਥੇ ਮੈਂ 3 ਸਟੋਰਾਂ 2 ਸਟੋਰਾਂ ਨੇ ਮੈਨੂੰ ਪੈਸੇ ਵਾਪਸ ਕੀਤੇ ਦੂਣੇ ਕੀਤੇ ਸਗੋਂ ਜਿੰਨੇ ਲੱਗੇ ਸੀ ਜੀ ਦੂਣੇ ਕੀਤੇ ਉਹ ਸਭ ਤੋਂ ਵਧੀਆ ਸਟੋਰ ਇਹਦਾ ਨਿਕਲਿਆ ਉਹ ਆ ਜਿਹੜਾ ਆਪਣਾ ਕੈਨੇਡੀਅਨ ਟਾਇਰ ਆ ਇਹਦੇ ਵਿੱਚ ਮੈਂ ਇੱਕ ਚੀਜ਼ ਫੜੀ ਸੀ ਤੇ ਉੱਥੇ 3 ਗੜੋ ਕੀਮਤ ਲਾ ਕੇ ਉਹਨਾਂ ਨੇ ਮੈਨੂੰ ਹੱਥ ਫੜਾਈ ਤੇ ਮੈਂ ਕਿਹਾ ਆਹ 3 ਹਿੱਸਾ ਲੱਗੀ ਆ ਉੱਥੇ ਜਾ ਕੇ ਤੇ ਉਹਨਾਂ ਮੈਨੂੰ 3 ਗੁਣਾ ਪੈਸੇ ਦਿੱਤੇ ਹਾਂਜੀ ਤੇ ਉਹ ਆਪਣੀ ਕੁੜੀ ਸੀ ਬਹੁਤ ਚੰਗੀ ਸੀ ਤੇ ਇੱਕ ਸਟੋਰ ਤੇ ਇੱਥੇ ਗਿਆ ਤੇ ਇੱਥੇ ਇੱਕ ਕੁੜੀ ਨੂੰ ਮੈਂ ਆਹ ਗੱਲ ਕਹੀ ਉਹ ਗੋਰੀ ਨਾਲ ਗੱਲ ਕਰ ਰਿਹਾ ਸੀ ਉਹ ਲਾਗੇ ਗੋਰੀ ਦੇ ਨਾਲ ਵੀ ਆਹ ਕੀਮਤਾਂ ਜਿਹੜੀਆਂ ਵੀ ਤੁਸੀਂ ਡਬਲ ਲਾਈਆਂ ਵੀ ਇਹ ਕੀ ਗੱਲ ਉੱਥੇ ਪਿੱਛੇ ਇਹਨੂੰ ਅੱਧੀ ਲੱਗੀ ਹੈ ਜਿੱਥੇ ਤੁਸੀਂ ਉੱਥੇ ਤੇ ਉਹ ਲਾਗੋ ਕੁੜੀ ਜਿਹਦੇ ਮੇਰਾ ਖਿਆਲ ਪਤਾ ਨੀ ਉਹਦਾ ਸਟੋਰ ਦਾ ਕੋਈ ਟੈਸਟ ਹੋਊ ਉਹ ਬੋਲਦੀ ਮੈਂ ਕਿਹਾ ਮੈਂ ਤੇ ਤੈਨੂੰ ਬੁਲਾਇਆ ਹੀ ਨੀਗਾ ਹਾਂਜੀ ਮੈਂ ਤੇ ਗੋਰੀ ਨਾਲ ਗੱਲ ਕਰ ਰਿਹਾ ਵਾਂ ਤੇ ਉਹ ਅੱਗੋਂ ਕਹਿੰਦੀ ਤੂੰ ਮੈਨੂੰ ਗਾਲ ਕੱਢੀ ਆ ਲੈ ਦੱਸੋ ਵੇਖੋ ਮੈਂ ਗੱਲ ਗੋਰੀ ਨਾਲ ਕਰ ਰਿਹਾ ਤੈਨੂੰ ਗਾਲ ਕੇ ਕਿੱਦਾਂ ਮੈਂ ਕੱਢ ਦਿੱਤੀ ਹਾਂਜੀ ਤੇ ਉੱਥੇ ਉਹਨੂੰ ਉਹ ਜਿਹੜਾ ਓਨਰ ਸੀਗਾ ਉਹਨੂੰ ਬੁਲਾਇਆ ਆਪਣੇ ਸਟੋਰ ਤੇ ਇੱਥੇ ਲੱਗ ਗਈ ਆ ਸਾਡੇ ਗੁਰਦੁਆਰੇ ਸਾਹਮਣੇ ਉਹ ਤੇ ਬੁਲਾਇਆ ਉਹਨੂੰ ਉਹਦੇ ਵਿੱਚ ਤੇ ਉਹ ਪਹਿਲਾਂ ਤੇ ਆਵੇ ਦਾ ਸਾਤੋਂ ਡਰਦਾ ਪਤਾ ਉਹਨੂੰ ਜਵਾਬ ਦੇਣਾ ਪੈਣਾ ਗੋਰਾ ਕੋਲ ਖੜਾ ਸੀਗਾ ਆਪਣੇ ਇੱਕ ਬੈਗ ਦੇ ਵਿੱਚ ਪਾਈ ਉਹ ਚੀਜ਼ ਉਹ ਕਹਿੰਦਾ ਵੀ ਮੈਂ ਆਪਣੀ ਕੀਮਤ ਜਿਹਦੀ ਉੱਥੇ ਵੇਖ ਕੇ ਆਇਆ ਜਿਹੜੀ ਲਾਈ ਇਹਨਾਂ ਨੇ ਉਹ ਉੱਥੇ ਅੱਧੀ ਆ ਤੇ ਇੱਥੇ 2-3 ਗੁਣਾ ਲਾਈ ਇਹਨਾਂ ਨੇ ਆਣ ਕੇ ਉਹ ਮੇਰੇ ਕੋਲ ਖੜਾ ਉਹ ਆਵੇ ਨਾ ਬਿਲਕੁਲ ਹੀ ਆਵੇ ਨਾ ਫਿਰ ਉਹ ਜਦੋਂ ਅਸੀਂ ਨਾ ਹੀ ਹਲੇ ਉਹਨੂੰ ਆਉਣਾ ਪਿਆ ਤੇ ਮੁੜ ਕੇ ਉਹਨੂੰ ਅਸੀਂ ਦੱਸਿਆ ਤੇ ਉਹ ਕਹਿੰਦੇ ਨਹੀਂ ਜੀ ਅਸੀਂ ਕਰਾਂਗੇ ਸੋ ਇਹ ਪ੍ਰਾਈਸਾਂ ਬੜੀਆਂ ਵੱਧ ਜਾਂਦੀਆਂ ਜੀ ਗੌਜਿੰਗ ਹੁੰਦੀ ਆ ਬਿਲਕੁਲ ਗੌਜਿੰਗ ਸਟੋਰ ਵੀ ਕਰ ਰਹੇ ਨੇ ਸਾਡੀ ਇਨੋਸੈਂਸੀ ਵੀ ਹੈਗੀ ਆ ਕਿਉਂ ਨੀ ਅਸੀਂ ਬੋਲਦੇ ਉੱਥੇ ਵੀ ਅੱਗੀ ਕਰਦੇ ਜੇ ਜਿੱਥੇ ਥੈਂਕ ਯੂ ਲੱਗੀ ਉੱਥੇ ਨਾ ਖਰੀਦੋ ਥੈਂਕ ਯੂ ਜੀ ਔਲਖ ਸਾਹਿਬ ਇੱਕ ਹੋਰ ਔਲਖ ਸਾਹਿਬ ਨੇ ਲਾਈਨ ਨੰਬਰ 1 ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਮੈਂ ਸੁਣਦਾ ਸੀ ਨਿਊਜ਼ ਸੀ ਆਪਣੇ ਜਿਹੜੇ ਇਹ ਇਮੀਗ੍ਰੇਸ਼ਨ ਦਾ ਹੈਗਾ ਆਪਣੇ 20 ਇਹ ਕਹਿੰਦੇ ਸੀ ਸਾਡੀ ਪਾਪੂਲੇਸ਼ਨ 2021 ਦੇ ਐਂਡ ਤੇ 37 ਮਿਲੀਅਨ ਹੈ ਜੀ ਉਹ ਵੀ ਪਾਪੂਲੇਸ਼ਨ ਜੀ 2022 ਦੇ ਐਂਡ ਤੇ 40 ਮਿਲੀਅਨ ਆਏ ਇਹ ਕਹਿੰਦੇ ਅਸੀਂ ਮੰਗਾ ਰਹੇ ਹਾਂ 3 ਲੱਖ 4 ਲੱਖ ਜਾਂ 5 ਲੱਖ ਉਹ ਮਤਲਬ 1 ਸਾਲ ਦੇ ਵਿੱਚ ਉਹ 3 ਮਿਲੀਅਨ ਕਿੱਥੋਂ ਆਇਆ ਮੈਂ ਇਹ ਪੁੱਛਣਾ ਚਾਹੁੰਦਾ ਜੀ ਅਸਮਾਨ ਤੋਂ ਸਮੁੰਦਰ ਤੋਂ ਜਾਂ ਕਿੱਥੋਂ ਮਤਲਬ ਬਾਕੀ ਦੇ ਜਿਹੜੇ 2.5 ਮਿਲੀਅਨ ਹਾਂ ਇੰਨਾ ਛੇਤੀ ਕਿੱਥੋਂ ਆਏ ਕੀਮਤਾਂ ਜਿਹੜੀਆਂ ਉਹ ਇਨਫਲੇਸ਼ਨ ਕਹਿ ਰਹੇ ਨੇ ਉਹ ਇਉਂ ਨਹੀਂ ਕਹਿ ਰਹੇ ਵੀ ਕਿਹੜੀ ਚੀਜ਼ ਦੇ ਵਿੱਚ ਘਟੀਆਂ ਨੇ ਡਾਕਟਰ ਜੰਡੀ ਉਹਨਾਂ ਨੂੰ ਪੁੱਛਦੇ ਹਾਂ ਡਾਕਟਰ ਜੰਡੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਗਿੱਲ ਸਾਹਿਬ ਜੀ ਆਪਾਂ ਅੱਜ ਦੇ ਡਾਟੇ ਤੇ ਵੀ ਜਾਈਏ ਤਾਂ ਅਗਲੇ ਸਾਲ ਤਾਈਂ ਜਿਹੜੀ ਚੀਜ਼ ਤੁਸੀਂ ਅੱਜ $10 ਦੀ ਆ ਉਹ $14 ਦੀ ਹੋਣੀ ਚਾਹੀਦੀ ਆ ਠੀਕ ਆ ਇਹ ਨਾ ਕੰਸਿਡਰ ਕਰੋ ਬਈ
ਜਿਹੜੀ ਚੀਜ਼ ਇਹ ਚੀਜ਼ ਅੱਜ ਅਸੀਂ $9.99 ਦੀ ਲਈ ਆ ਤੋ ਅਗਲੇ ਸਾਲ ਜੇ ਇਸ ਟਾਈਮ ਲਵਾਂਗੇ ਤਾਂ $13.99 ਜੇ ਆਪਾਂ ਨੂੰ ਮਿਲੂਗੀ ਜੇ ਇੱਥੇ ਵੀ ਸਟੇਬਲ ਰਹਿੰਦੀ ਆ ਪ੍ਰੋਬਲਮ ਜਿਹੜੀ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਬੈਂਕ ਰੋਲ ਅੱਛਾ ਜੀ ਵਿੱਚ ਹੁਣ ਜਿੱਦਾਂ ਬੈਂਕ ਨੇ ਮਤਲਬ ਇੰਟਰਸਟ ਰੇਟ ਗਵਰਨਮੈਂਟ ਨੇ ਇੰਟਰਸਟ ਰੇਟ ਵਧਾ ਤੇ ਗਵਰਨਮੈਂਟ ਦਾ ਇੱਕ ਬੈਂਕ ਦਾ ਸੈਂਟਰਲ ਬੈਂਕ ਦਾ ਇੰਟਰਸਟ ਇਹਦੇ ਵਿੱਚ ਇਹ ਆ ਬਈ ਜਿਹੜੇ ਲੋਕਾਂ ਦੇ ਜਿਹੜੇ ਬੋਰੋਡ ਮਨੀ ਆ ਉਹਦੀ ਅਨਅਫੋਰਡੇਬਿਲਿਟੀ ਹੋਵੇ ਉਹ ਅਨਅਫੋਰਡੇਬਲ ਹੋ ਕੇ ਲੋਕੀ ਆਪਣੇ ਜਿਹੜੇ ਜੋ ਵੀ ਉਹਨਾਂ ਕੋਲ ਹੈਗਾ ਉਹ ਸਰੈਂਡਰ ਕਰਨ ਬੈਕ ਟੂ ਜਿਹੜਾ ਉਹ ਓਨ ਕਰਦਾ ਉਹ ਦੁਬਾਰਾ ਮਾਰਕੀਟ ਚ ਆ ਕੇ ਲੋਅਰ ਪ੍ਰਾਈਸ ਤੇ ਸੈਲ ਹੋਵੇ ਠੀਕ ਹੈ ਉਹ ਬੈਂਕ ਜਿਹੜੀ ਆ ਬੈਂਕ ਉਹ ਨੈਟ ਪਲੇ ਕਰ ਰਹੇ ਮੈਨੂੰ ਪਤਾ ਨੀ ਗਵਰਨਮੈਂਟ ਕੀ ਕੁਛ ਕਰ ਰਹੇ ਬੈਂਕ ਇਹ ਕਰ ਰਹੀ ਆ ਵੀ ਜੇ ਹੁਣ ਤੁਹਾਡੇ ਕੋਲ $1 million ਦੀ ਮੋਰਗੇਜ ਆ ਬੈਂਕ ਇਹਨੀ ਵੀ ਤੇਰੀ ਪੇਮੈਂਟ ਨਹੀਂ ਵਧਾਉਂਦੇ ਅਸੀਂ ਇਹ ਆ ਵੀ ਤੇਰੇ ਤੋਂ ਕੱਲਾ ਇੰਟਰਸਟ ਚਾਰਜ ਕਰਾਂਗੇ ਉਹਦੇ ਵਿੱਚ ਬੈਂਕ ਨੂੰ ਵੀ ਫਾਇਦਾ ਆ ਜੇ ਅਦਰਵਾਈਜ਼ ਬੈਂਕ ਦਾ ਉਹਦੇ ਵਿੱਚ ਲੋਨ ਹੁੰਦਾ ਬੈਂਕ ਨੂੰ ਉਹ ਅੱਜ ਘਰ ਬੈਂਕ ਉਹ ਵਾਪਸ ਆਉਂਦਾ ਬੈਂਕ ਨੂੰ ਕਰ ਦੋ ਜਿਹੜਾ ਤੁਹਾਨੂੰ ਪਤਾ ਹੀ ਆ ਜਿਹੜਾ ਉਹ ਹੀ ਘਰ ਪਬਲਿਕ ਦੇ ਵਿੱਚ ਆ ਜਾਣਾ ਸੀ ਇਹਦੇ ਵਿੱਚ ਜਦੋਂ ਦਾ ਮੇਰੇ ਖਿਆਲ ਜੇ ਮੈਂ ਜਦੋਂ 2008 ਸੈਸ਼ਨ ਆਇਆ ਉੱਥੇ ਜਿਹੜੇ ਘਰ ਲੋਕਾਂ ਨੇ 1.44 million ਦੇ ਬੈਂਕਾਂ ਨੂੰ ਵਾਪਸ ਕੀਤੇ ਸੇਮ ਹੀ ਘਰ ਲੋਕਾਂ ਨੇ ਮੁੜ ਕੇ 4-4 lakh ਦੇ ਖਰੀਦੇ ਹੋ ਠੀਕ ਹੈ ਉਹਦੇ ਵਿੱਚ ਮੇਰੇ ਖਿਆਲ ਜੇ ਰੋਲ ਇਹਦੇ ਵਿੱਚ ਜਿਹੜਾ ਬੈਂਕ ਹੈ ਜਿਹੜਾ ਬੈਂਕਾਂ ਇਹ ਲੋਕ ਵੀ ਕਰ ਰਹੇ ਆ ਕਿਉਂਕਿ ਲੋਕ ਕਹਿੰਦੇ ਵੀ ਕੋਈ ਨੀ ਅਸੀਂ ਤਾਂ ਇੰਟਰਸਟ ਪੇਮੈਂਟ ਦੇਈ ਜਾਂਦੇ ਹਾਂ ਤੇ ਸਾਡੀ ਪੇਮੈਂਟ ਨਾ ਵਧਾਓ ਇਹ ਚੱਲ ਰਿਹਾ ਜਦੋਂ ਤਾਈ ਇਹ ਨੀ ਮੁੱਕਦਾ ਉਦੋਂ ਤਾਈ ਬੈਂਕ ਨੇ ਦੇਖੋ ਜੀ ਬੈਂਕ ਨੇ ਇੰਟਰਸਟ ਰੇਟ ਵਧਾਈ ਜਾਣਾ ਤੁਹਾਡਾ ਕਿਉਂਕਿ ਜੇ ਬੈਂਕ ਇੰਟਰਸਟ ਰੇਟ ਨਹੀਂ ਵਧਾਊਗੀ ਇਹਨਾਂ ਦਾ US ਦੇ ਕੰਪੈਰੇਟਿਵਲੀ ਡਾਲਰ ਜਿਹੜਾ ਥੱਲੇ ਜਾਊਗਾ ਉਹਦੇ ਨਾਲ ਜਿਹੜੀ ਆ ਉਨੀ ਇਨਫਲੇਸ਼ਨ ਜੇ ਇੱਕ ਸੈਂਟ ਵੀ ਮਤਲਬ $0.25 ਇਹਨਾਂ ਦਾ ਉਹਨਾਂ ਹਾਫ % ਡਾਲਰ ਰੇਟ ਚ ਫਰਕ ਪੈ ਜਾਂਦਾ ਉਹਨਾਂ ਉਨੀ ਇਨਫਲੇਸ਼ਨ ਫਿਰ ਦਾਨ ਜਾਣਾ ਪੈਣੀ ਕਿਉਂਕਿ ਆਪਾਂ ਪ੍ਰੋਡਿਊਸ ਤਾਂ ਕੁਛ ਵੀ ਨਹੀਂ ਕਰਦੇ ਸਾਰੀ ਆਪਣੀ ਪ੍ਰੋਡਿਊਸ ਆ ਜਾਂ ਮੋਸਟ ਆਫ ਸਟਫ ਜਿਹੜਾ ਆਪਾਂ ਯੂਜ ਕਰਦੇ ਉਹ ਤਾਂ ਅਕਰੋਸ ਦਾ ਬਾਰਡਰ ਇੱਧਰ ਨੂੰ ਆਉਂਦਾ ਜਿਹੜਾ ਆਪਾਂ ਪ੍ਰੋਡਿਊਸ ਕਰਦੇ ਹਾਂ ਉੱਧਰ ਜਾਂਦਾ ਇਸ ਕਰਕੇ ਮੇਰੇ ਖਿਆਲ ਚ ਇਹਦੇ ਵਿੱਚ ਕਿਸੇ ਦਿਨ ਕੋਈ ਇਕੋਨੋਮਿਸਟ ਲਿਆਓ ਪਰ ਮੈਂ ਕਿਸੇ ਬੰਦੇ ਨਾਲ ਗੱਲ ਕਰਦਾ ਉਹ ਕਹੇ ਉਹ ਮੈਨੂੰ ਬੜੀ ਡਿਟੇਲ ਚ ਮੇਰੇ ਦਿਮਾਗ ਚ ਵੀ ਗੱਲ ਲੱਗੀ ਵੀ ਗਵਰਨਮੈਂਟਾਂ ਦਾ ਪਰਪਜ਼ ਇਹ ਨਹੀਂ ਹੁੰਦਾ ਬੈਂਕ ਆਫ ਕੈਨੇਡਾ ਦਾ ਇਹ ਪਰਪਜ਼ ਨਹੀਂ ਬੈਂਕ ਆਫ ਕੈਨੇਡਾ ਦਾ ਪਰਪਜ਼ ਆ ਵੀ ਜਿਹੜਾ ਤੁਸੀਂ ਬੋਰੋਡ ਮਨੀ ਆ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਗੈਟ ਰਿਡ ਆਫ ਇਟ ਗਿਵ ਇਟ ਟੂ ਦਾ ਬੈਂਕ ਬੈਂਕ ਦੇ ਕੋਲ ਬਹੁਤ ਪੈਸੇ ਆ ਬੈਂਕ ਵੱਲ ਆਪੇ ਬੈਂਕ ਉਹ ਜਿਹੜਾ ਘਰ ਆ ਤੁਹਾਡਾ ਰੀਪਜੈਸ ਕਰਕੇ ਸਸਤਾ ਵੀ ਕਿਉਂਕਿ ਤੁਹਾਨੂੰ ਇਹ ਨਾ ਮਿਲੂ ਤੁਹਾਨੂੰ ਸੀ ਮਿਲ ਜਾਊ ਜਿਹੜਾ ਸੀ ਵਾਲਾ ਆ ਉਹਨੂੰ ਇਹ ਮਿਲ ਜਾਊਗਾ ਘਰ ਤਾਂ ਉਹੀ ਹੋਣੇ ਨਾ ਦੁਬਾਰਾ ਮਾਰਕੀਟ ਬੈਂਕ ਨੇ ਉਹੀ ਸੈਲ ਕਰਨੇ ਹਾਂਜੀ ਥੈਂਕ ਯੂ ਡਾਕਟਰ ਸਾਹਿਬ ਖਬਰਾਂ ਸੁਣਾ ਦਈਏ ਖਬਰਾਂ ਤੋਂ ਬਾਅਦ ਫਿਰ ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਟਿਊਟ ਤੋਂ ਸੇਵਾ ਦੇ ਕਨਸੈਪਟ ਤੇ ਗੱਲ ਕਰਨਗੇ ਜਾਂ ਸਰਕਾਰਾਂ NGOs ਜਿਹੜੀਆਂ ਨੇ ਉਹ ਤੰਗ ਹੋ ਰਹੀਆਂ ਨੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਕਿਵੇਂ ਸੇਵਾ ਕਰ ਰਹੀਆਂ ਨੇ ਪੰਜਾਬ 'ਚ ਹੜ੍ਹ ਪ੍ਰਭਾਵਿਤਾਂ ਦਾ ਅਤੇ ਸੇਵਾ ਦਾ ਕਨਸੈਪਟ ਕੀ ਹੈ ਸਿੱਖ ਧਰਮ ਆਪਾਂ ਸੇਵਾ ਕਿਉਂ ਇੰਨੇ ਚਾਅ ਨਾਲ ਕਰਦੇ ਹਾਂ ਕਿਉਂ ਗੁਰੂ ਦਾ ਲੰਗਰ ਜਿਹੜਾ ਅਟੁੱਤ ਵਰਤਦਾ ਹਰ ਜਗ੍ਹਾ ਸਿੱਖ ਬੁੱਧੀਜੀਵੀਆਂ ਦੇ ਵਿੱਚੋਂ ਸਰਾਰ ਹਰਿੰਦਰ ਸਿੰਘ ਜਿਨ੍ਹਾਂ ਨੂੰ ਪਹਿਲਾਂ ਸਰਾਰ ਹਰਿੰਦਰ ਸਿੰਘ ਟੈਕਸਸ ਕਰਕੇ ਆਪਾਂ ਜਾਣਦੇ ਸੀ ਆਉਂਦੇ ਹੁੰਦੇ ਸੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਸ਼ੁਰੂ ਦੇ ਚਿਰਾਂ ਦੇ ਲੋਅਰ ਮੇਨਲੈਂਡ 'ਚ ਆਉਂਦੇ ਨੇ ਫਿਰ ਸਿੱਖ ਰਿਸਰਚ ਇੰਸਟੀਟਿਊਟ ਬਣਾਇਆ ਹੁਣ ਅਤੇ ਨਾਲ ਪੰਜਾਬ ਡਿਜੀਟਲ ਲਾਇਬ੍ਰੇਰੀ ਉਹਨਾਂ ਦੇ ਪ੍ਰੋਜੈਕਟ ਨੇ ਉਹ ਕਰਦੇ ਰਹਿੰਦੇ ਨੇ ਅਧਿਆਤਮਕ ਖੋਜ ਅਤੇ ਨਾਲ ਜਿਹੜੇ ਸੈਮੀਨਾਰ ਨੇ ਅਟੈਂਡ ਕਰਦੇ ਨੇ ਉਹ ਜਿੱਥੇ ਵੀ ਉਹਨਾਂ ਨੂੰ ਬੇਨਤੀ ਭੇਜਦੇ ਹਾਂ ਸ਼ੁੱਕਰਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਵਿੱਚ ਆਥਣੇ 6 ਵਜੇ ਉਹ ਸੰਗਤਾਂ ਨੂੰ ਸੰਬੋਧਨ ਕਰ ਰਹੇ ਨੇ ਅਧਿਆਤਮਕ ਵਾਦ ਦੇ ਨਾਲ ਆਧੁਨਿਕ ਵਾਦ ਮਾਡਰਨਿਜ਼ਮ ਜਿਹੜੀ ਹੈ ਉਹ ਉਹਨੂੰ ਥੈ ਰੱਖਣ ਲਈ ਧਰਮ ਦਾ ਜਿਹੜਾ ਕਾਇਮ ਹੋਣਾ ਜਾਂ ਧਰਮ ਦਾ ਜਿਹੜਾ ਕੁੰਡਾ ਉਹ ਜ਼ਰੂਰੀ ਕਿਉਂ ਹੈ ਪਰ ਅੱਜ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸੇਵਾ ਆਹ ਦਿਨਾਂ ਦੇ ਵਿੱਚ ਹੁਣ ਆਪਾਂ ਵੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਆਏ ਨੇ ਜਾਂ ਇਸ ਤੋਂ ਪਹਿਲਾਂ ਵੀ ਇਰਾਕ ਦੇ ਵਿੱਚ ਕੁਰਦਾਂ ਦੇ ਕੋਲ ਸੀਰੀਆ ਦੇ ਵਿੱਚ ਖਾਲਸਾ ਏਡ ਵੱਲੋਂ ਸੇਵਾਵਾਂ ਆਪਾਂ ਇਨ ਜਨਰਲ ਅੱਜ ਸਿੱਖਾਂ ਦਾ ਸੇਵਾ ਦਾ ਸੰਕਲਪ ਇਹਦੇ 'ਤੇ ਗੱਲ ਕਰਨੀ ਹੈ ਭਾਈ ਸਾਹਿਬ ਜੀ ਸਵਾਗਤ ਹੈ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਬਹੁਤ ਬਹੁਤ ਜੀ ਸਮਾਂ ਦੇਣ ਲਈ ਅਤੇ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਜਿਹੜੀ ਮੈਂ ਇਸੇ ਇਤਿਹਾਸ ਤੋਂ
ਗੁਰੂ ਸਾਹਿਬ ਦੇ ਸਮੇਂ ਤੋਂ ਇਸ ਨੂੰ ਤੁਸੀਂ ਕਿੱਥੇ ਤੱਕ ਲੈ ਕੇ ਜਾਂਦੇ ਹੋ ਅਤੇ ਸੇਵਾ ਦਾ ਸੰਕਲਪ ਕੀ ਹੈ ਅਤੇ ਸੇਵਾ ਦੀ ਪਰਿਭਾਸ਼ਾ ਕੀ ਹੈ ਧਰਮ ਦੇ ਵਿੱਚ? ਜ਼ਰੂਰ ਜੀ, ਆਪਾਂ ਇਹਨੂੰ ਜੇ ਰੂਹ ਦੇ ਲੈਵਲ ਤੇ ਦੇਖਣਾ ਹੋਵੇ ਤਾਂ ਗੁਰਬਾਣੀ ਤੋਂ ਸਭ ਤੋਂ ਪਹਿਲਾਂ ਸੇਧ ਲੈਂਦੇ ਹਾਂ, ਕਿਉਂਕਿ ਸਾਰਾ ਇਤਿਹਾਸ ਤੇ ਉਸ ਨਜ਼ਰੀਏ ਤੋਂ ਦੇਖਾਂਗੇ ਤਾਂ ਸਾਨੂੰ ਪਤਾ ਲੱਗ ਜੂ ਕਿ ਕਿੱਥੇ ਅਸੀਂ ਅੱਜ ਖੜੇ ਹਾਂ ਤੇ ਕਿਵੇਂ ਕਿਵੇਂ ਸਾਡੀ ਸਾਈਕੀ ਵਿੱਚ ਵੀ ਆਇਆ ਹੋਇਆ ਜੀ। ਤੋ ਦੇਖੋ ਜਿਹੜਾ ਵਰਡ ਸੇਵਾ ਹੈਗਾ ਨਾ ਸ਼ਬਦ, ਇਹ ਆਮ ਤੌਰ ਤੇ ਜਿਵੇਂ ਅਸੀਂ ਅੱਜ ਸਮਝਿਆ ਹੋਇਆ ਉਹ ਕਾਫੀ ਚੰਗਾ ਅਸੀਂ ਸਮਝਿਆ ਹੋਇਆ, ਬਟ ਉਹ ਥੋੜਾ ਜਿਹਾ ਅਧੂਰਾ ਜੀ। ਜਿਹੜਾ ਗੱਲ ਅਸੀਂ ਉਹਦੀ ਸੇਵਾ ਦੇ ਇੱਕ ਪੱਖ ਦੀ ਸਮਝੀ ਹੋਈ ਆ, ਜਿਹਨੂੰ ਅਸੀਂ ਖਿਦਮਤ ਆਖਦੇ ਹਾਂ ਨਾ, ਇਹ ਵਾਲਾ ਪੱਖ ਤਾਂ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਲਿਆ, ਕਿਉਂਕਿ ਅਸੀਂ ਤੁਸੀਂ ਵੀ ਜਿਵੇਂ ਕਿਹਾ ਕਿ ਖਾਲਸਾ ਏਡ ਵੀ ਇਹ ਕਰ ਰਹੀ ਆ, ਕਿਤੇ ਕਿਤੇ ਯੂਨਾਈਟਿਡ ਸਿੱਖਸ ਵੀ ਕਰਦੀ ਆ, ਕਿਤੇ ਹੇਮਕੁੰਟ ਫਾਊਂਡੇਸ਼ਨ ਵੀ ਕਰ ਰਹੀ ਆ, ਤੇ ਲੋਕਲ ਸੰਸਥਾਵਾਂ ਜਿਵੇਂ ਤੁਹਾਡੀ ਗੁਰੂ ਨਾਨਕ ਕੇ ਚੈਨਲ ਵੀ ਕਰ ਰਹੀ ਆ, ਇਹ ਫਿਜ਼ੀਕਲ ਸੇਵਾ ਦੀ ਗੱਲ ਆ ਸਾਰੀ ਜੀ। ਇਹਦੇ ਵਿੱਚ ਜਿਹੜਾ ਖਿਦਮਤ ਵਾਲਾ ਪਾਰਟ ਆ ਨਾ, ਉਹ ਪੰਜਾਬੀ ਸਿੱਖਾਂ ਦੀ ਸਾਈਕੀ ਦੇ ਵਿੱਚ ਭਾਵੇਂ ਅਸੀਂ ਦੂਰ ਹੋਈਏ ਗੁਰਬਾਣੀ ਤੋਂ ਸਿੱਖੀ ਤੋਂ, ਫਿਰ ਵੀ ਸਾਡੇ ਰਗਾਂ ਚ ਆਇਆ ਹੋਇਆ ਤੇ ਆਪਾਂ ਦੇਖ ਰਹੇ ਹਾਂ, ਭਾਵੇਂ ਉਹ ਕਿਸਾਨੀ ਅੰਦੋਲਨ ਦੇ ਵੇਲੇ ਸੀ ਤੇ ਭਾਵੇਂ ਹੁਣ ਆ, ਤੇ ਭਾਵੇਂ ਕਿਤੇ ਵੀ ਦੁਨੀਆਂ ਦੇ ਵਿੱਚ ਇਹੋ ਜਿਹਾ ਕੋਈ ਜਦ ਡਿਜ਼ਾਸਟਰ ਆ ਜਾਂਦਾ, ਭਾਵੇਂ ਨੈਚੁਰਲ ਆ ਤੇ ਭਾਵੇਂ ਮੈਨ ਮੇਡ ਆ, ਠੀਕ ਆ ਜੀ। ਜਿਹੜਾ ਦੂਸਰਾ ਪੱਖ ਆ ਉਹ ਸਾਨੂੰ ਸਮਝਾਊਗਾ ਸਿੱਖਾਂ ਦਾ ਆਈਡੀਆ, ਕਿਉਂਕਿ ਸਰਵਿਸ ਤਾਂ ਦੇਖੋ ਪੂਰੀ ਦੁਨੀਆਂ ਸਮਝਦੀ ਆ, ਪੂਰੀ ਦੁਨੀਆਂ ਵਿੱਚ ਲੋਕੀ ਕਰਦੇ ਨੇ, ਉਹ ਇੱਕ ਵੱਖਰੀ ਗੱਲ ਹੈ ਉਹ ਕਿਸ ਕਾਰਨ ਕਰਕੇ ਕਰਦੇ ਨੇ, ਉਹਨਾਂ ਦੇ ਪਿੱਛੇ ਇੰਟੈਂਸ਼ਨ ਕੀ ਆ, ਹਨਾ। ਉਹ ਇੰਟੈਂਸ਼ਨ ਜਿਹੜੀ ਸਿੱਖੀ ਦੇ ਵਿੱਚ ਬਾਣੀ ਵਾਲੀ ਆ ਉਹ ਸਮਝਣੀ ਬਹੁਤ ਜ਼ਰੂਰੀ ਆ, ਭਾਵੇਂ ਅਸੀਂ ਪੂਰੇ ਉਸ ਤੇ ਕਈ ਵਾਰੀ ਨਹੀਂ ਢੁੱਕ ਪਾਉਂਦੇ। ਉਹ ਜਿਹੜਾ ਇੱਕ ਹੋਰ ਪੱਖ ਸੇਵਾ ਦਾ ਹੈਗਾ ਉਹਨੂੰ ਵੈਸੇ ਅਲੱਗ ਪੱਖ ਨਾ ਕਹਾਂ ਤਾਂ ਬੈਟਰ ਆ, ਇਹ ਐਟਮੋਲੋਜੀ ਵਿੱਚ ਆਉਂਦਾ, ਉਹਦੀ ਨਿਰੁਕਤੀ ਵਿੱਚ ਗੱਲ ਆਉਂਦੀ ਆ, ਉਹ ਬੇਸਿਕਲੀ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਉਪਾਸਨਾ, ਜਿਹਨੂੰ ਅਸੀਂ ਆਮ ਅੰਗਰੇਜ਼ੀ ਵਿੱਚ ਅੱਜ ਕੱਲ ਵਰਸ਼ਿਪ ਕਰਨਾ ਕਹਿ ਦਿੰਦੇ ਹਾਂ, ਡਿਵੋਸ਼ਨ ਕਹਿ ਦਿੰਦੇ ਹਾਂ, ਭਗਤੀ ਕਹਿ ਦਿੰਦੇ ਹਾਂ ਜੀ। ਸੋ ਜਿਹੜਾ ਇਹ ਪੱਖ ਹੈਗਾ ਨਾ, ਇਹ ਗੁਰਬਾਣੀ ਵਿੱਚ ਸਭ ਤੋਂ ਜ਼ਿਆਦਾ ਇਹ ਐਕਸਪਲੇਨ ਕੀਤਾ ਕਿ ਜਿਹੜਾ ਇੱਕ ਓਅੰਕਾਰ ਦੇ ਨਾਲ ਵਾਹਿਗੁਰੂ ਦੇ ਨਾਲ ਹਰੀ ਦੇ ਨਾਲ ਜੁੜ ਰਿਹਾ, ਭਾਵੇਂ ਅਸੀਂ ਉਹਨੂੰ ਅੱਲਾ ਆਖੀਏ ਤੇ ਭਾਵੇਂ ਕੋਟ ਅਨਕੋਟ ਗੋਡ ਆਖੀਏ, ਉਹ ਤਾਂ ਲੋਕਾਂ ਦੀ ਆਪਣੀ ਮਰਜ਼ੀ ਆਪਣੇ ਆਪਣੇ ਖਿੱਤਿਆਂ ਤੇ ਧਰਮਾਂ ਮੁਤਾਬਕ ਬਣਾਇਆ ਹੋਇਆ। ਆਪਾਂ ਜੇ ਇਹਨੂੰ ਸਿੱਖ ਪਹਿਲ ਤੇ ਦੇਖਣਾ ਪਹਿਲੂ ਤੋਂ, ਤਾਂ ਕਹਾਂਗੇ ਕਿ ਜਿਹੜਾ ਇੱਕ ਓਅੰਕਾਰ ਹੈਗਾ ਜਦ ਅਸੀਂ ਉਹਦੀ ਉਪਾਸ਼ਨਾ ਵਿੱਚ ਆ, ਵਿਚ ਮੀਨਸ ਅਸੀਂ ਲਗਾਤਾਰ ਉਹਦੀ ਸਿਮਰਨ ਚ ਆ, ਆਪਾਂ ਜਿਵੇਂ ਸਿੱਖ ਵੋਕੈਬਲਰੀ ਕਹੋਗੀ, ਕਿਉਂਕਿ ਅਸੀਂ ਇੱਕ ਥਾਂ ਤੇ ਜਾ ਕੇ ਤਾਂ ਉਹਦੀ ਪੂਜਾ ਕਰਦੇ ਨੀ, ਆਪਾਂ ਇਹੋ ਜਿਹੇ ਰੱਬ ਚ ਵਿਸ਼ਵਾਸ ਕਰਦੇ ਨੀ, ਆਪਾਂ ਤਾਂ ਹਰ ਵੇਲੇ ਕਿਹਾ ਜਾਂਦਾ ਕਿ ਉਹਨੂੰ ਮਨ ਵਿੱਚ ਧਿਆਓ, ਉਹਦਾ ਮਨ ਵਿੱਚ ਚਿੱਤ ਵਿੱਚ ਹਨਾ, ਉਹ ਆਪਣੀਆਂ ਗੱਲਾਂ ਨੇ। ਸੋ ਜਿਹੜਾ ਇਹ ਸਿਮਰਨ ਸਾਡਾ ਹੈਗਾ, ਜਿਹੜਾ ਉਹ ਯਾਦ ਕਰਨਾ, ਉਹਦੀ ਯਾਦ ਵਿੱਚੋਂ ਜਿਹੜੀ ਅਸੀਂ ਖਿਦਮਤ ਕਰ ਰਹੇ ਹਾਂ, ਭਾਵੇਂ ਉਹ ਕਾਇਨਾਤ ਦੀ ਕਰਦੇ ਹਾਂ ਤੇ ਭਾਵੇਂ ਕਾਇਨਾਤ ਵਿੱਚ ਵਰਦੇ ਲੋਕਾਂ ਦੀ ਕਰਦੇ ਹਾਂ, ਭਾਵੇਂ ਅਸੀਂ ਪੰਥ ਪ੍ਰਤੀ ਕਰ ਰਹੇ ਹਾਂ ਤੇ ਭਾਵੇਂ ਅਸੀਂ ਸਰਬੱਤ ਪ੍ਰਤੀ ਕਰ ਰਹੇ ਹਾਂ, ਉਹ ਸਾਡਾ ਸੇਵਾ ਦਾ ਆਈਡੀਆ। ਹੁਣ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਕਿ ਕਿਉਂਕਿ ਸਾਡਾ ਰੂਹਾਨੀਅਤ ਵਾਲਾ ਮਾਰਗ ਉੱਥੇ ਥੋੜਾ ਹਨੇਰਾ ਜ਼ਿਆਦਾ ਹੋਇਆ ਹੋਇਆ, ਬੁਝਿਆ ਨੀ ਹੋਇਆ ਬਟ ਹਨੇਰਾ ਹੋਇਆ ਹੋਇਆ, ਉਹਦੇ ਕਈ ਕਾਰਨ ਨੇ। ਇਸ ਕਰਕੇ ਜਿਹੜਾ ਉਹ ਫਿਜ਼ੀਕਲ ਰੂਪ ਆ, ਜਿਹੜਾ ਉਹਦਾ ਬਾਹਰਲਾ ਇੱਕ ਰੂਪ ਆ ਖਿਦਮਤ ਕਰਨ ਦਾ, ਜਦ ਸਾਨੂੰ ਕੋਈ ਰੱਬ ਵੱਲੋਂ ਜਾਂ ਕਾਇਨਾਤ ਵੱਲੋਂ ਜਾਂ ਸੰਗੀਆਂ ਵੱਲੋਂ ਕੋਈ ਰਿਮਾਈਂਡਰ ਆ ਜਾਂਦਾ, ਅਸੀਂ ਫੇਰ ਚੱਕ ਕੇ ਉਹ ਵਾਲੀ ਸੇਵਾ ਜ਼ਰੂਰ ਕਰਨ ਲੱਗ ਜਾਂਦੇ ਹਾਂ, ਭਾਵੇਂ ਅਸੀਂ ਸਿਮਰਨ ਵਾਲੀ ਸੇਵਾ ਨਾ ਕਰ ਪਾਈਏ ਜੀ। ਅੱਛਾ ਭਾਈ ਸਾਹਿਬ, ਇੱਕ ਗੱਲ ਇਹਨੂੰ ਸਮਝਾਇਓ ਜੀ, ਫਿਰ ਉਹ ਕਿਹੜੀ ਡਰਾਈਵਿੰਗ ਫੋਰਸ ਹੈ? ਮੈਂ ਜੇ ਆਪਾਂ ਵੇਖਦੇ ਹਾਂ, ਜੇ ਹੁਣ ਕਿਸਾਨ ਸੰਘਰਸ਼ ਦੀ ਗੱਲ ਕਰੀਏ, ਜਾਂ ਇੱਕ ਪਿੰਡੇ ਵਸਾ ਦੇਣਾ ਦਿੱਲੀ ਦੀਆਂ ਬਰੂਹਾਂ 'ਤੇ ਜਾ ਕੇ, ਜਾਂ ਹੁਣ ਪਿੰਡਾਂ ਦੇ ਵਿੱਚ, ਹਾਲਾਂਕਿ ਸ਼ਹਿਰ ਕੁਛ ਨਹੀਂ ਪਿੰਡਾਂ ਨੂੰ ਦਿੰਦੇ, ਪਿੰਡ ਸਦਾ ਹੀ ਸ਼ਹਿਰਾਂ ਨੂੰ ਪੰਜਾਬ 'ਚ ਦਿੰਦੇ ਆ, ਅਤੇ ਹੁਣ ਫਿਰ ਘਰ ਘਾਟ ਢਹਿ ਗਏ ਅਤੇ ਜ਼ਮੀਨਾਂ ਉੱਜੜ ਗਈਆਂ, ਮਿੱਟੀ ਖਿਸਕ ਗਈ, ਕੋਈ ਫਸਲ ਨਹੀਂ, ਟਰੈਕਟਰ ਟਰਾਲੀਆਂ ਜੋੜ ਕੇ ਫੇਰ ਸ਼ਹਿਰਾਂ 'ਚ, ਲੋਕ ਘਰਾਂ 'ਚ ਨੇ, ਲੋਕਾਂ ਨੂੰ ਦੁੱਧ, ਉਹ ਨਾਲੇ ਉਸ ਜਮਾਤ ਨੇ ਜਿਹੜੇ ਸ਼ਹਿਰੀ ਜਮਾਤ ਆ, ਉਹ ਬਾਬੂ ਨੇ, ਉਹ ਮੰਤਰੀ ਨੇ, ਸੰਤਰੀ ਨੇ, ਅਫਸਰ ਨੇ, ਉਹਨਾਂ ਨੇ ਪਿੰਡ ਦਿਆਂ ਨੂੰ ਕੁਛ ਨਹੀਂ ਦਿੱਤਾ, ਅਤੇ ਪਿੰਡ ਵਾਲਿਆਂ ਨੂੰ ਲਾਈਨ 'ਚ ਲਾ ਕੇ ਰੱਖਦੇ ਨੇ, ਹੱਥ ਜੋੜ ਕੇ, ਉਹੀ ਬਾਬੂ ਮੂਹਰੇ ਬੈਠਾ ਹੋਊ ਜਾਂ ਅਫਸਰ ਬੈਠਾ ਹੋਊ, ਕੋਈ ਮੈਂ ਧਰਮ ਦੀ ਨਹੀਂ ਗੱਲ ਕਰਦਾ, ਬਾਬੂ ਮੈਂ ਕਹਿਣਾ ਇੱਕ ਅਫਸਰ ਨੂੰ, ਉੱਥੇ ਆ ਕੇ ਹੱਥ ਫੇਰ ਜੋੜਨੇ ਨੇ, ਉਹਨੇ ਗਲ 'ਚ ਹੱਥ ਮੋਢੇ 'ਤੇ ਪਰਨਾ, ਪੈਰਾਂ 'ਚ ਠਿੱਬੀ ਜੁੱਤੀ ਆ, ਅਤੇ ਬਾਬੂ ਜੀ ਆ ਕਰ ਦਿਓ ਜੀ ਕਰ ਦਿਓ, ਉਹੀ ਗੱਲ ਫੇਰ ਹੋ ਜਾਣੀ ਹੈ। ਫਿਰ ਕਿਹੜੀ ਡਰਾਈਵਿੰਗ ਫੋਰਸ ਆ ਸਰਾਰ ਸਾਹਿਬ, ਜਿਹੜੀ ਚਾਹੇ ਧਰਮ ਤੋਂ ਦੂਰ ਨੇ, ਸਰੂਪ ਦੇ ਵਿੱਚ ਨਹੀਂ, ਵਾਲ ਕੱਟੇ ਹੋਏ ਨੇ 70% 60%, ਉਹ ਧਰਮ ਦੇ ਹੋ ਸਕਦਾ ਵੀ ਹਰ ਰੋਜ਼ ਗੁਰਦੁਆਰਾ ਸਾਹਿਬ ਬਿਨਾਂ ਜਾਂਦੇ ਹੋਣ, ਪਾਠ ਨਾ ਕਰਦੇ ਹੋਣ,
पर अंदर कितने अंतरीब च कि चीज़ है जी फिर उन्होंने प्रेर दिया भी चल भाई मित्रा सेवा च वो की है ਉਹ ਹੈਗਾ ਜਦੋਂ ਅਸੀਂ ਪਿਛਲੇ 100 ਸਾਲਾਂ ਚ ਆਖਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਇਕੱਲੇ ਸਿੱਖ ਨਹੀਂ ਪ੍ਰੇਰਿਤ ਹੁੰਦੇ ਪੰਜਾਬ ਦੇ ਸਾਰੇ ਹੀ ਪ੍ਰੇਰਿਤ ਹੁੰਦੇ ਨੇ ਜਿਹੜੀਆਂ ਤੁਸੀਂ ਟਰਾਲੀਆਂ ਦੀਆਂ ਤੇ ਕਿਸਾਨਾਂ ਦੀਆਂ ਤੇ ਜਿਹੜੇ ਟਰੈਕਟਰਾਂ ਦੀਆਂ ਗੱਲਾਂ ਕਰ ਰਹੇ ਹੋ ਨਾ ਇਹ ਤਾਂ ਇਹਦਾ ਬਾਹਰਮੁਖੀ ਰੂਪ ਵੀ ਪਿਛਲੇ 2 ਸਾਲਾਂ ਚ ਕਿੰਨਾ ਕਲੀਅਰ ਹੋ ਗਿਆ ਸੋ ਉਹ ਕੀ ਹੈ ਉਹ ਜਿਹੜਾ ਗੁਰੂਆਂ ਦਾ ਆਈਡੀਆ ਨਾ ਜਿਹਦੇ ਅੱਗੇ ਸਾਰੇ ਸਜਦਾ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜਿਹੜਾ ਹਰਿਮੰਦਰ ਸਾਹਿਬ ਕੀ ਹੈ ਜਿੱਥੇ ਦੁਨੀਆਂ ਮੱਥਾ ਟੇਕਦੀ ਕਿਉਂ ਜੀ ਭਾਵੇਂ ਉਹ ਮੁਸਲਮਾਨ ਸੀ ਭਾਵੇਂ ਹਿੰਦੂ ਸੀ ਭਾਵੇਂ ਸਿੱਖ ਸੀ ਭਾਵੇਂ ਜਿਹਨੂੰ ਅੱਜ ਅਸੀਂ ਕਹਾਂਗੇ ਕਿ ਉਹਦਾ ਰੇਸ਼ਲ ਬੈਕਗ੍ਰਾਉਂਡ ਕੀ ਸੀ ਉਹਦਾ ਜੈਂਡਰ ਕੀ ਆ ਉਹਦੀ ਸੈਕਸ਼ੁਅਲਿਟੀ ਕੀ ਆ ਉਹਦੀ ਕੈਸਟ ਕੀ ਆ ਇਹ ਚੀਜ਼ਾਂ ਵਧਦੀਆਂ ਰਹਿੰਦੀਆਂ ਨੇ ਡਿਫਰੈਂਟ ਹੁੰਦੀਆਂ ਰਹਿੰਦੀਆਂ ਨੇ ਰਿਗਾਰਡਲੈਸ ਆਫ ਜੋ ਵੀ ਆ ਉਹ ਸਾਰੇ ਉੱਥੇ ਕਿਉਂ ਮੱਥਾ ਟੇਕਦੇ ਕਿਉਂਕਿ ਜਿਹੜੀ ਵਿਜ਼ਨ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਦਿੱਤੀ ਤੇ ਉਸ ਵਿਜ਼ਨ ਤੇ ਉਹਨੂੰ ਅਮਲੀ ਰੂਪ ਆਪਣੀ ਲਾਈਫ ਵਿੱਚ ਹੀ ਦਿੱਤਾ ਤੇ ਆਪ ਦਿੱਤਾ ਉਹ ਲਗਾਤਾਰ ਕਾਇਮ ਰਿਹਾ ਦਸਾਂ ਗੁਰੂਆਂ ਦੇ ਵਿੱਚ ਤੇ ਗੁਰੂ ਸਾਹਿਬਾਨ ਤੋਂ ਬਾਅਦ ਜਿਹੜੇ ਆਪਣੇ ਆਪ ਨੂੰ ਅਖਾਉਂਦੇ ਆ ਕਿ ਅਸੀਂ ਗੁਰੂ ਦੀ ਲਿਨੀਅਤ ਚ ਹਾਂ ਦੇਖੋ ਆਪਣੀ ਸਾਰਿਆਂ ਦੀ ਕੋਈ ਨਾ ਕੋਈ ਕੁੱਲ ਹੈਗੀ ਆਪਣੀ ਵੇਲ ਲੱਗੀ ਹੋਈ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਠੀਕ ਬਸ ਜਿਹੜੀ ਵੇਲ ਹੁੰਦੀ ਹੈ ਗੁਰੂ ਦੇ ਘਰ ਦੀ ਵੇਲ ਜਿਹੜੀ ਹੈਗੀ ਭਾਵੇਂ ਕਈਆਂ ਦੀ ਘੱਟ ਹੋਊ ਬਟ ਜੋ ਕੁਛ ਤੁਸੀਂ ਕਿਹਾ ਜੋ ਅਸੀਂ ਦੇਖ ਰਹੇ ਹਾਂ ਹੁਣ ਇਸ ਹਫਤੇ ਤੇ ਪਿਛਲੇ 2 ਸਾਲਾਂ ਚ ਗਲੋਬਲੀ ਵੀ ਦੇਖਦੇ ਹਾਂ ਉਹ ਇਹ ਹੈ ਕਿ ਅਸੀਂ ਇਸ ਵੇਲ ਦਾ ਹਿੱਸਾ ਬਣਨਾ ਤੇ ਸਾਡੀ ਇੱਕ ਅੰਦਰ ਤੜਪ ਆ ਤੇ ਤੜਪ ਧਾਰਮ ਅਸੀਂ ਕਹਿ ਦਿੰਦੇ ਹਾਂ ਕਿ ਧਾਰਮਿਕ ਲੋਕੀ ਨਹੀਂ ਬਣ ਰਹੇ ਦੇਖੋ ਧਰਮ ਤਾਂ ਅਮਾਵਸ ਦੀ ਰਾਤ ਹੈ ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ ਹੋਇਆ ਅੱਜ ਵੀ ਉਹੀ ਚੱਲ ਰਿਹਾ ਫਿਰ ਲੋਕੀ ਉਹੇ ਜੇ ਥੋੜੀ ਧਰਮੀ ਬਣਨਗੇ ਇਹ ਅਸਲੀ ਗੱਲ ਆ ਕਿ ਇਹਦੇ ਬਾਵਜੂਦ ਕਿ ਮੇਰੇ ਵਿਆਹ ਮੈਂ ਡਿੱਗਿਆ ਹੋਇਆ ਮੇਰੇ ਚ ਇੰਨੇ ਅਵਗੁਣ ਨੇ ਮੈਂ ਫਿਰ ਵੀ ਤਰਾਸਦਾ ਮੈਂ ਫਿਰ ਵੀ ਲੋਚਦਾ ਕਿ ਮੈਂ ਇਹ ਵੇਲ ਦਾ ਹਿੱਸਾ ਬਣਨਾ ਜਿਹਦੇ ਵਿੱਚ ਖਿਦਮਤ ਕਿਸੇ ਨੂੰ ਕਨਵਰਟ ਕਰਨ ਲਈ ਜਾਂ ਆਪਣੀ ਪੀ ਆਰ ਕਰਨ ਲਈ ਨਹੀਂ ਹੋ ਰਹੀ ਉੱਥੇ ਖਿਦਮਤ ਮੇਰੀ ਉਹਦੀ ਉਪਾਸ਼ਨਾ ਦੀ ਐਕਸਟੈਂਸ਼ਨ ਨਾਲ ਹੋ ਰਹੀ ਹੈ ਗੁਰੂ ਕਾਲ ਦੇ ਦੌਰਾਨ ਭਾਈ ਸਾਹਿਬ ਜੇ ਬਾਬੇ ਲਹਿਣੇ ਤੋਂ ਗੁਰੂ ਪਹਿਲੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਜਾਂ ਉਹਨਾਂ ਦੀਆਂ ਉਦਾਸੀਆਂ ਦੇ ਵਿੱਚ ਸੇਵਾ ਦੇ ਵਿੱਚ ਜਿਹੜੇ ਪੁਰਸ਼ ਰਹੇ ਭਾਈ ਮਰਦਾਨਾ ਜੀ ਨਾਲ ਰਹੇ ਬਾਲਾ ਜੀ ਨਾਲ ਰਹੇ ਚਲੋ ਕਈ ਵਾਰ ਇਹਦੇ 'ਤੇ ਕੰਟਰਾਡਿਕਸ਼ਨ ਆਉਂਦੀ ਹੈ ਮੈਂ ਉੱਧਰ ਨੂੰ ਨਾ ਜਾਵਾਂ ਕੀ ਸੇਵਾ ਹੀ ਸਰਮੌਰ ਰਹੀ ਦਸੇ ਪਾਤਸ਼ਾਹ ਦੇ ਵਿੱਚ ਅਤੇ ਉਹਨਾਂ ਦੀ ਸੇਵਾ ਜਿਹੜੀ ਉਹ ਕਰਦੇ ਸੀ ਇੱਕ ਗੁਰੂ ਰੂਪ ਦੇ ਵਿੱਚ ਇੱਕ ਚੇਲੇ ਦੇ ਰੂਪ ਦੇ ਵਿੱਚ ਅਤੇ ਅੱਜ ਜਿਹੜੀ ਸਿੱਖਾਂ ਦੀ ਸੇਵਾ ਜਿਹੜੀ ਕਿਸੇ ਦੀ ਦੇਹ ਨੂੰ ਤ੍ਰਿਪਤੀ ਦੇ ਰਹੀ ਇਹ ਦੋਨਾਂ ਦਾ ਫਰਕ ਕੀ ਹੈ ਹਾਂ ਇਹ ਬੜਾ ਅਹਿਮ ਸਵਾਲ ਆ ਇਹ ਇਸੇ ਕਰਕੇ ਮੈਂ ਇੰਟੈਂਸ਼ਨੈਲਿਟੀ ਦੀ ਥੋੜੀ ਜਿਹੀ ਸ਼ੁਰੂ ਚ ਗੱਲ ਕੀਤੀ ਸੀਗੀ ਕਿ ਪਿੱਛੇ ਕੀ ਆ ਸੇਵਾ ਦੇ ਉਹ ਦੇਖੋ ਜਿਹੜੀ ਦਸਾਂ ਗੁਰੂਆਂ ਨੇ ਸੇਵਾ ਕੀਤੀ ਉੱਥੇ ਤਾਂ ਬੜਾ ਕਲੀਅਰ ਆ ਕਿਉਂਕਿ ਸਭ ਤੋਂ ਵੱਡਾ ਐਵੀਡੈਂਸ ਉਹਦਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਕਿਉਂਕਿ ਇਤਿਹਾਸ ਦੀਆਂ ਗੱਲਾਂ ਜਿਵੇਂ ਤੁਸੀਂ ਵੀ ਇੱਕ ਇਤਿਹਾਸ ਦੀ ਗੱਲ ਛੇੜੀ ਉੱਥੇ ਹਰੇਕ ਗੱਲ ਤੇ ਕਿੰਤੂ ਪਰੰਤੂ ਹੋ ਸਕਦਾ ਬਟ ਬਾਣੀ ਤੇ ਨਹੀਂ ਅਸੀਂ ਕਰ ਸਕਦੇ ਨਾ ਕਰਾਂਗੇ ਉੱਥੇ ਇਹ ਬੜਾ ਕਲੀਅਰ ਹੈ ਕਿ ਹਰ ਕੀ ਸੇਵਾ ਤੇ ਗੁਰ ਕੀ ਸੇਵਾ ਵਾਰ ਵਾਰ ਆਉਂਦੀ ਹੈ ਜੀ ਜਦ ਲੋਕਾਂ ਦੀ ਗੱਲ ਆਉਂਦੀ ਆ ਉੱਥੇ ਮਾਤਾ ਪਿਤਾ ਦੀ ਗੱਲ ਆਉਂਦੀ ਆ ਉੱਥੇ ਟਹਿਲ ਲਫ਼ਜ਼ ਵਾਰ ਵਾਰ ਆਉਂਦਾ ਇਹਦੇ ਚ ਫਰਕ ਆ ਥੋੜਾ ਜਿਹਾ ਇੱਕ ਹੁੰਦਾ ਜਿਹੜੀ ਤੁਸੀਂ ਸੋਸ਼ਲ ਰਿਸਪੋਂਸਿਬਿਲਿਟੀ ਦੇ ਲੈਵਲ ਤੇ ਕਰਦੇ ਹੋ ਇੱਕ ਹੁੰਦਾ ਕਿ ਤੁਸੀਂ ਉਸ ਰੱਬ ਵਿੱਚ ਉਸ ਇੱਕ ਓੰਕਾਰ ਦੇ ਵਿੱਚ ਵਾਹਿਗੁਰੂ ਵਿੱਚ ਇੰਨਾ ਵਿਸ਼ਵਾਸ ਆ ਕਿਉਂਕਿ ਖਾਲਕ ਤੇ ਖਲਬ ਵਿੱਚ ਕੋਈ ਫਰਕ ਨਹੀਂ ਸਿੱਖਾਂ ਲਈ ਬਾਣੀ ਦੇ ਮੁਤਾਬਕ ਇਸ ਕਰਕੇ ਜਦੋਂ ਅਸੀਂ ਹਰ ਕੀ ਸੇਵਾ ਕਰ ਰਹੇ ਹਾਂ ਇਹ ਕਾਇਨਾਤ ਦੀ ਸੇਵਾ ਕਰ ਰਹੇ ਹਾਂ ਜਦ ਅਸੀਂ ਗੁਰ ਕੀ ਸੇਵਾ ਕਰ ਰਹੇ ਹਾਂ ਅਸੀਂ ਇਸ ਕਾਇਨਾਤ ਦੇ ਵਿੱਚ ਫਿਜ਼ੀਕਲ ਤੇ ਨਾਨ ਫਿਜ਼ੀਕਲ ਦੋਵਾਂ ਸੇਵਾ ਕਰ ਰਹੇ ਹਾਂ ਇਹ ਸਾਰੇ ਦਸਵਾਂ ਪਾਤਸ਼ਾਹਾਂ ਨੇ ਕੀਤਾ ਹੁਣ ਜਿੱਥੇ ਅਸੀਂ ਖੜੇ ਹਾਂ ਇੱਥੋਂ ਅਸੀਂ ਕੀ ਸਿੱਖ ਸਕਦੇ ਹਾਂ ਤੁਸੀਂ ਦੇਖੋ ਅਰਲੀ ਗੱਲ ਕੀਤੀ ਜਦ ਕੁਛ ਵੀ ਸਿੱਖਣਾ ਹੁੰਦਾ ਤਾਂ ਸਾਨੂੰ ਪਿਛੋਕੜ ਦਾ ਸ਼ੁਰੂ ਕੀ ਆ ਉੱਥੋਂ ਸ਼ੁਰੂ ਕਰਨੀ ਪੈਂਦੀ ਹੈ ਗੱਲ ਜਿਹੜੀ ਆਪਾਂ ਥੋੜੀ ਜਿਹੀ ਕਰ ਲਈ ਬਾਣੀ ਦੀ ਠੀਕ ਹੈ ਜੀ ਕਿਉਂਕਿ ਸੇਵਾ ਜਿਹੜੀ ਆ ਇਹ ਇੱਕ ਆਊਟਕਮ ਹੈਗਾ ਇਹ ਅਸੀਂ ਡਿਸਾਈਡ ਨਹੀਂ ਕਰਦੇ ਕਿ ਮੈਂ ਹੁਣ ਸੇਵਾ ਕਰਨ ਨੂੰ ਚੱਲਿਆ ਜੇ ਇਹ ਕਰਾਂਗੇ ਫਿਰ ਤਾਂ ਹੋਵੇ ਹੋਊਗੀ ਗੁਰਬਾਣੀ ਚ ਬੜਾ ਕਲੀਅਰ ਆ ਜੀ ਜਿਹੜੀ ਕਿ ਸਾਨੂੰ ਵੀ ਕਿਤੇ ਕਿਤੇ ਦਿਖਦੀ ਆ ਕਈ ਵਾਰ ਆਪਾਂ ਕਹਿੰਦੇ ਹਾਂ ਤਾਂ ਪੀ ਆਰ ਹੀ ਹੋ ਰਹੀ ਹੈ ਬਿਲਕੁਲ ਠੀਕ ਹੈ ਗੱਲ ਪੀ ਆਰ ਵੀ ਹੋ ਰਹੀ ਹੁੰਦੀ ਆ ਪਰ ਉਹਦੇ ਪਿੱਛੇ ਜਿਹੜਾ ਮੈਂ ਇੱਕ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਛੁਪਿਆ ਹੋਇਆ ਕਿਤੇ ਨਾ ਕਿਤੇ ਉਹਨੂੰ ਦੁਬਾਰਾ ਸਾਨੂੰ ਪੁਨਰ ਸੁਰਜੀਤ ਕਰਨ ਦੀ ਲੋੜ ਆ ਉਹਨੂੰ ਜਗਾਉਣ ਦੀ ਲੋੜ ਆ ਸੋ ਜੇ ਪਿਛੋਕੜ ਦੇ ਵਿੱਚ ਸਾਡਾ ਕੀ ਆ ਉਹ ਰਿਸ਼ਤਾ ਹੈਗਾ ਹਰ ਦੇ ਨਾਲ ਗੁਰ ਦੇ ਨਾਲ ਜੇ ਉਹ ਰਿਸ਼ਤਾ ਤਕੜਾ ਹੋਊਗਾ ਫਿਰ ਜਿਹੜੀਆਂ ਓਨਤਾਵਾਂ ਨੇ ਆਪਣੇ ਆਪ ਘਟਣੀਆਂ ਸ਼ੁਰੂ ਹੋ ਜਾਣਗੀਆਂ ਜੇ ਉਹ ਰਿਸ਼ਤਾ ਕਮਜ਼ੋਰ ਹੈਗਾ ਜਾਂ ਹੈ ਹੀ ਨਹੀਂ ਫਿਰ ਉਹ ਸਾਨੂੰ ਪੀ ਆਰ ਤੇ ਹੋਬੇ ਦੇ ਰੂਪ ਵਿੱਚ ਦਿਖਣਗੀਆਂ ਤੇ ਆਪਣੇ ਸਾਰਿਆਂ ਨੂੰ ਵਿਟਨੈਸ ਕੀਤਾ ਹੋਇਆ ਭਾਵੇਂ ਉਹ ਘਰਾਂ ਵਿੱਚ ਆ ਗੁਰਦੁਆਰਿਆਂ ਵਿੱਚ ਆ ਐਨ ਜੀ ਓ ਦੇ ਵਿੱਚ ਆ
ਤੇ ਦੁਨੀਆਂ ਵਿੱਚ ਪ੍ਰਦਰਸ਼ਨੀ ਤੇ ਯੂਟਿਊਬ ਤੇ ਪੀ ਆਰ ਦੇ ਰਾਹੀਂ ਠੀਕ ਹੈ ਜੀ ਬਟ ਇੱਥੇ ਫੇਕ ਵੀ ਜਿਹੜੀ ਆ ਸਿੱਖਣ ਨੂੰ ਬਹੁਤ ਵੱਡੀ ਮਿਲ ਰਹੀ ਆ ਆਵਾਮ ਤੋਂ ਸਿੱਖਣ ਨੂੰ ਮਿਲਦੀ ਆ ਪੰਜਾਬੀਆਂ ਤੇ ਪੰਜਾਬੀ ਸਿੱਖਾਂ ਕੋਲੋਂ ਜ਼ਿਆਦਾ ਸਿੱਖਣ ਨੂੰ ਮਿਲ ਰਹੀ ਆ ਉਹ ਕੀ ਆ ਦੇਖੋ ਮੈਂ ਉਹ ਤੁਸੀਂ ਜੇ ਨਹੀਂ ਦੇਖਦੇ ਮੈਂ ਜਰੂਰ ਉਹਨਾਂ ਦਾ ਮੈਂਸ਼ਨ ਇੱਥੇ ਕਰਨਾ ਚਾਹਾਂਗਾ ਜਿਹੜੇ ਟਰੈਕਟਰ ਟੂ ਟਵਿੱਟਰ ਪੰਜਾਬ ਵਾਲੇ ਨੇ ਜੀ ਜੀ ਉਹ ਇਸ ਗੱਲ ਤੋਂ ਲਗਾਤਾਰ ਬਗੈਰ ਕਿਸੇ ਪਾਰਟੀ ਨਾਲ ਜੁੜ ਕੇ ਬਗੈਰ ਕਿਸੇ ਸੰਸਥਾ ਨਾਲ ਜੁੜ ਕੇ ਪੰਜਾਬ ਦੇ ਹਿੱਤਾਂ ਦੀਆਂ ਗੱਲ ਕਰਦੇ ਨੇ ਉਹਨਾਂ ਨੇ ਵੀ ਪਿਛਲੇ ਦੋ ਹਫ਼ਤਿਆਂ ਵਿੱਚ ਕੀ ਆਖਿਆ ਕਿਉਂਕਿ ਸੇਵਾ ਸਿਰਫ ਉਹ ਨਹੀਂ ਜੋ ਅਸੀਂ ਖਿਦਮਤ ਦੇ ਰੂਪ ਚ ਦੇਖ ਰਹੇ ਹਾਂ ਸੇਵਾ ਸਿਮਰਨ ਦੇ ਰੂਪ ਵਾਲੀ ਵੀ ਆ ਆਪਾਂ ਇਹਨੂੰ ਕਿਉਂ ਨੀ ਸੇਵਾ ਮੰਨਦੇ ਕਿ ਜਿਹੜੀ ਅਸਲੀ ਗੱਲਾਂ ਦੱਸ ਰਹੇ ਜਿਹੜੇ ਫਿਜ਼ੀਕਲੀ ਵੀ ਲੜਦੇ ਨੇ ਜਾ ਕੇ ਜਿੱਥੇ ਲੋੜ ਪਵੇ ਤੇ ਉਹਨਾਂ ਨੇ ਇਸ ਚੀਜ਼ ਨੂੰ ਮੈਨੂੰ ਲੱਗਿਆ ਇਸ ਹਫ਼ਤੇ ਕੈਪਚਰ ਕੀਤਾ ਕਿ ਗਜ਼ਨੀ ਤੇ ਅਬਦਾਲੀਆਂ ਨੂੰ ਦਰਿਆਵਾਂ ਦੀਆਂ ਮਨਮਾਨੀਆਂ ਨੂੰ ਬਸ ਏਦਾਂ ਹੀ ਠੱਲਦੇ ਆਏ ਨੇ ਬਿਲਕੁਲ ਲਿਖਿਆ ਹੈ ਜੀ ਇਹ ਗੱਲ ਹੈਗੀ ਆ ਪੰਜਾਬੀ ਸਾਇਕੀ ਨੇ ਕਿਸ ਤਰ੍ਹਾਂ ਗੁਰੂ ਦੇ ਆਈਡੀਏ ਨੂੰ ਪ੍ਰੈਕਟੀਕਲ ਰੂਪ ਦਿੱਤਾ ਤੇ ਅੱਜ ਵੀ ਦੇ ਰਹੇ ਨੇ ਇਸੇ ਲੈਵਲ ਤੇ ਮੈਂ ਇੱਕ ਗੱਲ ਹੋਰ ਜੋੜ ਦਵਾਂ ਉਹਨਾਂ ਨੇ ਜਿਹੜੀ ਲਿਖੀ ਆ ਜੀ ਕਿ ਦੇਸ਼ ਲਈ ਉਗਾਉਣਾ ਹੋਵੇ ਤਾਨਾ ਸ਼ਾਨ ਨਾਲ ਮੱਥਾ ਲਾਉਣਾ ਹੋਵੇ ਹੜਾਂ ਵਿੱਚ ਡੁੱਬਦਿਆਂ ਨੂੰ ਬਚਾਉਂਦਾ ਹੋਵੇ ਕਿਸਾਨਾਂ ਦੇ ਰਕਮ ਆਉਂਦੇ ਨੇ ਇਹ ਆ ਗੱਲ ਸਮਝਣ ਵਾਲੀ ਕਿ ਜਿਹੜੀ ਗੱਲ ਤੁਸੀਂ ਕੀਤੀ ਨਾ ਸ਼ਹਿਰੀਆਂ ਦੀ ਜਾਂ ਜਿਹੜੀ ਸ਼ਹਿਰੀ ਮਾਨਸਿਕਤਾ ਨਾਲ ਜੁੜੇ ਨੇ ਭਾਵੇਂ ਉਹ ਪਿੰਡ ਵਿੱਚ ਹੀ ਬੈਠੇ ਨੇ ਉਹ ਅਜੇ ਇਸ ਗੱਲ ਤੋਂ ਥੋੜਾ ਜਿਹਾ ਦੂਰ ਨੇ ਆਪਾਂ ਕਹਿੰਦੇ ਅਸੀਂ ਗੰਦੇ ਹੋ ਜਾਵਾਂਗੇ ਅਸੀਂ ਲਿਬੜ ਜਾਵਾਂਗੇ ਆਪਾਂ ਨੂੰ ਕੀ ਕਰਨ ਦੀ ਲੋੜ ਆ ਦੇਖੋ ਮੈਂ ਵੀ ਦੇਖ ਰਿਹਾ ਪੰਜਾਬ ਵਿੱਚ ਕੀ ਹੋ ਰਿਹਾ ਤੁਸੀਂ ਵੀ ਦੇਖ ਰਹੇ ਹੋ ਫਲੱਡਿੰਗ ਦੇ ਵਿੱਚ ਇੱਥੇ ਮੈਂ ਇੱਕ ਗੱਲ ਕਰਨੀ ਚਾਹਾਂਗਾ ਕਿ ਇੱਕ ਪਹਿਲੀ ਵਾਰ ਮੈਂ ਆਪ ਇਹ ਦੇਖਿਆ ਕਿ ਠੀਕ ਹੈ ਅਫਸਰਾਂ ਦੀਆਂ ਆਪਣੀਆਂ ਮਜਬੂਰੀਆਂ ਨੇ ਪੋਲੀਟੀਕਲ ਪਾਰਟੀਆਂ ਦੀਆਂ ਆਪਣੀਆਂ ਮਜਬੂਰੀਆਂ ਨੇ ਬਟ ਉਹਦੇ ਬਾਵਜੂਦ ਵੀ ਇੱਕ ਸਟੋਰੀ ਜਿਹੜੀ ਦੱਸਣੀ ਬਣਦੀ ਹੈ ਇੱਥੇ ਕਿ 6 ਜਨਾਨੀਆਂ ਨੇ ਡੀਸੀ ਪੰਜਾਬ ਚ ਇਸ ਵੇਲੇ ਜਿਨ੍ਹਾਂ ਨੇ ਆਪ ਖੜ ਕੇ ਕੰਮ ਕਰਾਏ ਨੇ ਤੇ ਸਾਰੀਆਂ ਜਨਾਨੀਆਂ ਨੇ ਤੇ ਉਹਨਾਂ ਵਿੱਚ ਸਿੱਖ ਨੇ ਤੇ ਹਿੰਦੂ ਨੇ ਮੈਂ ਕਿਉਂ ਗੱਲ ਕਰ ਰਿਹਾ ਕਿਉਂਕਿ ਇਹ ਗੱਲ ਆਮ ਅਸੀਂ ਦੱਸਦੇ ਨੀ ਸੇਵਾ ਦੀ ਵੀ ਜਿਵੇਂ ਅਸੀਂ ਗੁਰਦੁਆਰਿਆਂ ਵਿੱਚ ਵੀ ਸੇਵਾ ਦੀ ਗੱਲਾਂ ਕਰੀਏ ਮਰਦਾਂ ਦੀਆਂ ਫੋਟੋਆਂ ਹੀ ਲੱਗਦੀਆਂ ਜ਼ਿਆਦਾ ਤੇ ਮਰਦਾਂ ਦੀਆਂ ਹੀ ਗੱਲਾਂ ਹੁੰਦੀਆਂ ਮਾਇੰਡ ਨਾ ਕਰਿਓ ਮੇਰਾ ਇਹ ਕਹਿਣ ਦਾ ਇਸੇ ਤਰ੍ਹਾਂ ਜੇ ਪੰਜਾਬ ਵਿੱਚ ਵੀ ਸੇਵਾ ਦੀ ਗੱਲ ਆ ਰਹੀ ਆ ਉਹਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਜਨਰਲੀ ਬਹੁਤ ਆਪਾਂ ਕਹਿੰਦੇ ਹਾਂ ਕਿ ਗਲਤ ਕੰਮ ਹੀ ਕਰਦੀ ਆ ਜਾਂ ਠੀਕ ਤਾਂ ਨਹੀਂ ਕਰਦੀ ਇਹ ਕਹਿ ਸਕਦੇ ਹਾਂ ਉਹਦੇ ਵਿੱਚ ਵੀ ਜਿਹੜੀ ਫਤਿਹਗੜ੍ਹ ਸਾਹਿਬ ਦੀ ਪਰਨੀਤ ਕੌਰ ਸ਼ੇਰਗਿੱਲ ਹੈਗੀ ਆ ਜਿਹੜੀ ਪਟਿਆਲੇ ਦੀ ਡੀਸੀ ਹੈਗੀ ਸਖਸ਼ੀ ਸਾਹਨੀ ਯੂਨੋ ਤੇ ਜਿਹੜੀ ਰੋਪੜ ਦੀ ਡੀਸੀ ਪ੍ਰੀਤੀ ਯਾਦਵ ਹੈਗੀ ਤੇ ਜਿਹੜੀ ਐਸਐਸਪੀ ਚੰਡੀਗੜ੍ਹ ਦੀ ਕੰਵਰਦੀਪ ਕੌਰ ਹੈਗੀ ਤੇ ਇਸੇ ਤਰੀਕੇ ਨਾਲ ਜਿਹੜੀ ਡੀਸੀ ਮੋਹਾਲੀ ਦੀ ਆਸ਼ਿਕਾ ਜੈਨ ਹੈਗੀ ਤੇ ਅਖੀਰਲੀ ਜਿਹੜੀ ਅਕਸ਼ਤਾ ਗੁਪਤਾ ਹੈਗੀ ਅਸਿਸਟੈਂਟ ਕਮਿਸ਼ਨਰ ਪਟਿਆਲੇ ਦੀ ਇਹਨਾਂ ਦੀਆਂ ਸਟੋਰੀਆਂ ਦੇਖੋ ਨਾ ਇਹ ਪਹਿਲੀ ਵਾਰ ਹੋਇਆ ਕਿ ਆਈਏਐਸ ਤੇ ਆਈਪੀਐਸ ਵਾਲੇ ਜਿਹੜੇ ਅਫਸਰ ਨੇ ਉਹ ਬਾਹਰ ਖੜ ਕੇ ਆਪ ਕੰਮ ਕਰਾ ਰਹੇ ਨੇ ਇਹ ਵੀ ਬੀਬੀਆਂ ਦੇ ਸਿਰ ਤੇ ਆਇਆ ਇੱਥੋਂ ਵੀ ਸਾਨੂੰ ਪਤਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਸੇਵਾ ਦੀ ਇੰਟੈਂਸ਼ਨੈਲਿਟੀ ਤੇ ਸੇਵਾ ਦਾ ਜਿਹੜਾ ਬਾਹਰਲਾ ਰੂਪ ਆ ਕਿਵੇਂ ਦੇਖਣ ਨੂੰ ਮਿਲ ਰਿਹਾ ਸੇਵਾ ਦੇ ਅਲੱਗ ਅਲੱਗ ਰੂਪ ਇੱਕ ਤਾਂ ਆਪਾਂ ਵੇਖ ਰਹੇ ਹਾਂ ਆਹ ਜਿਹੜੀ ਹੁਣ ਗੱਲ ਕਰ ਰਹੇ ਹਾਂ ਜਾਂ ਵਰਲਡ ਲੈਵਲ 'ਤੇ ਖਾਲਸਾ ਏਡ ਹੈ ਜਾਂ ਅਸੀਂ ਲੋਕਲ ਸਾਡੀਆਂ ਸੰਸਥਾਵਾਂ ਨੇ ਕੀ ਧਰਮ ਦੇ ਲਈ ਧਰਮ ਦੀ ਬਿਹਤਰੀ ਲਈ ਜਿਹੜੀ ਸ਼ਹਾਦਤ ਦਾ ਰਾਹ ਹੈ ਧਰਮ ਦੇ ਨਾਂ ਤੋਂ ਕੁਰਬਾਨੀਆਂ ਨੇ ਜਿਹੜੀਆਂ ਗੁਰੂ ਕਾਲ ਦੇ ਸਮੇਂ 19ਵੀਂ ਸਦੀ 'ਚ ਮੌਜੂਦਾ ਸਮੇਂ 'ਚ ਪੁਰਾਤਨ ਸਿੰਘਾਂ ਦੇ ਅਤੇ ਹੁਣ ਦੀ ਕੀ ਸ਼ਹਾਦਤ ਅਤੇ ਸੇਵਾ ਨੂੰ ਵੀ ਕਿਸੇ ਇੱਕ ਜਗ੍ਹਾ 'ਤੇ ਲਿਆ ਕੇ ਖੜਾ ਸਕਦੇ ਹਾਂ ਅਸੀਂ ਧਰਮ 'ਚ ਸਿੱਖਾਂ ਦੇ ਵਿੱਚ ਬਿਲਕੁਲ ਆਊਗੀ ਇਹਦੇ ਬਾਰੇ ਕਿਸੇ ਸਿੱਖ ਨੂੰ ਸ਼ੰਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਲਈ ਜਿਵੇਂ ਮੈਂ ਅਰਲੀਅਰ ਕਹਿੰਦਾ ਕਿ ਅਸੀਂ ਸੇਵਾ ਡਿਸਾਈਡ ਨਹੀਂ ਕਰਦੇ ਅਸੀਂ ਸੇਵਾ ਲਈ ਪ੍ਰਿਪੇਅਰ ਹੁੰਦੇ ਹਾਂ ਤਾਂ ਕਿ ਜਿਹੜਾ ਵੀ ਸੁਨੇਹਾ ਆਪਣੇ ਪ੍ਰੀਤਮ ਕੋਲੋਂ ਸਾਨੂੰ ਆਵੇ ਅਸੀਂ ਉਹ ਕਰ ਦਈਏ ਠੀਕ ਇਹਦੇ ਬਾਰੇ ਮੇਰੇ ਤੋਂ ਬੈਟਰ ਨਾ ਪ੍ਰੋਫੈਸਰ ਪੂਰਨ ਸਿੰਘ ਦੱਸਦੇ ਨੇ ਜੀ ਉਹਨਾਂ ਨੇ ਆਪਣੀ ਕਵਿਤਾ 'ਚ ਲਿਖਿਆ ਮੈਂ ਉਹਦਾ ਜੋ ਪੰਜਾਬੀ ਜਾਂ ਅਨੁਵਾਦ ਕਰਾਂ ਅੰਗਰੇਜ਼ੀ ਵਿੱਚ ਓਰੀਜਨਲ ਲਿਖੀ ਆ ਉਹ ਰਫਲੀ ਇਸ ਤਰ੍ਹਾਂ ਕਹਿੰਦੇ ਨੇ ਕਹਿੰਦੇ ਜਦ ਮੈਂ ਬਹੁਤ ਐਕਟਿਵ ਸੀ ਨਾ ਮੈਂ ਬਹੁਤ ਸੇਵਾ ਕਰਦਾ ਸੀ ਮੈਨੂੰ ਲੱਗਦਾ ਸੀ ਮੈਂ ਜਿਵੇਂ ਜਵਾਲਾਮੁਖੀ ਫੜਦਾ ਨਾ ਐਂ ਫੜਦਾ ਸੀ ਕਹਿੰਦੇ ਫਿਰ ਮੈਂ ਆਪਣੇ ਅੰਦਰ ਗਿਆ ਜਦ ਮੈਂ ਆਪਣੇ ਅੰਦਰਲਾ ਸਫ਼ਰ ਕੀਤਾ ਜਿਹਨੂੰ ਅਸੀਂ ਕਹਿੰਦੇ ਹਾਂ ਅੰਦਰਲਾ ਤੀਰਥ ਨਹਾਉਣਾ ਕਹਿੰਦੇ ਫਿਰ ਮੈਂ ਦੇਖਿਆ ਕਿ ਮੈਂ ਤਾਂ ਜੇ ਸੇਵਾ ਕੀਤੀ ਨੀ ਮੈਂ ਤਾਂ ਐਵੇਂ ਭੱਜਿਆ ਫਿਰਦਾ ਸੀ ਮੈਂ ਤਾਂ ਆਪਣੀ ਹੋਂ ਚੋਂ ਆਪਣੀ ਮੈਂ ਚੋਂ ਕਰ ਰਿਹਾ ਸੀ ਕਹਿੰਦੇ ਜਦ ਮੈਂ ਉਹ ਸਫ਼ਰ ਕਰਨਾ ਤੈਅ ਕੀਤਾ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਇਹ ਸਮਝ ਆਈ ਕਿ ਮੈਂ ਤਾਂ ਤਿਆਰੀ ਕਰਾਂ ਸੇਵਾ ਕਰਨ ਦੀ ਕਿਉਂਕਿ ਗੁਰੂ ਮੇਰੇ ਕੋਲੋਂ ਬਾਂਸਰੀ ਵੀ ਵਜਵਾ ਸਕਦਾ ਤੇ ਗੁਰੂ ਮੇਰੇ ਕੋਲੋਂ ਖੰਡਾ ਵੀ ਖੜਕਵਾ ਸਕਦਾ
ਸ਼ਹਾਦਤ ਇਸ ਨਜ਼ਰੀਏ ਤੋਂ ਪੰਜਾਬੀ ਮਾਨਸਿਕਤਾ ਨੂੰ 100 ਸਾਲ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਨੇ ਸਮਝਾਈ ਸੀ, ਜਿਹਨੂੰ ਗੁਰਬਾਣੀ ਵਿੱਚ ਬੜਾ ਕਲੀਅਰਲੀ ਆ ਗਿਆ, ਜਿੱਥੇ ਮੈਂ ਤੁਹਾਡੀ ਗੱਲ ਨਾਲ ਜੋੜਦਾ ਜਿਹੜਾ ਤੁਹਾਡਾ ਓਰਿਜਨਲ ਸਵਾਲ ਸੀ ਕਿ ਦੇਖੋ ਗੁਰਬਾਣੀ ਵਿੱਚ ਸ਼ਹਾਦਤਾਂ ਨੂੰ ਉਹ ਨਹੀਂ ਲਿਆ ਗਿਆ ਜੋ ਆਮ ਦੁਨੀਆਂ ਅੱਜ ਵੀ ਲੈਂਦੀ ਹੈ। ਬਾਬਾ ਗੁਰੂ ਨਾਨਕ ਸਾਹਿਬ ਨੇ ਬੜਾ ਕਲੀਅਰਲੀ ਲਿਖਤਾ ਕਿ ਲੱਖਾਂ ਲੋਕ ਰਣ ਭੂਮੀ ਵਿੱਚ ਧਰਮ ਦੇ ਨਾਂ ਤੇ ਮਰ ਜਾਂਦੇ ਨੇ, ਉਹ ਨੀ ਸ਼ਹਾਦਤ ਹੁੰਦੀ। ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ, ਸੋ ਵਟ, ਲੱਖਾਂ ਲੋਕ ਮਰ ਜਾਂਦੇ ਨੇ। ਗੁਰਬਾਣੀ ਵਿੱਚ ਜਿਹੜਾ ਅਸਲੀ ਮਾਇਨਾ ਨਾ ਕਿ ਜਿਹੜਾ ਸੱਚ ਦੀ ਗਵਾਹੀ ਦਿੰਦਾ, ਸ਼ਹਾਦਤ ਤੇ ਸੱਚ ਦੀ ਗਵਾਹੀ, ਜਿਹਨੂੰ ਜਸਵੰਤ ਸਿੰਘ ਖਾਲੜੀ ਹੋਣੇ ਵੀ ਕਹਿੰਦੇ ਸੀ ਕਿ ਇਹ ਤਾਂ ਦਾਤ ਆ ਜਿਹੜਾ ਗੁਰੂ ਦਿੰਦਾ। ਇਸੇ ਤਰ੍ਹਾਂ ਭਾਵੇਂ ਉਹ ਸਾਡੇ ਸੂਰਮੇ ਨੇ ਤੇ ਭਾਵੇਂ ਉਹ ਸਾਡੇ ਭਾਈ ਕਨਈਏ ਵਾਲੀ ਸੇਵਾ ਕਰਨ ਵਾਲੇ ਨੇ, ਉਹਦਾ ਕੀ ਇੰਟੈਂਸ਼ਨੈਲਿਟੀ ਤੇ ਉਹ ਕਿਹੜੇ ਸੱਚ ਦੀ ਗਵਾਹੀ ਭਰ ਰਹੇ ਨੇ, ਉਹ ਇੱਕੋ ਅੰਕਾਰ ਦੀ ਕਿਵੇਂ ਗਵਾਹੀ ਭਰ ਰਹੇ ਨੇ, ਉਹ ਕ੍ਰਾਈਟੀਰੀਆ ਬਣਦਾ ਕਿ ਸ਼ਹੀਦ ਕੌਣ ਆ। ਉਹ ਸੇਵਾ ਦਾ ਸਾਡਾ ਇੱਕ ਅਨਬ੍ਰੇਕੇਬਲ ਐਲੀਮੈਂਟ ਹੈਗਾ, ਸੇਵਾ ਦੇ ਸਾਡੇ ਇਨਫਿਨਿਟ ਐਲੀਮੈਂਟ ਹੈਗੇ। ਭਾਈ ਸਾਹਿਬ, ਇੱਕ ਅਕਸਰ ਭਾਈਚਾਰੇ ਦੇ ਵਿੱਚ ਗੱਲ ਹੁੰਦੀ ਹੈ, ਉੱਥੇ ਮਾਇਕ ਸਹਾਇਤਾ ਕਰਨੀ ਜਿੱਥੇ ਪਤਾ ਕਿ ਦੁਰਉਪਯੋਗ ਹੋ ਰਿਹਾ, ਉਹ ਡੇਰੇ ਹੋ ਗਏ, ਸ਼ਹਾਨਾ ਜ਼ਿੰਦਗੀ ਜਿਉਣ ਵਾਲੇ ਕਈ ਜਿਹੜੇ ਆਪਣੇ ਆਪ ਨੂੰ ਮਹਾਂਪੁਰਖ ਕਹਾਉਂਦੇ ਆ, ਸੰਤ ਕਹਾਉਂਦੇ ਆ, ਉਹਨਾਂ ਵੱਲ ਹੋ ਗਏ। ਉਹ ਕਹਿੰਦੇ ਯਾਰ ਕਿਉਂ ਚੜ੍ਹਾਈ ਜਾਂਦੇ ਹੋ, ਇਹਨਾਂ ਕੋਲ ਤਾਂ 2.5 ਕਰੋੜ ਦੀ ਗੱਡੀ ਆ, ਤੁਰਿਆ ਤਾਂ ਦੇਖ ਕਿਵੇਂ ਫਿਰਦਾ, ਕੱਪੜਾ ਲੱਤਾ ਤਾਂ ਇਹਦਾ ਦੇਖ। ਦੂਜਾ ਨਾਲ ਕਹਿੰਦਾ ਆਪਾਂ ਚੜ੍ਹਾ ਤੇ ਗਾਹਾਂ, ਇਹ ਜਿਹੜਾ ਕੁਛ ਮਰਜ਼ੀ ਲੈ ਲਵੇ। ਇਹ ਵੀ ਦੱਸੋ ਵੀ ਮਾਇਕ ਸਹਾਇਤਾ ਜਿੱਥੇ, ਮਾਇਕ ਸੇਵਾ ਜਿੱਥੇ, ਉਹ ਜਿਹੜੀ ਜਿਹੜੀ ਘਾਲ ਖਾਏ ਕੁਛ ਹੱਥੋਂ ਦੇਹ ਵਾਲੀ ਗੱਲ ਹੈ, ਕੀ ਸਿੱਖ ਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਕਿੱਥੇ ਪੈਸੇ ਚੜਾ ਰਿਹਾ ਜਾਂ ਗੁਰੂ ਨੂੰ ਕਿਤੇ ਵੀ ਚੜਾ ਸਕਦਾ? ਹਾਂਜੀ, ਇਹਦੇ ਬਾਰੇ ਸਿੱਖੀ ਦੇ ਆਂਸਰ ਤੋਂ ਪਹਿਲਾਂ ਮੈਂ ਇੱਕ ਨਾਨ ਪ੍ਰੋਫਿਟ ਦਾ ਆਂਸਰ ਦੇ ਦਿੰਦਾ, ਕਿਉਂਕਿ ਗਲੋਬਲੀ ਅਸੀਂ ਉਹਨਾਂ ਨਾਲ ਡੀਲ ਕਰ ਰਹੇ ਹਾਂ ਹੁਣ, ਭਾਵੇਂ ਉਹ ਫਿਲੈਂਥਰਪੀ ਆ ਤੇ ਭਾਵੇਂ ਟੈਕਸ ਡਿਡਕਸ਼ਨ ਆ, ਠੀਕ ਆ ਜੀ। ਉੱਥੇ ਵੀ ਇਹ ਕਿਹਾ ਜਾਂਦਾ ਕਿ ਬਈ ਜਿੱਥੇ ਵੀ ਤੁਸੀਂ ਜਿਹੜਾ ਡੋਨਰ ਹੈਗਾ ਨਾ, ਜਿਹਨੇ ਕੋਟ ਅਨਕੋਟ ਮਾਇਆ ਦਾ ਦਾਨ ਦੇਣਾ, ਉਹ ਇਹ ਸੋਚ ਤਾਂ ਲਵੇ ਕਿ ਜਿਹੜੀ ਉਹਦੀ ਇੰਟੈਂਸ਼ਨੈਲਿਟੀ ਹੈ ਉਹਦੇ ਪਿੱਛੇ ਹੀ ਜਾ ਰਹੀ ਆ। ਇਹ ਤਾਂ ਅਮੈਰੀਕਾ ਦੀ IRS ਵੀ ਕਹਿੰਦੀ ਆ, ਜਿਵੇਂ ਇੱਥੇ ਜੇ ਅਮੈਰੀਕਾ 'ਚ ਕੋਈ ਨਾਨ ਪ੍ਰੋਫਿਟ ਆ ਨਾ, ਜਿਵੇਂ ਸਾਡੀ ਵੀ ਇੱਥੇ ਰਜਿਸਟਰਡ ਆ, IRS ਇਹ ਨਹੀਂ ਦੇਖਦੀ ਕਿ ਤੁਸੀਂ ਕਿਹੜੇ ਕੰਮ ਵੱਲ ਪੈਸਾ ਲਾ ਰਹੇ ਹੋ। ਉਹ ਸਾਡੀ ਰਿਸਪੋਂਸੀਬਿਲਿਟੀ ਇਹ ਬਣਾਉਂਦੀ ਆ ਜਿਹੜੇ ਆਰਗਨਾਈਜੇਸ਼ਨ ਚਲਾਉਂਦੇ ਨੇ ਕਿ ਜਿਹੜੇ ਕੰਮ ਲਈ ਜਿਹੜਾ ਪੈਸਾ ਜਿਹੜੇ ਡੋਨਰ ਨੇ ਦਿੱਤਾ, ਕਿ ਉੱਥੇ ਉਹ ਪੈਸਾ ਲਾਇਆ। ਇਹ ਹੁੰਦੀ ਹੈ ਅਕਾਊਂਟੇਬਿਲਿਟੀ। ਸੋ ਦੋ ਕੰਮ ਹੋ ਗਏ ਜੀ। ਹੁਣ ਮੈਂ ਸਿੱਖੀ ਮੁਤਾਬਕ ਜੇ ਗੱਲ ਕਰਾਂ, ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਉੱਥੇ ਹੀ ਅੱਗੇ ਦੱਸਿਆ ਅਕਲੀ ਕੀਚੈ ਦਾਨ। ਜਿਵੇਂ ਅਸੀਂ, ਸਾਡੇ ਕੋਲ ਕੁਛ ਡਾਲਰ ਹੋਣ, ਸਾਡੇ ਕੋਲ ਕੁਛ ਪੂੰਜੀ ਹੋਵੇ, ਅਸੀਂ ਉਹਨੂੰ ਇਨਵੈਸਟ ਕਰਨਾ ਹੋਵੇ, ਆਪਾਂ ਸੋਚਦੇ ਹਾਂ ਨਾ ਕਿ ਜਿੱਥੋਂ ਮੁਨਾਫਾ ਹੋਵੇ, ਆਪਾਂ ਉੱਥੇ ਥੋੜੀ ਪਾ ਦਿੰਦੇ ਹਾਂ ਜਿੱਥੇ ਪਤਾ ਹੀ ਨਹੀਂ ਕਿ ਟਰੈਕ ਰੈਕਰਡ ਕੀ ਆ। ਇਸੇ ਤਰ੍ਹਾਂ ਇਹਨੂੰ ਸਾਨੂੰ ਕਰ ਲੈਣਾ ਚਾਹੀਦਾ। ਅਕਲੀ ਕੀਚੈ ਦਾਨ ਦਾ ਕੁਛ ਇਸ ਤਰ੍ਹਾਂ ਦਾ ਮਤਲਬ ਆ ਕਿ ਜਾਂ ਤਾਂ ਰੱਬ ਦੀ ਜਾਂ ਗੁਰੂ ਦੀ ਜਾਂ ਸਰਬੱਤ ਦੀ ਜਾਂ ਪੰਥ ਦੀ ਸੇਵਾ ਹੋਵੇ, ਤੇ ਉਹਦੇ ਵਿੱਚ ਉਹ ਜਿਹੜੇ ਕਹਿ ਰਹੇ ਨੇ ਕਿ ਉਹ ਇਹ ਕੰਮ ਕਰ ਰਹੇ ਨੇ ਕਿ ਨਹੀਂ, ਇਹ ਜ਼ਰੂਰ ਆਪਣੇ ਆਪ ਨੂੰ ਪੁੱਛੋ। ਜੇ ਸਾਡੀ ਇਹ ਸਵਾਲ ਅਸੀਂ ਨਹੀਂ ਪੁੱਛਦੇ, ਅਸੀਂ ਜਿਹੜਾ ਇੱਕ ਧਰਮ ਦਾ ਅਸੀਂ ਕਹਿੰਦੇ ਨਾ ਪਖੰਡ ਬਣਿਆ ਹੋਇਆ, ਏਦਾਂ ਹੀ ਧਰਮੀਆਂ ਦਾ ਵੀ ਪਖੰਡ ਹੈ। ਇਹ ਅੱਜ ਦਾ ਨਹੀਂ, ਗੁਰੂ ਨਾਨਕ ਪਾਤਸ਼ਾਹ ਦਾ ਵੇਲੇ ਦੇ ਆ। ਪੰਜਵੇਂ ਪਾਤਸ਼ਾਹ ਜਦ ਦਰਬਾਰ ਸਾਹਿਬ ਕੰਪਲੈਕਸ ਬਣਾ ਰਹੇ ਸੀ, ਉੱਥੇ ਡੋਨੇਸ਼ਨਾਂ ਆਉਣੀਆਂ ਬੰਦ ਹੋ ਗਈਆਂ ਸੀਗੀਆਂ, ਕਿਉਂਕਿ ਜਿਹੜੇ ਉਹਨਾਂ ਦੇ ਕਾਊਂਟਰ ਗੁਰੂਜ਼ ਬਿਠਾਏ ਸੀ ਸਟੇਟ ਵੱਲੋਂ, ਉਹਨਾਂ ਵੱਲ ਜ਼ਿਆਦਾ ਡੋਨੇਸ਼ਨਾਂ ਜਾ ਰਹੀਆਂ ਸੀ। ਉਹਨਾਂ ਦਿਨਾਂ ਵਿੱਚ ਫਿਰ ਭਾਈ ਗੁਰਦਾਸ ਜੀ ਨੇ ਸਿੱਖਾਂ ਨੂੰ, ਪੰਜਾਬੀਆਂ ਨੂੰ ਥੋੜਾ ਜਿਹਾ ਸਿਆਣਾ ਬਣਾਉਣ ਲਈ ਜਾਂ ਉਹਨਾਂ ਨੂੰ ਕਹੋ ਅਲਰਟ ਕਰਨ ਲਈ, ਸਾਵਧਾਨ ਕਰਨ ਲਈ ਵਾਰਾਂ ਲਿਖੀਆਂ ਸੀ, ਜਿੱਥੇ ਫਿਰ ਇਹ ਗੱਲਾਂ ਆਈਆਂ ਨੇ ਹੋਰ ਐਕਸਪਲਿਸਿਟ ਰੂਪ ਵਿੱਚ। ਸੋ ਕਹਿਣ ਦਾ ਭਾਵ ਇਹ ਆ ਕਿ ਜਿਹਨੇ ਵੀ ਕੋਈ ਦਾਨ ਦੇਣਾ, ਉਹਦਾ ਆਪਣਾ ਮਕਸਦ ਜ਼ਰੂਰ ਕਲੀਅਰ ਕਰ ਲਵੇ, ਫਿਰ ਇਹ ਦੇਖ ਲਵੇ ਕਿ ਜਿੱਥੇ ਵੀ ਦੇ ਰਹੇ ਹੋ ਕਿ ਉਹ ਵਾਲਾ ਮਕਸਦ ਉਹ ਪੂਰਾ ਕਰ ਰਹੇ ਨੇ ਕਿ ਨਹੀਂ। ਮਾਇਕ ਸਹਾਇਤਾ, ਮਾਇਕ ਸੇਵਾ ਨਾ ਕਰਨ ਤੇ ਸਰੀਰਕ ਤੌਰ ਤੇ ਇਨਸਾਨ ਕੋਈ ਸੇਵਾ ਕਰ ਦੇਵੇ, ਦਸਵੰਧ ਦੀ ਜਿਹੜੀ ਗੱਲ ਹੈ, ਮੈਂ ਆਪਣੇ $1,000 ਦਾ ਦਸਵੰਧ ਨਹੀਂ ਦਿੰਦਾ, ਮੇਰਾ ਉਹਦੇ ਨਾਲ ਘਰ ਦਾ ਖਰਚਾ ਚੱਲਦਾ, ਪਰ ਮੈਂ ਘੰਟੇ 2 ਕਿਤੇ ਸੇਵਾ 'ਚ ਦੇ ਸਕਦਾ। ਧਰਮ ਦੇ ਹਿਸਾਬ ਨਾਲ, ਇਸ ਅਧਿਆਤਮਿਕ ਦੇ ਰਾਹ ਦੇ ਹਿਸਾਬ ਨਾਲ ਮੇਰਾ ਉਹ ਸਮਾਂ ਦਿੱਤਾ, ਕੀ ਮੇਰੇ ਮਾਇਕ ਸੇਵਾ ਨੂੰ ਡਾਲਰਾਂ ਨੂੰ ਕਵਰ ਕਰ ਦੇਗਾ ਜੀ? ਜੇ ਇਸ ਤਰ੍ਹਾਂ ਦੀ ਅਕਾਊਂਟਿੰਗ ਵਾਲੀ, CPA ਵਾਲੀ ਗੱਲ ਕਰਾਂਗੇ, ਫਿਰ ਤਾਂ ਇਹਦਾ ਆਂਸਰ ਨਹੀਂ ਕੋਈ ਚੰਗਾ ਮਿਲੂ ਜਿਹੜਾ ਰੂਹ ਨੂੰ ਵੀ ਸਾਨੂੰ ਸੰਤੁਸ਼ਟ ਕਰੇ।
ਬਟ ਇਹਦੇ ਪਿੱਛੇ ਕੀ ਗੱਲ ਹੈ, ਮੈਂ ਉਧਰ ਵੱਲ ਜਾਂਦਾ ਕਿ ਗੁਰਬਾਣੀ ਵਿੱਚ ਕੀ ਪ੍ਰਵਾਨ ਆ ਸੇਵਾ ਦੇ ਲੈਵਲ ਤੇ ਜੀ, ਠੀਕ ਹੈ ਨਾ ਜੀ। ਉੱਥੇ ਆਈਡੀਅਲ ਬੜਾ ਕਲੀਅਰ ਹੈ ਜੀ ਕਿ ਦੇਖੋ ਤੁਹਾਨੂੰ ਤੇ ਮੈਨੂੰ ਵੀ ਲੱਗਦਾ ਹੋਣਾ, ਤੁਸੀਂ ਮੇਰੇ ਨਾਲੋਂ ਦੇਖਦੇ ਹੋ ਦੁਨੀਆਂ ਵਿੱਚ ਕੀ ਚੱਲ ਰਿਹਾ, ਮੈਂ ਵੀ ਥੋੜਾ ਬਹੁਤ ਦੇਖਦਾ ਜੀ। ਆਪਾਂ ਸਾਰੇ ਹੀ ਚਿੰਤਿਤ ਆ ਕਿ ਕੁਛ ਠੀਕ ਨਹੀਂ, ਉਹ ਸਾਡੇ ਵੱਖਰੇਵਾ ਹੋ ਸਕਦਾ ਕਿ ਕੌਣ ਠੀਕ ਨਹੀਂ, ਬਟ ਇਹ ਤਾਂ ਅਸੀਂ ਮੰਨਦੇ ਹਾਂ ਨਾ ਕੁਛ ਠੀਕ ਨਹੀਂ। ਉਹ ਕਿਉਂ ਸਾਨੂੰ ਲੱਗਦਾ, ਕਿਉਂਕਿ ਅਸੀਂ ਐਕਚੁਅਲੀ ਅਜੇ ਜੋ ਜਿਹੜੇ ਸਿੱਖ ਨੇ ਅਸੀਂ ਗੁਰੂ ਦਾ ਹੁਕਮ ਨਹੀਂ ਮੰਨ ਪਾ ਰਹੇ, ਕਿਉਂਕਿ ਹੁਕਮ ਮੰਨ ਦੀ ਵੀ ਟ੍ਰੇਨਿੰਗ ਹੁੰਦੀ ਹੈ ਨਾ, ਸੇਵਾ ਉਹ ਆ ਐਕਚੁਅਲੀ, ਉਹ ਟ੍ਰੇਨਿੰਗ ਚੱਲ ਰਹੀ ਹੈ ਸਾਡੀ ਅਜੇ। ਤੇ ਗੁਰਬਾਣੀ ਮੁਤਾਬਕ ਇਹ ਬੜਾ ਕਲੀਅਰ ਕਰਤਾ ਕਿ ਜਿਹੜਾ ਤਨ ਤੇ ਮਨ ਤੇ ਧਨ ਤਿੰਨਾਂ ਨੂੰ ਸੌਂਪ ਦਿੰਦਾ ਗੁਰੂ ਨੂੰ, ਉਹਨੂੰ ਹੁਕਮ ਮੰਨਣਾ ਆਉਂਦਾ। ਹੁਣ ਤਨ ਹੈਗੀ ਬਾਡੀ ਵਿਚ ਮੀਨਸ ਫਿਜ਼ੀਕਲ ਸਟਰੈਂਥ, ਮਨ ਹੈਗਾ ਮਾਇੰਡ ਵਿਚ ਮੀਨਸ ਇੰਟਲੈਕਚੁਅਲ ਸਟਰੈਂਥ, ਧਨ ਹੈਗੇ ਪੈਸੇ ਵਿਚ ਮੀਨਸ ਫਾਈਨੈਂਸ਼ੀਅਲ ਸਟਰੈਂਥ। ਇਹ ਤਿੰਨਾਂ ਨੂੰ ਜੇ ਅਸੀਂ ਸੌਂਪ ਗੁਰ ਕੋ, ਵਿਚ ਮੀਨਸ ਤਿੰਨੋਂ ਚੀਜ਼ਾਂ ਅਸੀਂ ਆਫਰ ਕਰ ਦਿੰਦੇ ਹਾਂ ਗੁਰੂ ਨੂੰ ਜੀ, ਕਿਉਂਕਿ ਆਪਣੀਆਂ ਹੈ ਨਾ ਇਹ, ਸਾਨੂੰ ਤਾਂ ਕਿਸੇ ਤਰੀਕੇ ਨਾਲ ਸਾਡੀ ਕਿਸੇ ਲੈਵਲ ਕਰਕੇ ਸਾਨੂੰ ਮਿਲ ਗਈਆਂ, ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ, ਹੈ ਨਾ। ਹੁਣ ਇਹ ਮਾਇੰਡ ਸੈਟ ਹੈਗਾ ਸੇਵਾ ਦਾ, ਦੇਖੋ ਕਿ ਭਾਈ ਕਿ ਤਿੰਨੋਂ ਚੀਜ਼ਾਂ ਮੈਂ ਕਿਸ ਤਰ੍ਹਾਂ ਹੁਣ ਗੁਰੂ ਨੂੰ ਸੌਂਪਾਂ ਤਾਂ ਕਿ ਮੈਂ ਹੁਕਮ ਮੰਨੀਆਂ ਪਾਈਏ, ਤਾਂ ਕਿ ਮੈਂ ਹੁਕਮ ਮੰਨਣ ਜੋਗਾ ਬਣ ਜਾਗਾ। ਤੇ ਜਿੱਦਾਂ ਮੈਂ ਹੁਕਮ ਮੰਨ ਲਿਆ, ਮੈਂ ਇੱਕ ਓੰਕਾਰ ਨੂੰ ਵਾਹਿਗੁਰੂ ਨੂੰ ਰੱਬ ਨੂੰ ਪਾ ਲਿਆ, ਇਹ ਆ ਸਿੱਖ ਇੰਟੈਂਸ਼ਨ। ਤਿੰਨਾਂ ਚੀਜ਼ਾਂ ਦਾ ਵਿੱਚ ਕੋਈ ਪਰਸੈਂਟੇਜ ਨਹੀਂ ਹੈਗੇ, ਨਾ ਸਾਨੂੰ ਬਣਾਉਣੇ ਚਾਹੀਦੇ ਨੇ, ਨਾ ਇਹ ਹੈਗਾ ਕਿ ਇਹ ਉਹ, ਨਾ ਇਹ ਹੈਗਾ ਕਿ ਇਹਦੀ ਲਕੀਰ ਕਿੰਨੀ ਆ ਜਾਂ ਲਿਮਿਟ ਕਿੰਨੀ ਆ, ਕਿੰਨੇ ਹੋਣ ਕਿੰਨੇ ਘੱਟ ਹੋਣ ਵੱਧ ਹੋਣ, ਕੁਛ ਨੀ ਇਸ ਤਰ੍ਹਾਂ ਦੀ ਕੈਲਕੂਲੇਸ਼ਨ। ਇਹਦੇ ਵਿੱਚ ਸਿਰਫ ਇਹ ਹੈ ਕਿ ਜੋ ਵੀ ਤੁਹਾਡੇ ਕੋਲ ਫਿਜ਼ੀਕਲੀ ਤੁਹਾਡੀ ਤਾਕਤ ਆ ਜੀ, ਇਹਦਾ ਤਾਕਤ ਕਿੱਥੇ ਵਰਤਣੀ ਆ, ਜਿਹੜਾ ਤੁਹਾਡੇ ਕੋਲ ਮਾਇੰਡ ਦਿੱਤਾ ਦਿਮਾਗ ਦਿੱਤਾ ਉਹ ਕਿੱਥੇ ਵਰਤਣਾ, ਕਿਵੇਂ ਵਰਤਣਾ, ਤੇ ਜਿਹੜੇ ਤੁਹਾਡੇ ਕੋਲ ਪੈਸੇ ਦਿੱਤੇ ਨੇ ਪੂੰਜੀ ਦਿੱਤੀ ਆ ਉਹ ਕਿਵੇਂ ਵਰਤਣਾ, ਤਾਂ ਕਿ ਗੁਰੂ ਦਾ ਹੁਕਮ ਇੰਪਲੀਮੈਂਟ ਹੋ ਸਕੇ, ਇਸ ਤਰੀਕੇ ਨਾਲ ਅਸੀਂ ਉਹਨੂੰ ਵਿਆਹਣ ਜਾਣਾ। ਇਹ ਰੱਬ ਨਾਲ ਵਿਆਹ ਇਹ ਆ ਗੁਰਬਾਣੀ ਵਿੱਚ, ਉਹਨੂੰ ਪਾਉਣਾ ਹੀ ਉਹਦੇ ਨਾਲ ਵਿਆਹ ਕਰਨਾ, ਕਿਉਂਕਿ ਜਦ ਵਿਆਹ ਹੁੰਦਾ ਆਪਾਂ ਸਾਰਾ ਕੁਛ ਲਾਉਂਦੇ ਹਾਂ ਨਾ ਜੀ ਜੀ, ਕਿੰਨੀ ਟ੍ਰੇਨਿੰਗ ਹੁੰਦੀ ਹੈ, ਕਿੰਨੀ ਪ੍ਰੈਪਰੇਸ਼ਨ ਹੁੰਦੀ ਹੈ, ਇਸੇ ਤਰੀਕੇ ਨਾਲ ਇਹ ਆ ਸੇਵਾ ਦਸਵੰਦ। ਇਹ ਉਹਨਾਂ ਤਰੀਕਿਆਂ ਨਾਲ ਜੇ ਦੇਖਾਂਗੇ ਰੂਹ ਦੇ ਲੈਵਲ ਤੇ, ਫਿਰ ਸਾਨੂੰ ਆਪਣਾ ਆਪਣਾ ਆਂਸਰ ਮਿਲੂਗਾ। ਜੇ ਅਸੀਂ ਉਹਦੀਆਂ ਕੈਲਕੂਲੇਸ਼ਨਾਂ ਵਿੱਚ ਫਸ ਜਾਵਾਂਗੇ, ਫਿਰ ਲੋਕਾਂ ਨੇ ਆਪਣੀਆਂ ਆਪਣੀਆਂ ਸੰਸਥਾਵਾਂ ਜਾਂ ਆਪਣੇ ਆਪਣੇ ਜਥੇਬੰਦੀਆਂ ਜਾਂ ਪਰਸਨੈਲਿਟੀ ਵੱਲ ਲੈ ਜਾਣਾ। ਧੰਨਵਾਦ ਭਾਈ ਸਾਹਿਬ, ਅੱਜ ਦਾ ਸਮਾਂ ਇੰਨਾ ਸੀ ਤੇ ਸ਼ੁੱਕਰਵਾਰ ਨੂੰ ਜਿਹੜਾ ਆ ਰਹੇ ਹੋ ਖਾਲਸਾ ਦੀਵਾਨ ਸੁਸਾਇਟੀ ਐਬ ਸਪੋਰਟ ਦੇ ਵਿੱਚ, ਉਹਦਾ ਵਿਸ਼ਾ ਕੀ ਹੋਣਾ ਜੀ ਉਸ ਦਿਨ ਦਾ? ਦੇਖੋ ਜੀ, ਉਹਦਾ ਵਿਸ਼ਾ ਤਾਂ ਬੇਸਿਕਲੀ ਸਿੰਪਲ ਗੱਲ ਇਹ ਹੈ ਕਿ ਅਸੀਂ ਜਿਹੜੇ ਅੱਜ ਕੱਲ੍ਹ ਦਾ ਸਾਡਾ ਦੌਰ ਚੱਲ ਰਿਹਾ, ਆਪਾਂ ਇਹਨੂੰ ਕਹਿ ਦਿੰਦੇ ਹਾਂ ਮਾਡਰਨਿਜ਼ਮ, ਮਾਡਰਨਿਜ਼ਮ ਵਰਡ ਬਦਲਦਾ ਰਹਿੰਦਾ, ਇਹਦੀ ਆਪਣੀ ਪਰਿਭਾਸ਼ਾ ਲੋਕੀ ਦਿੰਦੇ ਰਹਿੰਦੇ ਨੇ, ਬਟ ਆਪਾਂ ਕਹੀਏ ਜਿਹੜਾ ਅੱਜ ਕੱਲ੍ਹ ਦਾ ਦੌਰ ਚੱਲ ਰਿਹਾ। ਅੱਜ ਕੱਲ੍ਹ ਦੇ ਦੌਰ ਦੇ ਵਿੱਚ ਅਸੀਂ ਕਿਵੇਂ ਜੁੜੀਏ, ਜਿਹਨੂੰ ਅਸੀਂ ਸਪਿਰਿਚੁਅਲਿਟੀ ਕਹਿ ਦਿੰਦੇ ਹਾਂ, ਧਰਮ ਕਹਿ ਦਿੰਦੇ ਹਾਂ, ਰੂਹਾਨੀਅਤ ਕਹਿ ਦਿੰਦੇ ਹਾਂ, ਅਧਿਆਤਮਕਵਾਦ ਕਹਿ ਦਿੰਦੇ ਹਾਂ, ਗੱਲ ਇਹ ਹੈ ਕਿ ਅਸੀਂ ਜੁੜ ਨਹੀਂ ਪਾ ਰਹੇ ਆਪਣੇ ਜਿਹਨੂੰ ਕਹਿੰਦੇ ਹਾਂ ਨਾ ਓਰਿਜਿਨ ਦੇ ਨਾਲ ਜੀ, ਜਿਹਨੂੰ ਅਸੀਂ ਅਹਮ ਪੰਜਾਬੀ ਵਿੱਚ ਹੋਰ ਲੈਵਲ ਤੇ ਲੈ ਲੈਂਦੇ ਹਾਂ, ਬਟ ਗੁਰਬਾਣੀ ਚ ਉਹਨੂੰ ਲਿਖਿਆ ਧੁਰ ਦੇ ਨਾਲ, ਹੈ ਨਾ, ਕਿਉਂਕਿ ਧੁਰ ਤੋਂ ਹੀ ਤੇ ਜੁੜਨਾ, ਜਿਹਨੂੰ ਅਸੀਂ ਇੱਕ ਓੰਕਾਰ ਪਰਮਾਤਮਾ ਵਾਹਿਗੁਰੂ ਵੀ ਆਖਦੇ ਹਾਂ। ਤੋ ਅੱਜ ਕੱਲ੍ਹ ਦੇ ਦੌਰ ਵਿੱਚ ਜਿੱਥੇ ਅਸੀਂ ਫਸੇ ਬੈਠੇ ਹਾਂ, ਜਿੱਥੇ ਸਾਨੂੰ ਪਤਾ ਨਹੀਂ ਲੱਗ ਰਿਹਾ, ਅਸੀਂ ਇੰਨੇ ਚਿੰਤਿਤ ਹੋ ਗਏ, ਜਿਵੇਂ ਅੱਜ ਕੱਲ੍ਹ ਅਸੀਂ ਕਹਾਂਗੇ ਦੇਖੋ ਇੱਕ ਕਲਾਈਮੇਟ ਕੰਟਰੋਲ ਨਹੀਂ ਹੋ ਰਿਹਾ ਲੋਕਾਂ ਕੋਲੋਂ, ਕਲਾਈਮੇਟ ਚੇਂਜ ਦੇ ਇਸ਼ੂਜ਼ ਆਏ ਹੋਏ ਨੇ, ਤੁਹਾਡੇ ਵੀ ਦੇਖੋ ਕਿੰਨੀਆਂ ਅੱਗਾਂ ਫੇਰ ਲੱਗੀਆਂ ਹੋਈਆਂ। ਬਿਲਕੁਲ ਜੀ, ਠੀਕ ਹੈ ਨਾ ਜੀ ਜੀ, ਇੱਕ ਤਰਫ ਹੜ ਆ ਰਹੇ ਨੇ, ਇੱਕ ਤਰਫ ਅੱਗਾਂ ਲੱਗੀਆਂ ਹੋਈਆਂ ਜੀ, ਇਸੇ ਤਰ੍ਹਾਂ ਸਾਡੀ ਲਾਈਫ ਵਿੱਚ ਚੱਲ ਰਿਹਾ। ਕਿਸੇ ਦਿਨ ਹੜ ਆਇਆ ਹੁੰਦਾ ਤੇ ਕਿਸੇ ਦਿਨ ਅੱਗ ਲੱਗੀ ਹੁੰਦੀ ਆ, ਇਸ ਵੈਦਰ ਦੇ ਵਿੱਚ ਮੈਂ ਕਿਵੇਂ ਜੁੜਾਂ ਪਰਮਾਤਮਾ ਦੇ ਨਾਲ, ਇੱਕ ਓੰਕਾਰ ਦੇ ਨਾਲ, ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹੋਣ। ਭਾਈ ਸਾਹਿਬ ਧੰਨਵਾਦ ਬਹੁਤ ਬਹੁਤ, ਸੇਵਾ ਦੇ ਕੋਨਸੈਪਟ ਤੇ, ਸੇਵਾ ਦੇ ਸੰਕਲਪ ਤੇ ਬੇਨਤੀ ਕੀਤੀ ਸੀ ਤੁਸੀਂ, ਜਿਹੜਾ ਆਪਣਾ ਸਮਾਂ ਆਪਣੀ ਬੁੱਧ ਗੁਰਮਤ ਦੇ ਹਿਸਾਬ ਦੇ ਨਾਲ, ਜਿਹੜਾ ਅਖੀਰ ਦੇ ਵਿੱਚ ਵੀ ਤਿੰਨੇ ਚੀਜ਼ਾਂ ਜਿਹੜੀਆਂ ਤਨ ਮਨ ਧਨ ਦਾ ਉਹ ਕੋਨਸੈਪਟ ਜਿਹੜਾ ਅਖੀਰ ਦੇ ਵਿੱਚ ਕੀਤਾ, ਉਹ ਬਹੁਤ ਬਾਕਮਾਲ ਸੀ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਅਤੇ ਸ਼ੁੱਕਰਵਾਰ ਨੂੰ ਤੁਹਾਡੇ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਫਤਿਹ ਜੀ। ਸਰਾਰ ਹਰਿੰਦਰ ਸਿੰਘ ਜੀ ਗੱਲਬਾਤ ਕਰ ਰਹੇ ਸੀ USA ਤੋਂ, ਸਿੱਖ ਰਿਸਰਚ ਇੰਸਟੀਟਿਊਟ, ਅਤੇ ਉਹਨਾਂ ਨੇ ਵੀਕਐਂਡ 'ਤੇ ਆਉਣਾ ਖਾਲਸਾ ਦੀਵਾਨ ਸੁਸਾਇਟੀ ਦਾ, ਸਾਦ ਪ੍ਰਯੋਗ ਹੈ ਮਨਿੰਦਰ ਸਿੰਘ ਗਿੱਲ
ਅਤੇ ਜਿਸ ਕਾਰਨ ਸਿੰਘ ਧਾਲੀਵਾਲ ਸਾਰਿਆਂ ਨੇ ਰਲ ਕੇ ਇਸ ਨੂੰ ਵਧੀਆ ਤਰੀਕੇ ਨਾਲ ਸੁਣਨ ਵਾਲਾ ਹੈ, ਪਰ ਉਹ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚੋ। 6 to 8 ਵਜੇ ਤੱਕ ਭਾਈ ਸਾਹਿਬ ਸੰਗਤਾਂ ਨੂੰ ਸੰਬੋਧਨ ਹੋਣਗੇ। ਸੰਗਤ ਅਤੇ ਸੇਵਾ, ਸੇਵਾ ਦੇ ਸੰਕਲਪ 'ਤੇ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਆਪਣੇ ਕੋਲ 15 ਕੁ ਮਿੰਟ। ਸ੍ਰੀ ਹਰਿੰਦਰ ਸਿੰਘ ਟੈਕਸਸ ਗੱਲਬਾਤ ਕਰਕੇ ਗਏ ਨੇ ਸੇਵਾ ਦੇ ਸੰਕਲਪ 'ਤੇ। 604-204-0600 ਸਿੱਖ ਸੇਵਾ ਕਿਵੇਂ ਕਰ ਰਹੇ ਨੇ, ਪੰਜਾਬੀ ਸੇਵਾ ਕਿਵੇਂ ਕਰ ਰਹੇ ਨੇ, ਸਿਆਣਪ ਦੀ ਕਿੱਥੇ ਲੋੜ ਹੈ। ਇੱਕ ਉਹਨਾਂ ਨੂੰ ਮੈਂ ਸਵਾਲ ਪੁੱਛਿਆ ਸੀ ਵੀ ਜਿਹੜਾ ਆਹ ਦਿੰਦੇ ਆ ਨਾ, ਜਿੱਥੇ ਲਗਜ਼ਰੀ ਲਾਈਫ ਬਤੀਤ ਹੋ ਰਹੀ ਹੈ ਸਿੱਖਾਂ ਦੇ ਪੈਸਿਆਂ ਦੇ ਨਾਲ, ਉਹਦਾ ਪਰ ਉਹ ਉਹਨਾਂ ਨੂੰ ਤੁਸੀਂ ਛੇੜ ਕੇ ਤਾਂ ਦੇਖੋ। ਉਹ ਕਹਿੰਦੇ ਅਸੀਂ ਟੇਕਦੇ ਹਾਂ ਮੱਥਾ, ਤੁਸੀਂ ਟੇਕਦੇ ਹੋ, ਸਾਡਾ ਬਾਬਾ ਇਹ ਅਸੀਂ ਟੇਕਣਾ, ਇਹ ਐਂ ਹੀ ਚੱਲੀ ਆਈ ਹੈ। 604-204-0600 ਤੁਹਾਡੀ ਕੋਈ ਗੱਲਬਾਤ ਹੋਵੇ। ਮਮਤਾਜ ਜੀ ਨਾਲ ਗੱਲ ਕਰਦੇ। ਮਮਤਾਜ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਦੇਖੋ ਮੈਂ ਇਹ ਗਿਆਨੀ ਕੋ ਸੁਣੀ, ਅਭੀ ਮੇਰੇ ਕੋ ਕੋਰ ਬਣਨਾ ਹੈ, ਅਭੀ ਮੇਰੇ ਕੋਈ ਪੰਜਾਬੀ ਸੇ ਸ਼ਾਦੀ ਕਰਨੀ ਪੜੇਗੀ ਕਿ ਕਿਆ ਆਪ ਮੇ ਹੈ ਧਰਮ ਮੇ ਕਿ ਮੇਰੇ ਕੋ ਕੋਰ ਬਣਨਾ ਹੈ ਤੋ ਮੈਂ ਕਿਆ ਕਰੂੰ, ਕੋਈ ਪਗ ਵਾਲਾ ਸੇ ਸ਼ਾਦੀ ਕਰਨਾ ਕਿ ਬਿਨਾ ਪਗ ਵਾਲਾ ਮੈਂ ਪ੍ਰੀਫਰ ਕਰਤੀ ਹੂੰ, ਪਰ ਮੇਰੇ ਕੋ ਐਸਾ ਕਰਨਾ ਪੜੇ ਕੋਰ ਬਣਨੇ ਕੇ ਲੀਏ, ਆਪਕੋ ਕੋਈ ਇਲਮ ਹੈ? ਸ਼ਾਦੀ ਨਹੀਂ ਕਰਨ ਦੀ ਲੋੜ ਮਮਤਾਜ ਜੀ, ਜੇ ਕੌਰ ਬਣਨਾ ਤੁਸੀਂ ਬਣ ਸਕਦੇ ਹੋ, ਵਿਆਹ ਕਰਕੇ ਥੋੜਾ ਕੱਲਾ ਕੌਰ ਬਣਿਆ ਜਾ ਸਕਦਾ, ਤੁਸੀਂ ਆਪਣੀ ਮਰਜ਼ੀ ਨਾਲ ਸਿੱਖ ਧਰਮ ਚ ਜਾ ਸਕਦੇ ਹੋ। ਓ ਐਸੇ ਤੋਂ ਮੈਂ ਬਾਣੀ ਸਭ ਸੁਣਤੀ ਹੂੰ। ਬਸ ਠੀਕ ਹੈ, ਫਿਰ ਠੀਕ ਹੈ, ਮਮਤਾਜ ਕੌਰ ਲਿਖਣ ਲੱਗ ਜਾਓ ਨਾਲ। ਮੁਮਤਾਜ ਕੌਰ ਨਹੀਂ ਬਣ ਸਕਦੀ? ਬਣ ਸਕਦੇ ਹੋ, ਕਿਉਂ ਨਹੀਂ ਬਣ ਸਕਦੇ? ਸ਼ਾਦੀ ਕੀ ਜ਼ਰੂਰਤ ਨਹੀਂ ਹੈ? ਨਹੀਂ। ਅੱਛਾ, ਸ਼ਾਦੀ ਦੀ ਥੋੜੀ ਮਰਜ਼ੀ ਹੈ, ਕੌਰ ਬਣ ਤੋਂ ਬਾਅਦ ਜੇ ਕਰਨੀ ਹੋ ਕਰ ਲਿਓ। ਨਹੀਂ ਪਰ ਫਿਰ ਕਿਸੇ ਬਾਤ ਕਰੂ ਮੈਂ? ਜਿਹਦੇ ਨਾਲ ਮਰਜ਼ੀ ਗੱਲ ਕਰੋ, ਆਪਾਂ ਗੱਲ ਕਰ ਹੀ ਰਹੇ ਹਾਂ। ਜਾ ਕੇ ਗਿਆਨੀ ਕੋ ਮਿਲੂ? ਹਾਂ ਜ਼ਰੂਰੀ ਹੈ। ਜੋ ਅਧਿਆਤਮਕ ਆਪਕੇ ਪਾਸ ਨਾ, ਜਾਂ ਨੌਰਥ ਵੈਨ ਤੋਂ ਤੁਸੀਂ ਆਉਣਾ, ਅਕਾਲੀ ਸਿੰਘ ਗੁਰਦੁਆਰਾ ਸਾਹਿਬ ਹੈ, ਉੱਥੇ ਗ੍ਰੰਥੀ ਜੀ ਬਹੁਤ ਸਿਆਣੇ ਨੇ, ਉੱਥੇ ਜਾ ਕੇ ਮਿਲੋ। ਉਸਕੋ ਮੈਂ ਜਾਣਤੀ ਹੂੰ ਮੈਂ। ਬਸ 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 ਉਹੀ 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 ਉਸਕੋ ਉਸਕੀ ਲੜਕੀ ਆਏ ਮੈਂ ਮਿਲੀ ਹੂੰ। ਹਾਂ ਠੀਕ ਹੈ ਮਮਤਾਜ ਜੀ, ਥੈਂਕ ਯੂ। ਚਰਨ ਸਿੰਘ ਜੀ ਔਲਕ ਸਾਹਿਬ, ਤੁਸੀਂ ਉਡੀਕਦੇ ਸੀ, ਮੈਂ ਗੱਲ ਤੁਹਾਡੀ ਕਰਨੀ ਚਾਹੁੰਦੇ, ਤੁਸੀਂ ਲਾਈਨ ਕੱਟ ਗਏ। ਸੇਵਾ ਦਾ ਕਾਨਸੈਪਟ ਲਿਆ ਨਾ, ਮੈਂ ਅੱਖੀ ਦੇਖਿਆ 1950 ਤੋਂ ਵੇਖਦਾ ਮੈਂ। ਅੱਛਾ ਜੀ। ਦਰਬਾਰ ਸਾਹਿਬ ਦੇ ਵਿਚ ਸੇਵਾ ਜਿਹੜੀ ਸੀ ਮੁਫ਼ਤ ਕਰਦੇ ਸੀ, ਰਾਤ ਦੇ 3 ਵਜੇ ਉੱਠ ਕੇ ਲੋਕ ਨਾ ਸਰਾਵਾਂ ਦੇ ਵਿਚੋਂ ਆ ਜਾਂਦੇ ਸੀ, ਤੇ ਭਾਵੇਂ ਕਿੰਨੀ ਠੰਡ ਹੋਵੇ ਜਾਂ ਗਰਮੀ ਹੋਵੇ, ਉਹ ਸਾਰੀ ਪ੍ਰਦਖਣਾ ਸੇਵਾ ਨਾਲ ਧੋ ਦਿੰਦੇ ਸੀਗੇ, ਫ੍ਰੀ ਸੇਵਾ ਸੀ। ਅੱਜ ਹੁਣ ਕਾਨਸੈਪਟ ਸੇਵਾ ਦਾ ਉੱਕਾ ਹੀ, ਅੱਜ ਗੁਰਦੁਆਰੇ ਉਸੇ ਦੇ ਵਿੱਚ ਹੀ ਦਰਬਾਰ ਸਾਹਿਬ ਦੇ ਵਿੱਚ 4-4 ਲੱਖ ਰੁਪਈਆ ਤਨਖਾਹ ਲੈ ਰਹੇ ਨੇ ਸੇਵਾਦਾਰ। ਅੱਛਾ। ਪਿੰਡ ਦੀ ਆਪਣੀ ਮੈਂ ਗੱਲ ਦੱਸਦਾ ਤੁਹਾਨੂੰ, ਆਪਣੇ ਪਿੰਡ ਦਾ 1 ਦੇ 3 ਬੱਚੇ ਸੀ। ਅੱਛਾ ਜੀ। 1 ਸੀ ਫੌਜ ਦੇ ਵਿੱਚ, ਫੌਜ ਦੇ ਵਿੱਚ ਸੀ, ਤੇ ਪਰ ਜਿਹੜਾ ਉਹ ਸਾਡਾ ਪਿੰਡ ਵਾਲਾ ਸੀ ਉਹ ਵੀ ਫੌਜੀ ਸੀ, ਪਰ ਉਹਨੂੰ ਦਰਬਾਰ ਸਾਹਿਬ ਨੌਕਰੀ ਮਿਲ ਗਈ। ਉਹਦਾ ਤੀਜਾ ਮੁੰਡਾ ਜਿਹੜਾ ਸੀ ਨਾ, ਉਹ ਕਹਿੰਦਾ ਸੀਗਾ ਵੀ ਮੈਂ ਫੌਜ ਚੜਾ, ਤੇ ਉਹਦਾ ਪਿਓ ਕਹਿੰਦਾ ਜਿਹੜਾ ਉਹ ਦਰਬਾਰ ਸਾਹਿਬ ਲੱਗਾ, ਉਹ ਕਹਿੰਦਾ ਤੈਨੂੰ ਫੌਜ ਦੇ ਵਿੱਚ ਨਹੀਂ ਜਾਣ ਦੀ ਲੋੜ, ਮੈਂ ਤੈਨੂੰ ਇੱਥੇ ਸ਼੍ਰੋਮਣੀ ਕਮੇਟੀ ਤੇ ਲਾ ਦੇਣਾ, ਇੱਥੇ ਸਹੂਲਤਾਂ ਤੈਨੂੰ ਜ਼ਿਆਦੀਆਂ ਮਿਲਣਗੀਆਂ ਫੌਜ ਨਾਲੋਂ, ਕਿੱਥੇ ਸੇਵਾ ਰਹਿ ਗਈ ਹੁਣ ਦੱਸੋ ਤੁਸੀਂ? ਇਹ ਸਵਾਲ ਮੈਂ ਉਹਨਾਂ ਨੂੰ ਕਰਦਾ ਸੀ। ਸੇਵਾ ਦਾ ਕਾਨਸੈਪਟ ਉਹ ਤੇ ਖਤਮ ਹੋ ਚੁੱਕਾ, ਜਿੰਨਾ ਤੁਸੀਂ ਚੜਾਵਾ ਚੜਾਉਂਦੇ ਉਹ ਤੇ ਐਸ਼ ਪ੍ਰਸਤੀ ਦੇ ਵਿੱਚ ਉਹ ਲੱਗ ਰਿਹਾ ਵਾ ਸਾਰਾ ਉੱਤੇ, ਤੇ ਉਹ ਕੌਮ ਵਾਲੀ ਹੁਣ ਕੋਈ ਗੱਲ ਨਹੀਂ ਗਈ ਰਹਿ ਗਈ ਬਿਲਕੁਲ ਹੀ ਮੇਰੇ ਹਿਸਾਬ ਨਾਲ। ਇਹ ਕੋਈ ਨਾ ਜੀ, ਪੁੱਛਾਂਗੇ ਜੀ, ਪੁੱਛਾਂਗੇ ਉਹਨਾਂ ਨੂੰ ਕਦੇ। ਗੱਲ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹੁਣ ਪਰਿਵਾਰ ਵੀ ਨਿਰਧਾਰ ਜਿਹੜਾ ਉਦੋਂ ਕਿੱਥੋਂ ਰੋਟੀ ਖਾਣੀ ਹੈ ਟੱਬਰ ਨੇ, ਕਿਤੇ ਆਉਣਾ ਜਾਣਾ, ਦਵਾਈ ਬੂਟੀ ਤਨਖਾਹਾਂ ਦੇ ਨਾਲ ਵੀ ਸੇਵਾ, ਇਹ ਗੱਲ ਉਹਨਾਂ ਤੋਂ ਪੁੱਛਣੀ ਮੈਂ ਭੁੱਲ ਗਿਆ, ਆਪਾਂ ਪੁੱਛ ਲਾਂਗੇ। ਆਕਾਸ਼ਦੀਪ ਸਿੰਘ ਜੀ ਲਾਈਨ ਨੰਬਰ 3। ਆਕਾਸ਼ਦੀਪ ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਭਾਈ ਬਹੁਤ ਵਧੀਆ ਲੱਗਾ ਗੱਲ ਬਾਤ ਸੁਣ ਕੇ, ਵਧੀਆ ਕੁਝ ਸਿੱਖਣ ਨੂੰ ਮਿਲਦਾ। ਧੰਨਵਾਦ। ਤੇ ਦੂਜੀ ਗੱਲ ਜੀ, ਜਿੰਨੀ ਕੁ ਚਲੋ ਮੈਂ ਇੰਨਾ ਹੈ ਤਾਂ ਨੀ ਕੋਈ ਆਪਦਾ ਪੱਖ ਰੱਖ ਸਕਾਂ, ਪਰ ਜਿੰਨੀ ਕੁ ਮਾਲਕ ਨੇ ਸਮਝ ਬਖਸ਼ੀ ਆ, ਇਹਨੂੰ ਵੀ ਆਪਣਾ 2 ਤਰੀਕੇ ਨਾਲ ਦੇਖ ਸਕਦੇ। ਇੱਕ ਤਾਂ ਉਹਨਾਂ ਆਲਰੇਡੀ ਜਦੋਂ ਆਪਾਂ ਕਲੀਅਰ ਕਰਤਾ ਵੀ ਹੋਮੇ ਦੇ ਵਿੱਚ ਕੋਈ ਕਰਮ ਕਰਨਾ, ਚਾਹੇ ਉਹ ਸੇਵਾ ਵਾ ਜਾਂ ਕੁਛ ਹੋਰ ਦੁਨਿਆਵੀ ਕਰਮ ਆ,
एक सेवा नू भावना दे रूप च ले लेना जेड़े मालक दा उच्च उच्च हुक्म ही जिदा आ गया भी तीन चीजा तन मन तब सब सौंपे गुरु को हुक्म मन्ने पाईए। चलो हां जी कहना मेरे लिए बहुत सौखा हुक्म पर ओदी कसवटी ते तुरना जां ओदी रजा च ओदे हुक्म नू मनना ओ वड्डियां गल्लां जिहड़े गुरसिख मनदे जां करदे धन ने। ते एक ते भी भावना च करनी सेवा ओ जिहड़ा सतगुरु दा कर्म आ ओनू ओदा जान के करना कि मालक जी तुसीं तन वजो मन वजो जां धन वजो मेरे तों कुछ लिया ते तुहाडा करके भी ए जतौना कि शुक्र आ मेनू तुसीं चुणिया जां मेनू इन्ने जोगा कीता मैं मेरी की औकात ही मैं कुछ कर सका। ओ तां सेवा जिथे मर्जी ओ रूह लग दे शरीर लगा हो जिन्ना क आपां देखदे आ ओ तन वजो भी मन वजो भी या धन वजो भी आपदे आप नूं करूगा भी जिथे कलैक्टिवली सारा किसे नूं मैं इकट्ठिया कर सका जां सुख प्रदान कर सका जां आपां इदां नूं लै लैंदे हुंदे आ भी सत कई इदां भी लैंदे आ भी मैं तो कुछ नहीं करना मैं तो भावना ना कर्म करना अगे सतगुरु या और वाहेगुरु काल पुरख जिहड़ी शक्ति ते मैं बिलीव करदा ओ जाने उन्हें मेथों किदां दी सेवा लैनी है मेरे वस दी गल नहीं है। ते जिहड़ा अज दे सिस्टम च बतात ते जिहड़ी सेवा भी मैं फलाने बाबे नाल जुड़ गया ते मैं उहनूं इन्ना कुछ देता जी अहीं इत्थे जुड़े हाँ ओ चलो ठीक है बाहरी तौर ते ਉਹ ਜਿਹੜੇ ਕਰਦੇ ਜਾਂ ਵੇਂਦੇ ਉਹ ਇੱਦਾਂ ਨੀ ਤੇ ਮੈਂ ਤੇ ਇਹਨੂੰ ਇੱਦਾਂ ਮੰਨਦਾ ਵੀ ਜਿਹੜੀ ਜਿੱਦਾਂ ਆਪਣੀਆਂ ਇੱਕ ਦੋ ਦੁਨਿਆਵੀ ਐਗਜ਼ੈਂਪਲਾਂ ਵੀ ਚੱਕ ਲਈਏ ਵੀ ਜਿੱਦਾਂ ਆਪਾਂ ਸੁਣਦੇ ਹੁੰਦੇ ਵੀ ਉਹ ਸਰਵਨ ਨੇ ਆਪਦੇ ਮਾਂ ਪਿਓ ਨੂੰ ਉਹਨੇ ਉਹਨਾਂ 'ਚ ਰੱਬ ਪਾ ਲਿਆ ਜਾਂ ਧੰਨੇ ਨੇ ਉਹ 'ਚੋਂ ਉਹ ਕਨਸੈਪਟ ਮੈਨੂੰ ਜਿੱਥੋਂ ਤੱਕ ਜਿੰਨੀ ਕੁ ਸਮਝ ਆ ਵੀ ਭਾਵਨਾ ਉੱਚੀ ਹੋ ਗਈ ਤੁਹਾਡੇ ਪਰਿਵਾਰ ਲਈ ਹੁਣ ਤੁਹਾਡੀ ਭਾਵਨਾ ਧਰਮ ਦੇ ਥਰੂ ਉੱਚੀ ਆ ਸੁੱਚੀ ਆ ਵੀ ਮਾਲਕ ਦੀ ਜੇ ਮੈਨੂੰ ਤੁਸੀਂ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਚਾਹੇ ਪਰਿਵਾਰ ਦੇ ਕਿੰਨੇ ਵੀ ਤੁਸੀਂ ਮੈਨੂੰ ਇਹ ਸੇਵਾ ਲਾਈ ਤੇ ਮੈਂ ਇਹਨਾਂ ਜ਼ਿੰਮੇਵਾਰੀਆਂ ਨੂੰ ਤੁਹਾਡਾ ਓਟ ਆਸਰਾ ਲੈ ਕੇ ਇੱਕ ਚੰਗੀ ਨੀਅਤ ਸੋਚ ਨਾਲ ਨਿਭਾ ਸਕਾਂ ਉਹਦੇ ਥਰੂ ਵੀ ਗੁਰੂ ਨੂੰ ਯਾਦ ਕਰਨਾ ਜੇ ਧੰਨ ਮਿਲਿਆ ਉਹਦੇ ਥਰੂ ਇੱਦਾਂ ਮੰਨਣਾ ਵੀ ਮਾਲਕ ਜੀ ਤੁਸੀਂ ਚਲੋ ਬਖਸ਼ਿਸ਼ ਕੀਤੀ ਮੈਨੂੰ ਇੰਨੇ ਜੋਗਾ ਕੀਤਾ ਇਹ ਧੰਨ ਹੁਣ ਚੰਗੇ ਬੰਨੇ ਲੱਗੇ ਤੇ ਆਈ ਥਿੰਕ ਉਹਨਾਂ ਚੀਜ਼ਾਂ ਦੇ ਵਿੱਚੋਂ ਵੀ ਅਸੀਂ ਉਹ ਸ਼ਕਤੀ ਨੂੰ ਜਿੱਥੋਂ ਅਸੀਂ ਪ੍ਰੇਰਿਤ ਹੋ ਰਹੇ ਉਹਨੂੰ ਯਾਦ ਕਰਨਾ ਚਾਹੇ ਉਹ ਪਰਿਵਾਰ ਦਾ ਰੂਪ ਆ ਚਾਹੇ ਸਿਆਸੀ ਰੂਪ ਤੇ ਚਾਹੇ ਸਾਡਾ ਸਮਾਜਿਕ ਰੂਪ ਆ। ਧੰਨਵਾਦ ਮੋਹਿਤ ਵਰਮਾ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵਰਮਾ ਜੀ, ਬਹੁਤ ਸੋਹਣਾ ਟੌਪਿਕ ਹੈਗਾ ਜੀ, ਧੰਨਵਾਦ। ਮੇਰਾ ਤਾਂ ਇਹ ਮੰਨਣਾ ਹੈ ਜੀ ਕਿ ਉਹ ਵੀ ਮਰਜ਼ੀ ਤੋਂ ਬਗੈਰ ਤੁਸੀਂ ਸੇਵਾ ਵੀ ਨਹੀਂ ਕਰ ਸਕਦੇ। ਠੀਕ, ਭਾਵੇਂ ਉਹ ਜਾਨੀ ਹੋਏ ਸੇਵਾ ਭਾਵੇਂ ਉਹ ਮਾਲੀ ਹੋਏ ਸੇਵਾ ਜੀ। ਲੇਕਿਨ ਦੂਜੀ ਗੱਲ ਇਹ ਵੀ ਹੈ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਇਹ ਇੱਕ ਵੈਸਟਰਨ ਕੰਟਰੀਆਂ ਦੇ ਉੱਤੇ ਟਾਈਮ ਲਾਣਾ ਘੰਟਿਆਂ ਦੇ ਨਾਲ ਹਿਸਾਬ ਨਾਲ ਲਾ ਕੇ ਵਲੰਟੀਅਰ ਕੰਮ ਕਰਨਾ ਕਿਸੇ ਸੰਸਥਾ ਲਈ ਧਰਮ ਲਈ ਉਹ ਮੈਂ ਬੋਲਦਾ ਪੈਸੇ ਤੋਂ ਵੀ ਜ਼ਿਆਦਾ ਮੈਟਰ ਕਰਦਾ ਹੈ। ਪੈਸਾ ਆਪਣੀ ਜਗ੍ਹਾ ਹੈਗਾ, ਉਹਦਾ ਕੋਈ ਕੰਪੈਰੀਜ਼ਨ ਨਹੀਂ ਹੈਗਾ। ਲੇਕਿਨ ਜੇ ਤੁਸੀਂ ਆਪਣੀ ਜੌਬ ਛੱਡ ਕੇ ਕੰਮ ਧੰਦਾ ਛੱਡ ਕੇ ਜੇ ਤੂੰ ਮਿਨੀਮਮ ਵੇਜ ਵੀ ਲਾਓ ਕੋਈ ਦੋ ਘੰਟੇ ਵੀ ਕਰਦਾ ਤਾਂ ਵੀ ਤੁਸੀਂ $30 ਨਹੀਂ ਦੇ ਸਕਦੇ ਤੁਸੀਂ ਦਾਨ, ਪਰ ਤੁਸੀਂ $30 ਦੀ ਮਿਹਨਤ ਕਰਦੀ ਹੈ ਜੇ ਪਰਮਾਤਮਾ ਦੀ ਮਰਜ਼ੀ ਹੈਗੀ ਹੈ। ਜੇ ਆਪਾਂ ਇਹਨੂੰ ਇਸ ਹਿਸਾਬ ਨਾਲ ਆਪਾਂ ਮੈਥ ਕੈਲਕੂਲੇਟ ਕਰੇ ਰਾਈਟ, ਉਹ ਵੀ ਇੱਕ ਹੈਗੀ ਹੈ। ਲੇਕਿਨ ਸਭ ਤੋਂ ਜਿਹੜੀ ਇਹਦੇ ਵਿੱਚ ਸੋਚਣ ਵਾਲੀ ਗੱਲ ਹੈਗੀ ਹੈ ਕਿ ਜਿਹੜੀ ਸੇਵਾ ਹੈ ਨਾ ਇਹ ਜਦੋਂ ਤੱਕ ਐਨਰਜੀ ਹੈਗੀ ਹੈ ਇਹ ਭਾਵਨਾ ਹੈਗੀ ਹੈ ਤਾਂ ਤਾਂ ਤੱਕ ਹੈ ਬਹੁਤ ਸਕਸੈਸਫੁਲ। ਜਦੋਂ ਇਹਦੇ ਵਿੱਚ ਡਿਸਟ੍ਰੈਕਸ਼ਨ ਆ ਜਾਂਦੀ ਹੈ ਨਾ, ਜਦੋਂ ਇਹਦੇ ਵਿੱਚ ਇੱਕ ਆ ਜਾਂਦਾ ਹੈ ਕਿ ਬਈ ਮੈਨੂੰ ਇੱਥੋਂ ਤਾਰੀਫ ਚਾਹੀਦੀ ਜਾਂ ਮੈਨੂੰ ਇੱਥੋਂ ਕਹਿੰਦੇ ਨੇ ਦਾਨ ਤੁਸੀਂ ਕਰਨਾ ਤੁਹਾਡੇ ਸੱਜੇ ਹੱਥ ਤੋਂ ਕਰੋ ਖੱਬੇ ਹੱਥ ਨੂੰ ਪਤਾ ਲੱਗਣਾ ਚਾਹੀਦਾ, ਉਹ ਦਾਨ ਤੁਹਾਡਾ ਸਕਸੈਸਫੁਲ ਮੰਨਿਆ ਜਾਂਦਾ। ਇਹ ਜਿਹੜੀ ਭਾਵਨਾ ਹੈਗੀ ਹੈ ਇਹ ਜੇ ਰੋਂਗ ਭਾਵਨਾ ਵਿਚਾਰੇ ਆ ਜਾਏ ਨਾ ਜੀ, ਉਹ ਫਿਰ ਤੁਹਾਡਾ ਕਰਾ ਕਰਾਇਆ ਸਭ ਲਾਈਕ ਧਰਮ ਬਰਤ ਹੋ ਜਾਂਦਾ ਜੀ। ਫਿਰ ਧੰਨਵਾਦ ਵਰਮਾ ਜੀ। ਨਿਰਮਲ ਕੌਰ ਜੀ, ਲਾਈਨ ਨੰਬਰ 5। ਹਾਂਜੀ, ਕਹਿੰਦੇ ਸੀ ਨਾ ਵੀ ਜਿਹੜੇ ਤਨਖਾਹ ਲੈਂਦੇ ਸੇਵਾ ਕਰਦੇ ਹੁਣ ਗ੍ਰੰਥੀ ਜਿੱਦਾਂ ਉਹਨਾਂ ਨੂੰ ਜਿੱਦਾਂ ਪੇ ਦੇਣੀ ਚਾਹੀਦੀ ਉਹਨੇ ਆਪਣੇ ਪਰਿਵਾਰ ਨੂੰ ਪਾਲਣਾ ਜੀ, ਜਿਹੜੇ ਜਿੱਦਾਂ ਨਾ ਵੀ 100% ਜਿਹਨੇ ਕੰਮੇ ਉਹੋ ਹੀ ਕਰਨਾ ਆ ਹਾਇਰ ਕੀਤੇ ਵਾ ਉਹਨਾਂ ਨੂੰ ਤਾਂ ਤਨਖਾਹ ਚਾਹੀਦੀ ਨਾ। ਤਾਂ ਜੇ ਹੁਣ ਸਾਡੇ ਵਰਗੇ ਨੇ 2 ਘੰਟੇ ਕੱਢ ਕੇ 4 ਘੰਟੇ ਕੱਢ ਕੇ ਜਾਂ 20 ਘੰਟੇ ਸੇਵਾ ਕਰਨੀ ਉਹ ਹੋਰ ਚੀਜ਼ ਆ। ਬਿਲਕੁਲ ਠੀਕ, ਥੈਂਕ ਯੂ। ਲੱਕੀ ਧਾਲੀਵਾਲ ਜੀ। ਹਾਂਜੀ ਗੱਲ ਸਾਹਿਬ ਵੀਰ ਜੀ, ਸਤਿ ਸ੍ਰੀ ਅਕਾਲ। ਟਾਈਮ ਤੁਹਾਡਾ ਬਿਲਕੁਲ ਖਤਮ ਹੋ ਚੁੱਕਿਆ, ਮੈਂ 1 ਮਿੰਟ ਵਿੱਚ ਹੀ ਆਪਣੀ ਗੱਲ ਨਿਬੇੜੂੰਗਾ ਜੀ। ਪਹਿਲੀ ਤਾਂ ਇੰਡੀਆ ਤੋਂ ਬਹੁਤ ਵਧੀਆ ਨਿਊਜ਼ ਆਈ ਆ, ਮੈਨੂੰ ਇੰਨੀ ਨੌਲੇਜ ਤਾਂ ਹੈ ਨਹੀਂ ਤੇ ਉਹ ਡਾਕਟਰ ਆ ਇੰਡੀਆ ਉਹਦੇ ਨਾਲ ਮੇਰੀ ਗੱਲ ਸੁਣਦੀ ਰਹਿੰਦੀ ਆ। ਉਹਨੇ ਅੱਜ ਰੀਸੈਂਟਲੀ ਦੱਸਿਆ ਕਿ ਵੀ ਪਾਕਿਸਤਾਨ ਦੇ ਵਿੱਚ ਜਿੱਥੇ ਆਪਣਾ ਪਾਣੀ ਉੱਧਰ ਨੂੰ ਜਾਣ ਤੋਂ ਰੁਕਦਾ ਸੀ ਨਾ, ਉਹਨਾਂ ਨੇ 10 ਗੇਟ ਆਪਦੇ ਖੋਲ ਦਿੱਤੇ ਵੀ ਪਾਣੀ ਇੱਧਰਲੇ ਪਾਸੇ ਦੀ ਨਿਗਾ ਦਿਓ ਵੀ ਤੁਹਾਡਾ ਪੰਜਾਬ ਡੁੱਬਦਾ ਵਾ। ਦੂਸਰੀ ਇਹੀ ਗੱਲ ਆਪਣੇ ਘਰਾਂ ਦੀ ਗੱਲ ਕਰਦੇ ਸੀ, ਇਹਨਾਂ ਗੌਰਮੈਂਟ ਨੇ ਵੀਰ ਜੀ ਇਹ ਜਿਹੜਾ ਇੰਟਰਸਟ ਵਧਾਇਆ ਜਿਹਨਾਂ ਨੇ ਲੈਸ ਦੈਨ 2% ਤੋਂ
ਕੀਤੀਆਂ ਹੋਈਆਂ ਮੋਰਗੇਜਾਂ 4 ਸਾਲ ਲਈ ਇਹ ਸਿਰਫ ਰਿਮਾਈਂਡਰ ਨੋਟਸ ਸੀਗਾ ਇਹ ਸਾਰਿਆਂ ਨੂੰ ਪਤਾ ਇਸ ਚੀਜ਼ ਬਾਰੇ ਜਦੋਂ 2 ਸਾਲ ਨੂੰ ਰਿਵਿਊ ਹੋਣਗਾ ਨਾ ਉਦੋਂ ਲੋਕਾਂ ਦੀਆਂ ਝਗੜਾ ਨਿਕਲਣਗਾ ਤੇ ਬਾਕੀ ਲਾਸਟ ਵਨ ਰਹੀ ਗੱਲ ਜਿਹੜੇ ਇਹਨਾਂ ਨੇ ਪ੍ਰਾਈਸਾਂ ਵਧਾਈਆਂ ਤੇ ਉਹ ਜਿੱਥੇ ਘਰ ਦੀ ਪ੍ਰਾਈਸ 14 ਲੱਖ ਸੀ ਤੇ ਉੱਥੇ 3 ਮਿਲੀਅਨ ਦਾ ਇਹਨਾਂ ਟੈਕਸ ਆਪਾਂ ਦਿੰਦੇ ਹਾਂ ਤੇ ਇਹ ਕਿਵੇਂ ਘੱਟ ਹੋਣ ਦੇਣਗੇ ਧੰਨਵਾਦ ਜੀ ਲਓ ਜੀ ਕੱਲ ਨੂੰ ਮੁੜਦੇ ਹਾਂ ਫਿਰ ਰੱਬ ਰਾਖਾ